कि दुनिया का सब तो वड्डा दुख हुंदा है मां प्यो दे जिउंदे जी जहान तो औलाद का तुर जाना। ਅਸੀਂ ਸਿਰਫ ਮਹਿਸੂਸ ਕਰ ਸਕਦੇ ਆ ਅਸਰ ਹੈ ਜਿਹੜਾ ਸਭ ਤੋਂ ਵੱਧ ਤੁਹਾਡੇ ਤੇ ਹੈ ਆਂਟੀ ਤੇ ਹੈ। ਅਸਰ ਪਿਆ ਤਾਂ ਆਪਾਂ ਕਹਿ ਨਹੀਂ ਸਕਦੇ ਕਿਉਂਕਿ ਅਸਰ ਤਾਂ ਹੁੰਦਾ ਵੀ ਜੋ ਕੋਈ 100% ਹੈ ਉਹਦੇ ਵਿੱਚ 5-10% 20% ਚੇਂਜ ਆ ਗਿਆ ਆਪਾਂ ਨੂੰ ਕਹਿੰਦੇ ਵੀ ਅਸਰ ਪੈ ਗਿਆ। ਇੱਥੇ ਤਾਂ ਬੇੜਾ ਹੀ ਉਲਟਾ ਪੈ ਗਿਆ। ਅਫਸੋਸ ਹੁੰਦਾ ਮੈਨੂੰ ਆਪਣੇ ਆਪ ਤੇ। ਮੈਂ ਮੇਰੇ ਪੁੱਤ ਨਾਲ ਵਾਅਦਾ ਕਰਿਆ ਹੋਇਆ ਸੀ ਜੇ ਤੇਰੇ ਤੇ ਕੋਈ ਹਮਲਾ ਹੋਇਆ ਮਰਨ ਵਾਲਾ ਪਹਿਲਾ ਬੰਦਾ ਮੈਂ ਹੋਊਂਗਾ, ਪਹਿਲੀ ਗੋਲੀ ਮੇਰੇ ਵੱਜੂਗੀ, ਤੂੰ ਤੇ ਟੈਨਸ਼ਨ ਨਹੀਂ ਰੱਖ ਲੈਣੀ, ਖੁੱਲ ਕੇ ਚੱਲ। ਇੱਕ ਗਾਣੇ ਦੇ ਵਿੱਚ ਉਹਨੇ ਬੜਾ ਕਲੀਅਰਲੀ ਕਿਹਾ, ਹੁਣ ਬੋਝ ਤੂੰ ਦੇ ਦੇ ਬਾਪੂ ਆਪਣੇ ਰੌਲਿਆਂ ਦਾ। ਮੈਨੂੰ ਕਹਿੰਦੇ ਪਰ ਕਦੇ ਕਦੇ ਮੈਨੂੰ ਲੱਗਦਾ ਪੁੱਤਰਾ ਬੋਝ ਤੂੰ ਆਪਣਾ ਮੈਨੂੰ ਦੇ ਗਿਆ। ਮੈਂ ਤਾਂ ਉਹਨੂੰ ਜਦੋਂ ਖੋਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਹੀਰਾ ਸੀ। ਮੈਨੂੰ ਤਾਂ ਪੁੱਤ ਦੇ ਸੰਸਕਾਰ ਤੇ ਆਈ ਹੋਈ ਸੰਗਤ ਨੇ ਦੱਸਿਆ ਵੀ ਤੇਰਾ ਪੁੱਤ ਕੀ ਸੀ। ਝੂਠ ਨਹੀਂ ਬੋਲਦਾ, ਮੈਨੂੰ ਨਹੀਂ ਪਤਾ ਸੀ। ਇਨਸਾਨ ਦੁਨੀਆਂ ਦੀ ਇੱਕ ਇਹੋ ਜਿਹੀ ਸ਼ੈ ਹੈ ਜਿਹਦੇ ਕੋਲ ਤਾਕਤ ਹੈ ਆਪਣੀ ਹਰ ਸਮੱਸਿਆ ਦਾ ਹੱਲ ਕਰਨ ਦੀ, ਉਹ ਆਪਣੀ ਕੋਈ ਵੀ ਵੱਡੀ ਤੋਂ ਵੱਡੀ ਮੁਸੀਬਤ ਦਾ ਹੱਲ ਕਰਨ ਦੀ ਤਾਕਤ ਰੱਖਦਾ। ਪਰ ਉਹਦੇ ਅੰਦਰ ਇੱਕ ਖੁੰਖਾਰਪਣ ਵੀ ਹੈ ਜਿਹੜਾ ਜ਼ਿੰਦਗੀ ਨੂੰ ਮੌਤ ਵਿੱਚ ਬਦਲ ਸਕਦਾ। ਪਰ ਇਸ ਇਨਸਾਨ ਦੀ ਇੱਕ ਸਭ ਤੋਂ ਵੱਡੀ ਕਮਜ਼ੋਰੀ ਹੈ ਕਿ ਇਹ ਮੌਤ ਨੂੰ ਜ਼ਿੰਦਗੀ 'ਚ ਨਹੀਂ ਬਦਲ ਸਕਦਾ। ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਤੁਹਾਡੇ ਸਾਹਮਣੇ ਨਾਲ ਹਰਸ਼ਰਨ ਕੌਰ। ਅੱਜ ਇਸ ਖਾਸ ਪ੍ਰੋਗਰਾਮ ਦੇ ਵਿੱਚ ਅਸੀਂ ਖਾਸ ਗੱਲਬਾਤ ਕਰਾਂਗੇ ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਮੂਸੇਵਾਲਾ ਦੇ ਨਾਲ। ਅੱਜ ਅਸੀਂ ਉਹਨਾਂ ਦੀ ਹਵੇਲੀ ਦੇ ਵਿੱਚ ਪਹੁੰਚੇ ਹੋਏ ਹਾਂ ਅਤੇ ਮੈਂ ਪਹਿਲਾਂ ਹੀ ਦੱਸ ਦੇਵਾਂ ਕਿ ਅਸੀਂ ਅੱਜ ਪੱਤਰਕਾਰਾਂ ਦੇ ਵਾਂਗੂ ਇੰਟਰਵਿਊ ਕਰਨ ਲਈ ਨਹੀਂ ਆਏ, ਅੱਜ ਅਸੀਂ ਦੁੱਖ ਸਾਂਝਾ ਕਰਨ ਦੇ ਲਈ ਆਏ ਹਾਂ ਕਿਉਂਕਿ ਸਾਨੂੰ ਅੱਜ ਹੀ ਮੌਕਾ ਮਿਲਿਆ। ਬਹੁਤ ਦੁਨੀਆ ਦੇ ਵਿੱਚ ਮੂਸੇਵਾਲੇ ਵੀਰ ਦੇ ਪ੍ਰਸ਼ੰਸਕ ਨੇ ਜਿਹੜੇ ਮਾਪਿਆਂ ਦੇ ਨਾਲ ਦੁੱਖ ਸਾਂਝਾ ਕਰਨਾ ਚਾਹੁੰਦੇ ਨੇ, ਉਹਨਾਂ ਦੇ ਬਹੁਤ ਸਾਰੇ ਅੰਦਰ ਜਜ਼ਬਾਤ ਹੋਣਗੇ ਅਤੇ ਉਹ ਸਾਰੇ ਜਜ਼ਬਾਤਾਂ ਨੂੰ ਲੈ ਕੇ ਅੱਜ ਅਸੀਂ ਪਿਤਾ ਜੀ ਕੋਲ ਪਹੁੰਚੇ ਹਾਂ। ਬਹੁਤ ਬਹੁਤ ਸਵਾਗਤ ਹੈ ਖਾਲਸ ਟੀਵੀ 'ਤੇ। ਸਤਿ ਸ਼੍ਰੀ ਅਕਾਲ ਜੀ। ਮੈਂ ਤੁਹਾਨੂੰ ਅੰਕਲ ਜੀ ਵੀ ਕਹੂੰਗੀ ਕਿਉਂਕਿ ਅਸੀਂ ਗੱਲਬਾਤ ਕਰਨ ਆਏ ਹਾਂ ਅਤੇ ਦੁੱਖ ਸਾਂਝਾ ਕਰਨ ਆਏ ਹਾਂ ਸਾਰੀ ਦੁਨੀਆਂ ਦੇ ਵੱਲੋਂ। ਮੈਂ ਆਮ ਤੌਰ 'ਤੇ ਸੁਣਿਆ ਮੇਰੇ ਮੰਮੀ ਡੈਡੀ ਤੋਂ ਕਿ ਦੁਨੀਆਂ ਦਾ ਸਭ ਤੋਂ ਵੱਡਾ ਦੁੱਖ ਹੁੰਦਾ ਹੈ ਮਾਂ ਪਿਓ ਦੇ ਜਿਉਂਦੇ ਜੀ ਜਹਾਨ ਤੋਂ ਔਲਾਦ ਦਾ ਤੁਰ ਜਾਣਾ, ਅਤੇ ਤੁਸੀਂ ਮੈਨੂੰ ਲੱਗਦਾ ਕਿ ਉਸ ਦੁੱਖ ਨੂੰ ਹੰਢਾ ਰਹੇ ਹੋ ਔਰ ਬਹੁਤ ਹੀ ਕਹਿ ਸਕਦੇ ਬਹੁਤ ਦੁੱਖਦਾਈ ਤਰੀਕੇ ਨਾਲ ਹੰਢਾ ਰਹੇ ਹੋ, ਅਤੇ ਇਹ ਚੀਜ਼ ਨੂੰ ਤੁਸੀਂ ਵੀ ਮਹਿਸੂਸ ਕਰਦੇ ਹੋ ਕਿ ਸਭ ਤੋਂ ਵੱਡਾ ਦੁੱਖ ਇਹੀ ਹੈ ਔਲਾਦ ਤੁਰ ਜੇ ਆਪਾਂ ਜਿਉਂਦੇ ਹਾਂ। ਬਿਲਕੁਲ ਬੇਟਾ, ਕਿਉਂਕਿ ਜੇ ਮੈਂ ਚਾਹਾਂ ਵੀ ਤਾਂ ਮੈਂ ਇਹਨੂੰ ਸ਼ਬਦਾਂ ਦੇ ਵਿੱਚ ਪਰੋਵਾਂ, ਹੈ ਨਾ। ਬਹੁਤ ਔਖਾ ਹੈ ਕਿਉਂਕਿ ਇਸ ਦੁੱਖ ਦੀ ਤਾਂ ਕੋਈ ਪਰਿਭਾਸ਼ਾ ਹੀ ਨਹੀਂ ਹੈ। ਸਿਆਣੇ ਵੀ ਕਹਿੰਦੇ ਆ ਵੀ ਜਵਾਨ ਪੁੱਤ ਦੀ ਅਰਥੀ ਨੂੰ ਸਭ ਤੋਂ ਵੱਡਾ ਭਾਰ ਮੰਨਿਆ ਗਿਆ। ਸਾਡੇ ਧਾਰਮਿਕ ਗ੍ਰੰਥਾਂ ਦੇ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ ਗਿਆ ਵੀ ਸਭ ਤੋਂ ਵੱਡਾ ਜੇ ਕੋਈ ਤਕਲੀਫ ਹੈ, ਸਭ ਤੋਂ ਵੱਡਾ ਜੇ ਕੋਈ ਮਾਪਿਆਂ ਦੇ ਉੱਤੇ ਭਾਰ ਹੈ ਤਾਂ ਉਹ ਨੌਜਵਾਨ ਪੁੱਤ ਦੀ ਅਰਥੀ ਹੈ। ਸੋ ਹਾਲਾਤ ਇਹੋ ਜਿਹੇ ਬਣੇ ਨੇ, ਅਸੀਂ ਭੋਗ ਵਾਲੇ ਦਿਨ ਤੋਂ ਹੀ ਲੈ ਕੇ ਕੋਸ਼ਿਸ਼ ਕੀਤੀ ਹੈ ਵੀ ਜ਼ਿੰਦਗੀ ਨੂੰ ਮੂਵ ਆਉਣ ਤੱਕ ਕਰਾਂਗੇ ਕਿਵੇਂ ਨਾ ਕਿਵੇਂ, ਪਰੰਤੂ ਐਡਾ ਸੌਖਾ ਵੀ ਨਹੀਂ ਹੈ। ਨਾਲ ਮੈਂ ਇਹ ਵੀ ਦੇਖਾਂ ਵੀ ਤਾਂ ਕਹਿ ਦੇਣੀ ਗੱਲ ਹੈ ਕਿਉਂਕਿ ਮੈਂ ਨਾ ਜੋ ਇੱਕ ਬੇਟਾ ਨਿੱਜੀ ਤੌਰ 'ਤੇ ਮਹਿਸੂਸ ਕਰਦਾ, ਮੈਨੂੰ ਲੱਗਿਆ ਮੈਂ ਜਿਸ ਦਿਨ ਭੋਗ 'ਤੇ ਬੋਲਿਆ ਹੈ ਨਾ ਅਰਦਾਸ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਹਾਜ਼ਰੀ 'ਚ, ਉਸ ਦਿਨ ਮੇਰੇ 'ਚ ਕਾਫੀ ਹਿੰਮਤ ਸੀ। ਮੈਂ ਸੋਚਦਾ ਸੀ ਵੀ ਤੂੰ ਉਸ ਦਿਨ, ਮੈਂ ਖੁਦ ਹੈਰਾਨ ਹੁੰਦਾ ਵੀ ਤੂੰ ਕਿਵੇਂ ਬੋਲ ਗਿਆ ਹੈ ਨਾ, ਇੰਨੀ ਵੱਡੀ ਤ੍ਰਾਸਦੀ ਦੇ ਉੱਤੇ ਤੂੰ ਕਿੱਦਾਂ 20-25 ਮਿੰਟ ਮੈਂ ਵਧੀਆ ਬੋਲ ਗਿਆ ਹੈ ਨਾ। ਮੈਨੂੰ ਸਾਰਿਆਂ ਨੇ ਸਲਾਹਿਆ ਵੀ ਉਸ ਗੱਲ ਨੂੰ, ਜਿੰਨੇ ਵੀ ਮੈਨੂੰ ਬਾਅਦ ਦੇ ਵਿੱਚ ਮਿਲੇ ਆ ਦੁੱਖ ਸੁੱਖ ਸਾਂਝਾ ਕਰਨ ਲਈ, ਤੁਸੀਂ ਬਹੁਤ ਵਧੀਆ ਬੋਲ ਰਹੇ। ਪਰ ਮੈਨੂੰ ਆਪਣੇ ਆਪ 'ਤੇ ਵਿਸ਼ਵਾਸ ਨਹੀਂ ਸੀ ਮੈਂ ਕਿੱਦਾਂ ਬੋਲਿਆ ਉਹ, ਪਰੰਤੂ ਉਹਦਾ ਮੈਂ ਜੇ ਇਮਾਨਦਾਰੀ ਨਾਲ ਅਨੈਲਿਸਿਸ ਕਰਾਂ ਉਸ ਗੱਲ ਨੂੰ ਤਾਂ ਮੈਨੂੰ ਇਹ ਲੱਗਿਆ ਵੀ ਹਲੇ ਬੇਟੇ ਗਏ ਨੂੰ ਹਫ਼ਤਾ ਹੋਇਆ ਸੀ, ਸ਼ਾਇਦ ਕਿਤੇ ਨਾ ਕਿਤੇ ਮੇਰਾ ਮਨ ਧਰਵਾਸ ਧਰਦਾ ਸੀ ਇਸ ਗੱਲ ਦਾ ਵੀ ਉਹ ਗਿਆ ਉਹਨੇ ਆ ਜਾਣਾ। ਹਾਂਜੀ, ਇਹੀ ਲੱਗਦਾ ਹੁੰਦਾ ਅਕਸਰ ਮੇਰੇ ਨਾਲ ਹੁੰਦੀ ਹੈ। ਹੁਣ ਵੀ ਮੈਂ ਕਿਤੇ ਨਾ ਕਿਤੇ ਕੋਈ ਗੱਡੀ ਫਾਰਚੂਨਰ ਜਾਂ ਥੋੜ੍ਹਾ ਸਪੀਡਲੀ ਲੰਘਦੀ ਹੈ ਜਾਂ ਕਦੇ ਮਤਲਬ ਸਾਡੀ ਨਾ ਕਿ ਅਸੀਂ ਆਮ ਖੇਤ ਫਿਰਦੇ ਹੁੰਦੇ, ਜਦੋਂ ਕੋਈ ਵੀ ਵਹੀਕਲ ਤੇਜ਼ ਲੰਘਿਆ ਤਾਂ ਮੈਨੂੰ ਲੱਗਦਾ ਹੁੰਦਾ ਸਾਡੇ ਵਾਲਾ ਲੰਘਿਆ ਯਾਰ,
ਉਹਦੇ ਬਿਨਾਂ ਤਾਂ ਕੋਈ ਚਲਾ ਹੀ ਨਹੀਂ ਸਕਦਾ ਹੈ ਹਨਾ ਐ ਨਾ ਮਤਲਬ ਉਹ ਚੀਜ਼ਾਂ ਹਾਲੇ ਵੀ ਜਿਹਨ ਦੇ ਕਿਤੇ ਨੇੜੇ ਤੇੜੇ ਫਿਰਦੀਆਂ ਨੇ ਭੁਲੇਖੇ ਉਦੋਂ ਵੀ ਸੀ ਮੈਨੂੰ ਉਦੋਂ ਮਤਲਬ ਜਿੱਦਾਂ ਅਕਸਰ ਹੀ ਮਤਲਬ ਸ਼ੋਅ ਲਾਉਣ ਚਲਾ ਗਿਆ ਜਾਂ ਕਿਤੇ ਬਾਹਰ ਦਿੱਲੀ ਸ਼ੂਟਿੰਗ ਲਈ ਚਲਾ ਜਾਂਦਾ ਸੀ ਰਿਕਾਰਡਿੰਗ ਕਰਨ ਚਲਾ ਜਾਂਦਾ ਪੰਜ ਪੰਜ ਦਸ ਦਿਨ ਆਮ ਹੀ ਲਾਇਆ ਹੁੰਦਾ ਸੀ ਸ਼ਾਇਦ ਮੈਨੂੰ ਹਾਲੇ ਤੱਕ ਕਿਸੇ ਦਿਮਾਗ ਦੇ ਕੋਨੇ 'ਚ ਉਹ ਗੱਲ ਨਿਕਲੀ ਨਹੀਂ ਸੀ ਵੀ ਉਹ ਨਹੀਂ ਉਹ ਆਊਗਾ ਹਾਲੇ ਹੁਣ ਵੀ ਤੁਹਾਨੂੰ ਐਂ ਲੱਗਦਾ ਭੁਲੇਖੇ ਪੈਂਦੇ ਨੇ ਵੀ ਆਊਗਾ ਸ਼ਾਇਦ ਬੁਲਾਊਗਾ ਉਹ ਜਿਹੜਾ ਉਹ ਖਲਾਅ ਪੈਦਾ ਹੋਇਆ ਨਾ ਹੁਣ ਜਿਵੇਂ ਜਿਵੇਂ ਸਮਾਂ ਜ਼ਿਆਦਾ ਲੰਘੀ ਜਾਂਦਾ ਉਹ ਜਿਹੜੀ ਆਉਣ ਦੀ ਉਮੀਦ ਆ ਉਹ ਧੁੰਦਲੀ ਪਈ ਜਾਂਦੀ ਹੈ ਫਿਰ ਮੈਨੂੰ ਕਈ ਵਾਰੀ ਆਪਣੇ ਆਪ ਨੂੰ ਇੰਨਾ ਬੋਲਡ ਕਰਨਾ ਪੈਂਦਾ ਹੈ ਤਾਂ ਮੈਂ ਹੌਲੀ ਹੌਲੀ ਵੀ ਬਲਕਾਰ ਸਿੰਘ ਤੂੰ ਖੁਦ ਤਾਂ ਸੰਸਕਾਰ ਕੀਤਾ ਫਿਰ ਤੂੰ ਵਿਸ਼ਵਾਸ ਕਿਉਂ ਨਹੀਂ ਕਰਦਾ ਉਸ ਗੱਲ ਦੇ ਉੱਤੇ ਤੇਰੇ ਸਾਹਮਣੇ ਤੂੰ ਉਹਨੂੰ ਅਗਨੀ ਭੇਂਟ ਕੀਤਾ ਉਹ ਪੰਜ ਤੱਤਾਂ ਦੇ ਵਿੱਚ ਬਲੀਨ ਹੋ ਚੁੱਕਿਆ ਹੈ ਤੂੰ ਵਿਸ਼ਵਾਸ ਕਰ ਇਸ ਗੱਲ ਦੇ ਉੱਤੇ ਉਹਨੇ ਨਹੀਂ ਆਉਣਾ ਤੂੰ ਉੱਠ ਕੇ ਚੱਲਣ ਦੀ ਕੋਸ਼ਿਸ਼ ਕਰ ਹੁਣ ਤੂੰ ਇਕੱਲਾ ਹੈ ਕੁਛ ਸਮੇਂ ਲਈ ਕੁਛ ਪਲ ਦੇ ਲਈ ਮਨ ਮੁੜ ਜਾਂਦਾ ਹੈ ਉਸ ਗੱਲ ਤੋਂ ਠੀਕ ਹੈ ਇਹ ਜੋ ਉਪਜਿਆ ਸੋ ਬਿੰਸ ਹੈ ਜੋ ਚੀਜ਼ ਪੈਦਾ ਹੋਈ ਹੈ ਚਲੀ ਗਈ ਜਾਣਾ ਹੀ ਹੈ ਤਾਂ ਤੂੰ ਮਨ ਸਮਝਾ ਗੁਰਬਾਣੀ ਨੇ ਵੀ ਇਸ ਸੱਚਾਈ ਨੂੰ ਖੂਬ ਬਿਆਨਿਆ ਪਰ ਮੈਂ ਕੋਸ਼ਿਸ਼ ਵੀ ਕਰ ਲੈਂਦਾ ਸਮਝਾ ਵੀ ਲੈਂਦਾ ਪਰੰਤੂ ਅੱਧੇ ਘੰਟੇ ਬਾਅਦ ਫਿਰ ਉਹੀ ਹਾਲਾਤ ਮਨ ਦੇ ਉੱਤੇ ਫਿਰ ਆ ਜਾਂਦੇ ਨੇ ਕਿਤੇ ਨਾ ਕਿਤੇ ਜਦੋਂ ਦੀ ਮੈਂ ਕਣ ਕਣ ਦੇ ਵਿੱਚ ਲੋੜ ਮਹਿਸੂਸ ਕਰਦਾ ਹਰ ਜਗ੍ਹਾ ਦੇ ਉੱਤੇ ਮਤਲਬ ਇੱਕ ਗਾਣੇ ਦੇ ਵਿੱਚ ਉਹਨੇ ਬੜਾ ਕਲੀਅਰਲੀ ਕਿਹਾ ਹੁਣ ਬੋਝ ਤੂੰ ਦੇ ਦੇ ਬਾਪੂ ਆਪਣੇ ਰੌਲਿਆਂ ਦਾ ਮੈਨੂੰ ਕਹਿੰਦਾ ਪਰ ਕਦੇ ਕਦੇ ਮੈਨੂੰ ਲੱਗਦਾ ਪੁੱਤਰਾ ਬੋਝ ਤੂੰ ਆਪਣਾ ਮੈਨੂੰ ਦੇ ਗਿਆ ਉਹ ਗੱਲਾਂ ਕਿਤੇ ਨਾ ਕਿਤੇ ਜਾ ਕੇ ਮਨ ਨੂੰ ਹਰਟ ਵੀ ਕਰਦੀਆਂ ਨੇ ਵੈਸੇ ਜੇ ਮੈਂ ਦੁਨਿਆਵੀ ਪੁੱਤਰਾਂ ਦੇ ਉੱਤੇ ਜਾਵਾਂ ਤਾਂ ਉਹਨਾਂ 'ਚੋਂ ਮੇਰਾ ਪੁੱਤ ਸਭ ਤੋਂ ਵਿਲੱਖਣ ਸੀ ਸ਼ਾਇਦ ਬੱਚੇ ਸਾਰੇ ਹੀ ਆਪਣੇ ਮਾਪਿਆਂ ਨੂੰ ਪਿਆਰ ਕਰਦੇ ਆ ਪਰੰਤੂ ਮੇਰੇ ਪੁੱਤ ਦਾ ਪਿਆਰ ਕਰਨ ਦੀ ਇੱਕ ਵੱਖਰੀ ਕਲਾ ਸੀ ਜਿਹੜੀ ਉਹਨੂੰ ਵਿਰਸੇ ਦੇ ਵਿੱਚ ਅਕਾਲ ਪੁਰਖ ਮਹਾਰਾਜ ਨੇ ਬਾਬੇ ਨਾਨਕ ਦੀ ਮਿਹਰ ਸਦਕਾ ਉਹਨੂੰ ਮਿਲੀ ਉਹ ਤੁਸੀਂ ਭੁਲਾ ਨਹੀਂ ਪਾ ਰਹੇ ਹਾਂ ਪਰਿਵਾਰ ਸ਼ੁਰੂ ਤੋਂ ਮੇਰੀ ਦਾਦੀ ਸ਼ੁਭਦੀਪ ਦੀ ਦਾਦੀ ਮਾਂ ਮੇਰੇ ਮਾਤਾ ਜੀ ਉਹ ਵੀ ਅੰਮ੍ਰਿਤਧਾਰੀ ਸੀ ਜਿਹਨਾਂ ਤੋਂ ਉਹਨਾਂ ਨੂੰ ਗੁੜਤੀ ਮਿਲੀ ਕਿਉਂਕਿ ਹਰੇਕ ਫਿਲਮ ਦੇ ਵਿੱਚ ਉਹ ਲੌਕਟ ਵੀ ਆਪਣੀ ਦਾਦੀ ਦਾ ਪਾ ਕੇ ਰੱਖਦਾ ਸੀ ਪੋਤਾ ਜਸਵੰਤ ਕੌਰ ਦਾ ਟ੍ਰੈਂਡ ਗਾਣਾ ਲਿਖਿਆ ਉਹਨੇ ਆਪਣੀ ਦਾਦੀ ਦੇ ਉੱਪਰ ਲਿਖਿਆ ਪੋਤਾ ਜਸਵੰਤ ਕੌਰ ਯਾਨੀ ਉਹ ਇੱਕ ਆਪਦੇ ਪਿਤਰਾਂ ਨੂੰ ਪਰਣਾਇਆ ਹੋਇਆ ਬੱਚਾ ਸੀ ਹਰ ਜਗ੍ਹਾ ਦੇ ਉੱਤੇ ਉਹਨੇ ਆਪਣੇ ਵੱਡਿਆਂ ਦੀ ਗੱਲ ਕਰਨੀ ਮੇਰੇ ਦਾਦਾ ਜੀ ਸੀਗੇ ਕਾਹਨ ਸਿੰਘ ਉਹਨਾਂ ਦੀ ਵੀ ਇੱਕ ਵੱਖਰੀ ਆਪਾਂ ਕਦੇ ਵਿਸ਼ੇ 'ਤੇ ਗੱਲ ਕਰਾਂਗੇ ਉਹਨਾਂ 'ਤੇ ਉਹ ਫਿਲਮ ਬਣਾਉਣੀ ਚਾਹੁੰਦਾ ਸੀ ਉਹਨਾਂ ਦੀ ਲਾਈਫ ਵੀ ਵਿਦੇਸ਼ਾਂ ਦੇ ਵਿੱਚ ਕਾਫੀ ਸਟਰਗਲ ਲਾਈਫ ਰਹੀ ਹੈ ਤਾਂ ਉਹ ਉਹਦੇ ਬਾਰੇ ਕਾਫੀ ਕੁਛ ਮੈਨੂੰ ਸਵਾਲ ਕਰਦਾ ਪੁੱਛਦਾ ਉਹਦੇ ਬਾਰੇ ਕਈ ਗੱਲਾਂ ਤਾਂ ਉਹ ਕਾਫੀ ਮਸ਼ਹੂਰ ਹੈ ਆਪਦੇ ਸਮੇਂ ਦੇ ਤਾਂ ਅਸੀਂ ਮਤਲਬ ਇਹਦੀ ਅਣਸ ਵੀ ਸਾਨੂੰ ਕਦੇ ਕਦੇ ਲੱਗੀ ਵੀ ਉਹ ਬਾਬਾ ਜੀ ਵੱਲ ਗਈ ਹੈ ਉੱਦਾਂ ਹੀ ਉਹ ਵੀ ਬਹੁਤ ਦਲੇਰ ਸੀ ਇਹ ਵੀ ਉਸ ਤਰ੍ਹਾਂ ਦਾ ਮਤਲਬ ਇਹਨਾਂ ਦੀ ਜਿਹੜੀ ਨੇਚਰ ਸੀ ਉਹਨਾਂ ਨਾਲ ਖੂਬ ਖੂਬ ਮੇਲ ਖਾਂਦੀ ਸੀ ਕਈ ਵਾਰੀ ਕਿਉਂਕਿ ਜਿਹੜਾ ਆਪਣਾ ਖਾਨਦਾਨੀ ਹੈ ਨਾ ਦੂਜੀ ਤੀਜੀ ਪੀੜ੍ਹੀ 'ਚ ਵੀ ਜਾ ਕੇ ਬੰਦਾ ਮਿਲ ਜਾਂਦਾ ਕਦੇ ਕਦੇ ਉੱਦਾਂ ਦਾ DNA ਚੇਂਜ ਨਹੀਂ ਹੁੰਦਾ ਕਦੇ ਬਿਲਕੁਲ ਤੁਸੀਂ ਕਿਹਾ ਕਿ ਉਹਦਾ ਪਿਆਰ ਹੈ ਜਿਹੜਾ ਪਿਆਰ ਕਰਨ ਦਾ ਤਰੀਕਾ ਉਹ ਵਿਲੱਖਣ ਸੀਗਾ ਵੈਸੇ ਤਾਂ ਹਰ ਮਾਂ ਪਿਓ ਨੂੰ ਲੱਗਦਾ ਹੁੰਦਾ ਕਿ ਸਾਡਾ ਪੁੱਤ ਸਭ ਤੋਂ ਚੰਗਾ ਸਭ ਤੋਂ ਵੱਖਰਾ ਹੈ ਤੁਸੀਂ ਉਹਦੇ 'ਚ ਕੀ ਵਿਲੱਖਣ ਦੇਖਦੇ ਸੀ ਜਿਹੜਾ ਤੁਹਾਨੂੰ ਬਹੁਤ ਔਖਾ ਹੋ ਰਿਹਾ ਹੈ ਉਹ ਭੁੱਲਣਾ ਵਿਲੱਖਣ ਇੱਕ ਤਾਂ ਮਤਲਬ ਸਾਡੀ ਮਤਲਬ ਤੁਸੀਂ ਦੋਨੇ ਪਿਓ ਪੁੱਤਾਂ ਨੇ ਇਹ ਗੱਲ ਲੱਗੇ ਉਹ ਜਦੋਂ ਕਿਤੇ ਉਹ ਮਤਲਬ ਛੋਟਾ ਹੁੰਦਾ ਵੀ ਸੀ ਨਾ ਜਦੋਂ ਉਹ ਕਿਤੇ ਕੋਈ ਛੋਟਾ ਮੋਟਾ ਗੱਪ ਮਾਰਦਾ ਜਦੋਂ ਬੱਚਿਆਂ ਦੀ ਆਦਤ ਹੁੰਦੀ ਛੋਟੀ ਮੋਟੀ ਤਾਂ ਮੈਂ ਉਹਨੂੰ ਫੜ ਲੈਂਦਾ ਉਹ ਮੈਨੂੰ ਮਤਲਬ ਇੱਦਾਂ ਹੀ ਕਹਿ ਤੁਹਾਨੂੰ ਕੀ ਪਤਾ ਲੱਗਦਾ ਹੈ ਤੁਹਾਨੂੰ ਕੀ ਪਤਾ ਲੱਗ ਗਿਆ ਵੀ ਇਹ ਗੱਲ ਜਿੱਦਾਂ ਹੁਣ ਮੈਥ 'ਚੋਂ ਕਮਜ਼ੋਰ ਸੀ ਨਾ ਥੋੜ੍ਹਾ ਇਹ ਤਾਂ ਉਹ ਨੰਬਰ 'ਚ ਮਾੜੇ ਮੋਟੇ ਜਦੋਂ ਘਰੇ ਰਿਪੋਰਟ ਨਹੀਂ ਆਉਂਦੀ ਜਿੱਦਾਂ ਉਹਦੇ 'ਚ ਮਾੜਾ ਮੋਟਾ ਨੰਬਰਾਂ ਦੀ ਹੇਰ ਫੇਰ ਕਰਨੀ ਹੈ ਨਾ ਉਹ ਪਰ ਫੜਿਆ ਜਾਂਦਾ ਸੀ ਕਿਉਂਕਿ ਇਹਦੇ ਮੱਥੇ ਦੇ ਉੱਤੇ ਜਿਹੜੀ ਬੋਡੀ ਲੈਂਗੁਏਜ ਹੈ ਨਾ ਜਿੱਦਾਂ ਆਪਾਂ ਜਿਹੜੀ ਹਰਕਤਾਂ ਨੇ ਉਹ ਪਤਾ ਲੱਗ ਜਾਂਦਾ ਪਰ ਬੱਚਾ ਕਿਉਂਕਿ ਮਤਲਬ ਉਹ ਬਦਲ ਜਾਂਦਾ ਸੀ ਉਸ ਗੱਲ ਦੇ ਉੱਤੋਂ ਤਾਂ ਇਸ ਕਰਕੇ ਪਤਾ ਤਾਂ ਹੁੰਦਾ ਹੀ ਹੈ ਬਾਕੀ ਜਿਹੜੀ ਅਟੈਚਮੈਂਟ ਹੈ ਤੁਹਾਡੀ ਆਪਣੀ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਕਦੇ ਚਲਾਕੀਆਂ ਜਾਂ ਸਿਖਾਈਆਂ ਹੀ ਨਹੀਂ ਅਸੀਂ ਸਿੱਧ ਪੱਧਰੇ ਬੰਦੇ ਆ ਸਾਰੇ ਜਿਹੜੀ ਗੱਲ ਢਿੱਡ 'ਚ ਉਹੀ ਮੂੰਹ 'ਤੇ ਹੈ ਇਹੀ ਸੇਮ ਉਹਦੀ ਗੱਲ ਸੀ ਸੇਮ ਉਹ ਅਖੀਰ ਤੱਕ ਇਸ ਗੱਲ ਨਾਲ ਜੂਝਿਆ ਵੀ ਸਾਡਾ ਕਈ ਵਾਰੀ ਨੁਕਸਾਨ ਵੀ ਹੁੰਦਾ ਇਸ ਕਰਕੇ ਕਿਉਂਕਿ ਅਸੀਂ ਬਹੁਤਾ ਚਿਰ ਕਿਸੇ ਬਾਹਲੇ ਵੱਡੇ ਭੇਤ ਨੂੰ ਛੁਪਾ ਨਹੀਂ ਸਕਦੇ ਅਸੀਂ ਜੋ ਗੱਲ ਉਹਨੇ ਕਹਿ ਦਿੰਦੇ ਹਾਂ ਵੀ ਸਾਡੇ ਕੋਲ ਲੁਕਾਉਣ ਲਈ ਕੁਛ ਨਹੀਂ ਯਾਰ ਅਸੀਂ ਤਾਂ ਐਂ 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 ਹੀ ਕਰਨਾ
वह गल भी कह दिता से हमारा भी देखो अलारनामा लिखा पाया उस जी अटैचमेंट की गल एक बखरी है भी अटैचमेंट हम जिम्मे लाई सी बॉडी तौर पर ला लीए साडा दोनों प्यो पुतों ने एक नाप पैर की जुत्ती तो लैके सिर की पग तक जिन्ना चेर मेरा पुत गाँव रहा मैं कदम कपड़े नहीं सुमाया एक हाइट से एक हाँ मेरी 6'2" सी 6'3" सी उदों सगों मेरी शर्ट वो थोड़ी जी खुली होंगी सी हूँ थोड़ा जहा उल्ट हो गया हूँ वो शर्ट मेरी थोड़ी जी खुली होंगी इन्नी फर्क थी बाकी जिम्मे फट गई पेंटा जवाक पाँदे बस मेरे उ निकलियाँ ठीक होंगे बाकी मैं हरेक पा के तुर जाता सी जिदा करके मतलब आ जुत्ती जी पाई बैठा है भी ट्रंटो तो दवाई हुई है मैं मतलब यह भी कह कि भी डैडी ब्रांडर लवेंगे प्राडा लवेंगे फलाना मैं जी मर्जी ले साडे लिए तो सारिया एक ही है मतलब उन्होंने यही होंगे भी कुल कोई भी महंगी चीज़ है मैं सब तो पहले अपने बापू देव जिदा पहला मेरे को जनकार होंगी थी फिर पहला उन्होंने सब तो पहला जाकर उन्हें जैटा कार लेके दी 9 लाख रुपनी इदा की कुछ आई सी तो बेचारी साड़ी पहला गैस गूस से चलाते सब दिक्कत आ जाती जो कि राह पुलिस वाले चेक करते तो उन्होंने पता ही बापू भूल ही जाता तो उन्होंने नवी कार लेके मतलब हर एक चीज़ उन्हें मेरे जो उन्हें गाँव छड़ना तो 5 जनवरी का मेरा जन्मदिन है एक मेरे जन्मदिन एक मां के जन्मदिन 15 मई गाने छा 3 ही दिन है जो मां का जन्मदिन या शुभदीप का अपना जन्मदिन या मेरा जन्मदिन इन्हों डेटा तो साड़िया पक्की बुक होंगे उदो कोई गाना पहले ही तैयार होंगे हूँ भी साढ़े यही शड्यूल है भी असं परमात्मा मेहर करे तो 5 जनवरी 11 जून शोरी पर जन्मदिन दोनों प्यो पुत उन्होंने तो साल का हाफ आ जाया करूंगा ऐसे ही पक्के दो साल के दो गाने पक्के ही छड़े कर जिहड़ा बापू गाना सी वो थोड़े जन्मदिन ते आया सी बिल्कुल थानू पता सी उस गाने बारे पहला जां फिर सरप्राइज सीगा देखो पहला ये सीगे बापू जो आप निभदे हैं ना आप घर खेती तो लैके हरेक चीज जिस तरह हम खेती 2-4 किले मैं करते रहता सी हूँ डिग्री करता जी कॉलेज के जो भी वो आता भी जे बापू 2 बंद काम तू कला औखा ही मैं करा दूँ स्परे मैं करा दूँ वो नाल रहा 24 घंटे बार एतबार न आके वह खेत जाए बना वह मतलब जो पक्का ही रुझान से वह कद भी किसी साथ कोई इदा बोले उन्हें जदों भी उन्हें गाने भी लिखे कद हीर जहा कद रेत हों जो कि ना थेव उदो खेत हों मतलब गाने हकीकत है पूरी कल्पना नहीं है जिदा शायर लिखते होंगे भी कल कल्पना की लिखता है ना जंगल बेलों च बैठ के जो पर इत्थे हकीकी लाइफ है लिखदा लिखण दा की तरीका सी मतलब जिवें हुंदा ना जिहड़े लेखक हुंदे ने उहनां नूं एक जगह चाहीदी है एकांत दे विच बैठ के लिखणा जिवें तुसीं कहा जंगलां बेलियां च जाके किथे बैठ के किवें लिखदा सी खेत च बैठ के लिखण दा पुत उहदा कोई विशेष जगह जां विशेष माहौल दी तां गल ही नहीं सी तुरिया जांदा आ हुण मैनूं उहदे फ्रेंड ने दस्सिया जिहड़ा टाली वाला सौंग उहने लिखिया है ना इत्थों गड्डी लै के निकलिया खेत कोले गिया उत्थे जाके एकदम ब्रेक खिंचते गड्डी रुक रुक कहना यार लिखना सी कुछ उहदी फोन कढ़िया फोन ही उहदी नोटबुक सी उहदे कोल सारा फोन दे विच ही लिखदा सी सारा ते टाली वाला सौंग उहने मौत तो कुछ दिन पहले लिखिया और उस टाली के सामने सड़क के बराबर खेत गड्डी खड़ी करके लिखी वो एकदम एमरजेंसी ब्रेक मारे रोक के ना भी कोई गल याद आई है तो टाली के उत्ते उन्हें गाना लिया पर लिखे मतलब वह कोई टाइम विशेष जगह कुछ नहीं सी जदों कोई वो फुरना दिमाग के आए उस टाइम ही लिख लेना फिर अक्सर सुना गाने सू लगभग सारे तो मेरी आद आदत उन्हें टिप्पणी कर मैं वह आलोचक भी से सब तो बड़ा क्योंकि जिनी टोका टाकी मैं वही करता स ते आ ना छड़नी शायद कुछ टोका टाकी ना मैं अज अफसोस भी है एस वाई एल गाने के उत्ते जे मैं ना रौला पाउंदा शायद वह रिलीज कर दिंदा अच्छा तुसी तुहानू क्यों इतराज सी मैनू ये इतराज सी भी उहदे विच उहने साडे सिंह साहब जटाणा का नाम लिया सी और उन्हें काफ़ी सरकार विरोधी उहदे विच सीगे जिद्दां पग्गां दे नाल कहिंदा फिरदा टोपी वालिया कुछ इदां दी मैनू लगे भी तुहानू इक डर सी इक विवाद हो सकदा कोई ना कोई भी तू मेरी इच्छा से भी मैं ब्याह कर देव पहला क्योंकि ब्याह से पहला फरवरी का कढ़ाया फिर असी 17 अप्रैल का कढ़ाया पहला इलैक्शन आ गई 14 की फिर 17 नूं इलैक्शन हार गए माहौल जा नहीं बनया डैडी होर लेट करो तो इदा जो कुदरत नूं पुछो कुदरत नूं मंजूर ते मैं जे तुसीं इजाजत दिओ मैं पुछना चाहुंदी हां वी साडी उस भैण दा की हाल है जिन्हें ब्याह के इत्थे आउणा सीगा तुहाडी गलबात हुंदी होणी गलबात होंगी है तो हाल तो बस जिहा जिहा साडा है उहो जिहा भी बची दा वैसे कहिंदे आ ना भी जे चंगा समां नहीं रहा तो माड़ा भी हौली हौली लंघ जांदा है शायद इसे दी उड़ीक च सी
अच्छा अंकल जी, जिवें तुसीं कहा ना कि गाणा थोड़े दिन पहले ही लिखिया सी टाली वाला खेत, उस तो एकदम पहला लास्ट राइड गाणा भी आउंदा है ना। जिवें आपां देखदे हां वी जिंदगी जदों मिलदी है इंसान नूं ते 9 महीने पेट दे विच रहिंदा है बच्चा, कोई इह तां नहीं हैगा कि एकदम बच्चे दा जन्म हो गया, उहदे लई तैयारी हुंदी है। ते मैं सुणिया कि जदों मौत आउणी हुंदी है ना उदों वी कुछ ना कुछ सानूं संकेत मिलदे ने, उस दिन बारे असीं जरूर सुनना चाहांगे जिस दिन थार लै के सिद्धू गया सीगा, ਜਾਂ ਉਸ ਤੋਂ ਪਹਿਲਾਂ ਕੁਛ ਨਾ ਕੁਛ ਕੋਈ ਇਹੋ ਜਿਹੇ ਸੰਕੇਤ, ਮਤਲਬ ਤੁਹਾਨੂੰ ਹੁਣ ਯਾਦ ਆਉਂਦੀਆਂ ਹੁਣ ਗੱਲਾਂ ਵੀ, ਅੱਛਾ ਇਹ ਹੋਇਆ ਮੌਤ ਤੋਂ ਪਹਿਲਾਂ ਉਹ ਆਪਣਾ ਇਹ ਕੰਮ ਪੂਰਾ ਕਰ ਗਿਆ, ਰੱਬ ਨੇ ਉਹ ਤੋਂ ਸਾਰੀਆਂ ਚੀਜ਼ਾਂ ਪੂਰੀਆਂ ਕਰਵਾ ਲਈਆਂ, ਵੀ ਤੁਹਾਨੂੰ ਕੁਛ ਇਦਾਂ ਦਾ ਲੱਗਦਾ ਕੀ ਕਿਵੇਂ ਸੀ ਉਸ ਦਿਨ? ਬੇਟਾ ਜੇ ਮੈਂ ਸੱਚ ਕਹਾਂ ਨਾ, ਸੰਕੇਤ ਜੇ ਮਿਲਦੇ ਸੀ, ਪਰੰਤੂ ਉਹਨੂੰ ਮੈਂ ਇਹ ਨਹੀਂ ਵੇਖ ਇਸ ਪਾਸੇ ਦਿਮਾਗ ਨਹੀਂ ਜਾ ਰਿਹਾ ਸੀ ਵੀ ਇਹ ਮੌਤ ਦੇ ਸੰਕੇਤ ਹੈ। ਮੈਨੂੰ ਕਈ ਵਾਰੀ ਉਹ ਖਿਜਿਆ ਹੁੰਦਾ ਜਾਂ ਉਹਦੇ ਮੱਥੇ 'ਚ ਮੈਂ ਤਿਉੜੀਆਂ ਵੇਖਦਾ, ਮੈਨੂੰ ਐਂ ਲੱਗਦਾ ਵੀ ਇਹਦੇ ਨੇ ਭਾਰ ਹੀ ਐਡਾ, ਇਹ ਕੰਟਰੋਵਰਸੀ ਵਾਲਾ ਇਹਦਾ ਮਹਿਕਮਾ ਸਾਰਾ, ਇਹਨੂੰ ਕਿਸੇ ਨੇ ਹੋਰ ਕੁਛ ਕਰਤਾ ਹੋਣਾ, ਕਿਸੇ ਕਿਸੇ ਪਾਸੇ ਕਿਸੇ ਦੇ ਕੋਈ ਗਲਤ ਕਮੈਂਟ ਕਰਤਾ ਹੋਊਗਾ ਜਾਂ ਕੋਈ ਕਲਾਕਾਰ ਹੋਰ ਭੱਜ ਗਿਆ। ਜਦ ਮੈਨੂੰ ਇਹਦੇ ਆਪਣੇ 'ਚ ਮੇਲੇ 'ਚ ਲੱਗਦੇ ਹੁੰਦੇ ਵੀ ਸ਼ਾਇਦ ਉਹਨਾਂ ਕਰਕੇ ਪਰੇਸ਼ਾਨ ਬਹੁਤ ਹੈ। ਪਰੰਤੂ ਉਹਦੇ ਜਾਣ ਤੋਂ ਬਾਅਦ ਮੈਂ ਉਹਦੇ ਜਿੰਨੇ ਗਾਣੇ ਦੁਨੀਆਂ ਨੂੰ ਇਹ ਡਿਪਰੈਸ਼ਨ ਜਿਹਾ ਲੱਗਦਾ, ਇੱਕ ਉਹ ਲਾਈਨਾਂ ਵੀ ਸੁਣੀਆਂ, ਇੱਕ ਲਾਸਟ ਰਾਈਡ ਤੋਂ ਇਲਾਵਾ ਵੀ ਨਹੀਂ, ਇੱਕ ਹੋਰ ਵੀ ਸੀਗੀਆਂ, ਤੂੰ ਦਿਲ ਦੇ ਨੇੜੇ ਆ ਤੈਨੂੰ ਦੱਸਦਾ ਰਹਿੰਦਾ ਆ, ਕੋਈ ਫੋਨ ਤਾਂ ਦੋ ਦੋ ਨੇ, ਹਾਂ ਕੋਈ ਵੀਕ ਨਾ ਸਮਝ ਲਵੇ ਮੈਂ ਹੱਸਦਾ ਰਹਿੰਦਾ ਆ, ਗਮ ਇੰਨਾ ਜ਼ਿਆਦਾ ਹੈ ਕਿ ਭੋਰਾ ਵੀ ਨਹੀਂ ਲੱਗਦਾ, ਅੱਜ ਕੱਲ੍ਹ ਮੂਸੇ ਵਾਲੇ ਦਾ ਜੀ ਨਹੀਂ ਹੋ ਲੱਗਦਾ। ਤਾਂ ਮੈਂ ਕਦੇ ਕਦੇ ਇਹ ਚੀਜ਼ਾਂ ਮੈਨੂੰ ਹੁਣ ਬਹੁਤ ਤੰਗ ਕਰਦੀਆਂ ਨੇ ਵੀ ਇੱਕ ਬੰਦੇ ਕੋਲ ਦੁਨੀਆਂ ਭਰ ਦੀ ਸ਼ੋਹਰਤ ਹੋਵੇ, ਅੱਛਾ ਪੈਸਾ ਹੋਵੇ, ਅੱਛੀ ਫੈਮਿਲੀ ਹੋਵੇ, ਸੋਹਣਾ ਪਰਿਵਾਰ ਹੋਵੇ, ਫਿਰ ਵੀ ਉਹਦਾ ਜੀ ਕਿਉਂ ਨਹੀਂ ਲੱਗਦਾ ਸੀ, ਉਹਨੂੰ ਕਿਹੜੀਆਂ ਮੁਸ਼ਕਲਾਂ ਨੇ ਘੇਰਿਆ ਹੋਇਆ ਸੀ ਇਸ ਗੱਲ 'ਚ। ਉਹ ਸਾਡਾ ਕਿਤੇ ਨਾ ਕਿਤੇ ਜਾ ਕੇ ਸਾਡਾ ਸਿਸਟਮ ਇਹਦੇ ਲਈ ਜ਼ਰੂਰ ਜ਼ਿੰਮੇਵਾਰ ਹੈਗਾ, ਕਿਉਂਕਿ ਜੇ ਇੱਕ ਪਾਸੇ ਅਸੀਂ ਕਾਮਨਾ ਕਰਦੇ ਹਾਂ ਸਾਡੇ ਬੱਚੇ ਅੱਛੀ ਤਾਲੀਮ ਲੈਣ, ਅੱਛੀ ਪੜ੍ਹਾਈ ਲਿਖਾਈ ਕਰਨ, ਚੰਗਾ ਯੋਗਦਾਨ ਪਾਉਣ ਜਾ ਕੇ ਆਪਣੇ ਦੇਸ਼ ਦੇ ਵਿਕਾਸ ਦੇ ਵਿੱਚ, ਇੱਕ ਪਾਸੇ ਜੇ ਕਾਮਯਾਬ ਹੋ ਜਾਂਦਾ ਤੁਸੀਂ ਉਹਨੂੰ ਕਿੰਨੀਆਂ ਅੜਚਨਾ ਪਾਉਂਦੇ ਹੋ, ਉਹ ਤੇ ਪਰਚੇ ਦੇ ਰਹੇ ਹੋ। ਸ਼ੁਭਦੀਪ ਦੀ ਲਾਈਫ ਦੇ ਉੱਤੇ 6 ਪਰਚੇ ਉਹਦੇ ਉੱਤੇ ਦਰਜ ਹੋ ਗਏ ਸੀ ਇੱਕਾ ਦੁੱਕਾ ਕਰਕੇ, ਐਡਾ ਕਿਹੜਾ ਕ੍ਰਾਈਮ ਕਰਦਾ ਸੀ ਉਹ, ਆਰਮਸ ਐਕਟ ਉਹਦੇ ਉੱਤੇ ਲੱਗ ਗਿਆ। ਸ਼ੁਭਦੀਪ ਨੇ ਕਿੱਥੋਂ ਪਾਈ ਕਿ 47 ਲੈਣ ਦੀ, ਵੀ ਇੱਕ ਸੈਲੀਬ੍ਰਿਟੀ ਹੋਣ ਕਰਕੇ 2-4 ਪੱਤਰਕਾਰ ਭਰਾ ਸਾਡੇ, 2-4 ਐਡਵੋਕੇਟ ਸਾਹਿਬ ਸਾਡੇ, ਇੱਕ ਆਪਣੇ ਕਲਮ ਨੂੰ ਚਮਕਾਉਣ ਦੇ ਮਾਰੇ, ਇੱਕ ਆਪਣੇ ਪੇਸ਼ੇ ਨੂੰ ਚਮਕਾਉਣ ਦੇ ਮਾਰੇ ਉਹਨੂੰ ਬੱਚੇ ਨੂੰ ਦੇ ਪਿੱਛੇ ਪੈ ਗਏ ਹੱਥ ਧੋ ਕੇ, ਉਹਦੀ ਗਲਤੀ 'ਤੇ ਗਲਤੀ, ਗਲਤੀ 'ਤੇ ਗਲਤੀ। ਇੱਕ ਤੁਸੀਂ ਦੇਖਿਆ ਹੋਣਾ ਸਾਡੇ ਪ੍ਰੋਫੈਸਰ ਸਾਹਿਬ ਨੇ, ਉਹਨਾਂ ਨੇ ਉਹਨਾਂ ਦਾ ਗੁਰਬਾਣੀ 'ਚ ਗੁਰੂ ਗ੍ਰੰਥ ਸਾਹਿਬ ਲਿਖਣ ਦੇ ਵਿੱਚ ਬੜਾ ਵੱਡਾ ਯੋਗਦਾਨ ਹੈ, ਮੈਂ ਬਹੁਤ ਸਤਿਕਾਰ ਕਰਦਾ। ਉਹਨਾਂ ਨੇ ਸਿਰ ਤੋਂ ਬੋਰਡ ਨਹੀਂ ਲਾਇਆ ਜਿੰਨਾ ਚਿਰ ਮੇਰਾ ਬੱਚਾ ਜਿਉਂਦਾ ਰਿਹਾ, ਪਰ ਮੈਂ ਉਹਨਾਂ ਨੂੰ ਹੁਣ ਵੀ ਪੁੱਛਣਾ ਚਾਹੁੰਦਾ ਵੀ ਕੀ ਹੁਣ ਕ੍ਰਾਈਮ ਘੱਟ ਗਿਆ ਪੰਜਾਬ ਦੇ ਵਿੱਚ, ਹੁਣ ਗੈਂਗਸਟਰਵਾਦ ਘੱਟ ਗਿਆ, ਹੁਣ ਕੋਈ ਗੰਨ ਦੇ ਉੱਤੇ ਗਾਣੇ ਨਹੀਂ ਗਾਉਂਦਾ, ਹੁਣ ਕੋਈ ਨਸ਼ੇ ਦੇ ਉੱਤੇ ਗਾਣੇ ਨਹੀਂ ਗਾਉਂਦਾ, ਭਾਈ ਹੁਣ ਵੀ ਬੋਲੋ ਕਿ ਜਾਂ ਇੱਕ ਬੱਚੇ ਸਾਡੇ ਘਰ ਤੱਕ ਪਹੁੰਚ ਜਾਂਦੇ ਹੋ, ਹੁਣ ਕਹੋ ਕਿਸੇ ਹਿੰਮਤ ਕਰੋ, ਗੈਂਗਸਟਰਵਾਦ ਸਾਡੀ ਜਵਾਨੀ ਨੂੰ ਦਿਨ ਖਾਈ ਨਾ, ਨਸ਼ੇ ਸਾਡੀ ਜਵਾਨੀ ਨੂੰ ਗਲਤਾਨ ਹੋ ਗਈ ਆ ਸਾਰੀ, ਸਾਡੇ ਕੋਲ ਬੱਚੇ ਹੀ ਗਿਣਤੀ ਦੇ ਉਂਗਲਾਂ ਦੇ ਗਿਣ ਜੋਗੇ ਨਹੀਂ ਬੱਚੇ ਜੇ ਘਰਾਂ ਦੇ ਵਿੱਚ ਦੇਖੋਗੇ। ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਵੀ ਜਿਹੜਾ ਮਤਲਬ ਗਾਇਕ ਜਿਹੜਾ ਗਾਉਂਦੇ ਨੇ ਹਥਿਆਰਾਂ ਬਾਰੇ, ਜਾਂ ਫਿਰ ਥੋੜਾ ਬਹੁਤ ਇਹ ਵੀ ਕਿਤੇ ਨਾ ਕਿਤੇ ਜ਼ਿੰਮੇਦਾਰ ਹੈ ਪੰਜਾਬ ਦੇ ਇਸ ਮਾਹੌਲ ਬਾਰੇ, 100% ਨਹੀਂ ਆਪਾਂ ਕਹਿ ਸਕਦੇ ਕਿਉਂਕਿ ਐਟ ਦ ਐਂਡ ਦਾ ਸਿਸਟਮ ਹੀ ਜ਼ਿੰਮੇਦਾਰ ਹੈ। ਪਤਾ ਗੱਲ ਕਿ ਕਹਿੰਦੇ ਸਾਰੇ ਨੇ ਜੀ ਇਹਦਾ ਅਸਰ ਪੈਂਦਾ ਜੀ ਇਹ ਫਲਾਨਾ, ਪਰ ਤੁਸੀਂ ਮੈਨੂੰ ਇੱਕ ਵੀ ਗੈਂਗਸਟਰ ਇਹੋ ਜਿਹਾ ਦਿਖਾ ਦਿਓ ਜਿਹੜਾ ਕਹਿ ਦੇ ਵੀ ਫਲਾਨੇ ਸਿੰਗਰ ਨੂੰ ਸੁਣ ਕੇ ਗੈਂਗਸਟਰ ਬਣ ਗਿਆ। ਗੈਂਗਸਟਰ ਬਣਾਉਂਦੇ ਨੇ ਹਾਲਾਤ, ਪੁਲਿਸ ਤੰਤਰ ਸਾਡਾ, ਜਦੋਂ ਇੱਕ ਬੰਦੇ 'ਤੇ ਇੱਕ ਵਾਰੀ ਗਲਤ ਪਰਚਾ ਹੋ ਗਿਆ ਫਿਰ ਮੁੜ ਕੇ ਉਹ ਗਲਤ ਰਸਤੇ ਪੈ ਜਾਂਦਾ। ਕਿੰਨੇ ਮੁੰਡਿਆਂ ਨੇ ਤੁਹਾਨੂੰ ਇਸ ਤਰ੍ਹਾਂ ਉਦਾਹਰਣਾਂ ਮਿਲ ਜਾਣਗੀਆਂ, ਪਰੰਤੂ ਵੈਪਨ ਵਾਲਾ ਕੋਈ ਗਾਣਾ ਸੁਣ ਕੇ ਕੋਈ ਕਿਸੇ ਨੇ ਹਥਿਆਰ ਚੱਕ ਲਏ ਹੋਣ, ਮੈਨੂੰ ਇੱਕ ਗਾਣਾ ਦੱਸ ਦਿਓ ਅੱਜ ਤੱਕ। ਜਦਕਿ ਜੋ ਹਥਿਆਰਾਂ ਦੀ ਗੱਲ ਹੈ ਜਿੱਥੇ ਤੱਕ, ਉਹ ਸਾਡੀ ਕੌਮ ਦਾ ਵਿਰਸਾ ਵੀ ਹੈ। ਠੀਕ ਹੈ, ਹਥਿਆਰਾਂ ਦੀ ਵਰਤੋਂ ਜ਼ੁਲਮ ਦੇ ਖਿਲਾਫ਼ ਕਰਨੀ ਚਾਹੀਦੀ ਹੈ, ਸ਼ੋਸ਼ੇਬਾਜ਼ੀ ਤੋਂ, ਵਿਆਹਾਂ ਸ਼ਾਦੀਆਂ ਤੋਂ ਸਾਨੂੰ ਜ਼ਰੂਰ ਬਚਣਾ ਚਾਹੀਦਾ ਇਹਨਾਂ ਗੱਲ ਤੋਂ, ਇਹ ਨੁਕਸਾਨਦਾਇਕ ਨੇ। ਪਰੰਤੂ ਸਾਡੀ ਕੌਮ ਹਥਿਆਰਾਂ ਤੋਂ ਪਰੇ ਮੂੰਹ ਮੋੜ ਲਵੇ, ਇਹ ਕਦੇ ਵੀ ਨਹੀਂ ਹੋ ਸਕਦਾ। ਹੁਣ ਨਸ਼ੇ ਹੈ, ਨਸ਼ਿਆਂ ਦੇ ਖਿਲਾਫ਼ ਹੁਣ ਜੇ ਮਾੜੀ ਮੋਟੀ ਠੱਲ ਪੈਣੀ ਸ਼ੁਰੂ ਹੋਈ ਹੈ ਤਾਂ ਇਹ ਲੋਕ ਉੱਠੇ ਨੇ ਆਪ।
सरकारां दा हुण भी ना दे बराबर है। मैं तुहानूं पहलां दस के हटिया उहदा कैमरा भी देखो आ थोड़े साढ़े गुआंढ दे विच की हो रहा नशे दे विच। पुलिस तां नैक्सस है तुहाडे सामने, इहनां दे इक जिम्मेवार पढ़े लिखे एम एल ए कुंवर विजय प्रताप जी ने, पी एच डी ने, उह आई पी एस ने, जे उह कोई गल कहिंदे ने उहदा कोई मतलब है। सरकार नूं कन्न खोल के सुननी चाहीदी है गल। ਬਿਲਕੁਲ, ਨਸ਼ਿਆਂ ਦਾ ਜਿਹੜਾ ਨੈਕਸਸ ਹੈ ਉਹ ਅਸੀਂ ਵੀ 2022 ਜਦੋਂ ਇਲੈਕਸ਼ਨ ਹੋਈ ਸੀ ਉਸ ਤੋਂ ਪਹਿਲਾਂ ਅਸੀਂ ਖੁਦ ਪੰਜਾਬ ਦੇ ਵਿੱਚ ਜਾ ਕੇ ਸਰਵੇ ਕੀਤਾ ਸੀ ਤਾਂ ਅਸੀਂ ਉਸ ਸਰਵੇ ਦੇ ਵਿੱਚ ਪ੍ਰੂਫ ਇੱਕ ਸਿੱਧ ਕੀਤਾ ਸੀ ਕਿ ਨਸ਼ਾ ਤਸਕਰ, ਪੁਲਿਸ ਅਤੇ ਕੁਛ ਸਿਆਸਤਦਾਨ, ਇਹਨਾਂ ਦੇ ਨੈਕਸਸ ਤੋਂ ਬਿਨਾਂ ਨਸ਼ੇ ਦੀ ਸਪਲਾਈ ਹੋ ਹੀ ਨਹੀਂ ਸਕਦੀ, ਨਸ਼ੇ ਦੀ ਐਂਟਰੀ ਹੋ ਹੀ ਨਹੀਂ ਸਕਦੀ ਸਟੇਟ ਦੇ ਵਿੱਚ। ਸੋ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈ। ਸੋ ਅੰਕਲ ਜੀ, ਉਸ ਦਿਨ ਦੀ ਮੈਂ ਗੱਲ ਕਰ ਰਹੀ ਸੀ ਕਿ ਜਿਸ ਦਿਨ 29 ਮਈ ਨੂੰ ਸਿੱਧੂ ਵੀਰ ਗਿਆ ਹੈ ਘਰੋਂ, ਬਸ ਬੇਟਾ ਰੂਟੀਨ ਦੀ ਲਾਈਫ ਸੀ। ਬਸ 11 ਤੋਂ ਲੈ ਕੇ 3 ਵਜੇ ਤੱਕ ਸੁੱਤਾ ਰਿਹਾ, 3 ਕੁ ਵਜੇ ਉੱਠਿਆ, ਬਸ ਉਹਦੀ ਮਾਂ ਨੇ ਉਹਨੂੰ ਫੁਲਕਾ ਦਿੱਤਾ, ਉਹ ਤੋਂ ਬਾਅਦ ਰੋਟੀ ਖਾਈ ਜਾਂਦਾ। ਉਧਰ ਮੈਂ ਵੀ ਬਾਹਰੋਂ ਆਇਆ ਤਾਂ ਮੈਨੂੰ ਕਿਸੇ ਗੱਡੀ 'ਤੇ ਸ਼ੱਕ ਜਿਹਾ ਪੈਂਦਾ ਥੋੜ੍ਹਾ ਜਿਹਾ। ਅਤੇ ਪਹਿਲਾਂ 27 ਤਰੀਕ ਨੂੰ ਵੀ ਹੋਈ ਸੀ ਇਹ ਗੱਲ। ਅੱਛਾ, ਉਸ ਦਿਨ ਵੀ ਉਹਨੇ ਮਗਰਾ ਕੀਤਾ ਸੀ। ਉਸ ਦਿਨ ਮੈਨੂੰ, ਮੈਂ ਬਾਈਕ 'ਤੇ ਮਗਰ ਸੀਗਾ ਅਤੇ ਮੈਂ ਕਹਿੰਦਾ ਮੈਂ ਇਹਨਾਂ ਨੂੰ ਅਲਰਟ ਕਰ ਗਿਆ ਅਤੇ ਇਹਨਾਂ ਨੇ ਅਸੀਂ ਗੱਡੀ ਘਰੇ ਵੜਤੀ। ਫਿਰ ਉਸ ਤੋਂ ਬਾਅਦ ਇਹ ਮਾਨਸਾ ਗਿਆ ਆਪਦੇ ਤਾਇਆ ਜੀ ਦੇ ਘਰ, ਉੱਧਰ ਵੀ ਉਹ ਪਿੱਛੇ ਗਏ, ਉਹਨਾਂ ਨੂੰ ਐਂ ਲੱਗਿਆ ਵੀ ਇਹ ਕੋਰਟ ਦੇ ਵਿੱਚ ਚਲਾ ਗਿਆ। ਇਹ ਗੱਲ ਗੈਂਗਸਟਰ ਨੇ ਹੀ ਮੰਨੀ ਹੈ, ਕਿਉਂਕਿ ਪਿਛਲੇ 15 ਦਿਨ ਤੋਂ ਇਹਦਾ ਲਗਾਤਾਰ ਹੀ ਪਿੱਛਾ ਕਰ ਰਹੇ ਸੀ ਉਹ ਇਹਦਾ। ਲਾਸਟ ਵਾਲੇ ਦਿਨ ਬਸ ਨਹਾਤਾ, ਉੱਠ ਕੇ ਨਹਾ ਕੇ ਬਸ ਸ਼੍ਰੀ ਆਤ ਉਹਦੇ ਵੀ ਸ਼ਾਮ ਨੂੰ ਘੰਟਾ ਕੁ ਘੁੰਮਿਆ ਆਉਂਦਾ ਹੁੰਦਾ ਸ਼ਾਮ ਨੂੰ। ਤਾਂ ਉਸੇ ਟਾਈਮ ਦੇ ਮੁਤਾਬਕ ਮੈਂ ਇਹਨੂੰ ਆ ਕੇ ਕਿਹਾ ਵੀ ਬੇਟਾ ਵੀ ਮੈਨੂੰ ਬਾਹਰ ਇੱਕ ਗੱਡੀ ਸ਼ੱਕੀ ਜਿਹੀ ਲੱਗਦੀ ਵੀ ਕੈਮਰੇ ਅੱਗੇ ਆ ਕੇ ਮੂੰਹ ਜਿਹਾ ਢੱਕ ਲੈਂਦੇ ਨੇ। ਮੈਨੂੰ ਕਹਿੰਦਾ ਪਾਪਾ ਬਹੁਤ ਡਰ ਲੱਗ ਗਿਆ ਤੁਸੀਂ, ਸਗੋਂ ਨੇ ਮੇਰੀ ਗੱਲ ਉਲਟ ਲੈ ਲਈ, ਚੌੜ ਚ ਲੱਗ ਗਿਆ ਤੂੰ ਹੁਣ ਪਹਿਲਾਂ ਵਾਲਾ ਫੌਜੀ ਨਹੀਂ ਰਿਹਾ, ਸ਼ਾਇਦ ਇਹਦੇ ਅਕੋਰਡਿੰਗ ਤੁਸੀਂ ਚਿੰਤਾ ਜ਼ਿਆਦਾ ਕਰਨ ਲੱਗ। ਹੁਣ ਉਹੀ ਗੱਲ ਬਜੇ ਕਿ ਮੇਰੇ ਕੋਲ ਗੱਲ ਦੱਸਣੋਂ ਵੀ ਬਹੁਤ ਘੱਟ ਗਿਆ ਸੀ ਉਹ। ਅੱਗੇ ਅਸੀਂ ਮਤਲਬ ਜੇ ਮੈਂ ਨਾ ਇਲੈਕਸ਼ਨ ਤੋਂ ਪਹਿਲਾਂ ਦੀ ਗੱਲ ਕਰਾਂ, ਜੇ ਕੋਈ ਥਰੈਟ ਜਾਂ ਕੋਈ ਆ ਜਾਂਦਾ ਫਿਰ ਅਸੀਂ ਦੋਨੇ ਜਾਣੇ ਤਿਆਰੀ ਕਰ ਦਿੰਦੇ ਉਸ ਗੱਲ 'ਤੇ। ਵਾਲੀਬਾਲ ਖੜਾ ਕੇ ਲਿਆਉਣਾ ਬਾਹਰ, ਮੈਂ ਬਕਾਇਦਾ ਨਾਲ ਅਸਲੇ ਨਾਲ 24 ਘੰਟੇ ਦੇ ਨਾਲ ਹੁੰਦਾ, ਹਰੇਕ ਸ਼ੋਅ ਦੇ ਉੱਤੇ ਮੈਂ ਆਪਦਾ ਅਸਲਾ ਲੈ ਕੇ ਇਹਦੇ ਪਿੱਛੇ ਖੜਾ ਹੁੰਦਾ। ਪਰੰਤੂ ਹੁਣ ਉਹਨੂੰ ਪਤਾ ਨਹੀਂ ਕਿਉਂ ਲੱਗਣ ਲੱਗਿਆ ਵੀ ਬਾਪੂ ਜ਼ਿਆਦਾ ਚਿੰਤਾ ਕਰਦਾ, ਹੁਣ ਮੈਨੂੰ ਥੋੜ੍ਹਾ ਜਿਹਾ ਦੱਸਦਾ ਘੱਟ ਸੀ ਵੀ ਟੈਨਸ਼ਨ ਲੈਣਗੇ। ਹਾਂ ਵੀ ਚਿੰਤਾ ਕਰਨਗੇ ਜਿੱਦਾਂ ਦੀ ਗੱਲ ਹੈ। ਤਾਂ 4:30 ਵਜੇ ਬਸ ਇਹਦੀ ਮਾਂ ਕਿਸੇ ਦੇ ਬੈਠਣ ਚਲੀ ਗਈ ਪਿੰਡ 'ਚ, ਮੈਂ ਹਾਲੇ ਬਾਹਰਲੇ ਕਮਰੇ 'ਚ ਕਰਨਾ ਮੈਂ ਨਾਲੇ 'ਚ ਹੀ ਬੈਠਾ, ਉੱਥੇ ਆ ਗਿਆ ਘੁੰਮ ਕੇ, ਕਹਿੰਦਾ ਮੈਂ ਤੈਨੂੰ ਕਹਿਣ ਬਸ ਚੱਲੀਏ। ਅਤੇ ਮੈਂ ਕਿਹਾ ਮੈਂ ਚੱਲਾਂ ਨਾਲ, ਮੈਨੂੰ ਕਹਿੰਦਾ ਡੈਡੀ ਨਾਲ ਤੁਸੀਂ ਲਿਬੜੇ ਪਏ ਹੋ, ਮੇਰੇ ਧੂੜ ਜੀ ਪਈ ਹੋਈ ਸੀ, ਮੈਂ ਵੀ ਮਲ ਖੇਤੂ ਆਇਆ ਸੀ। ਅਤੇ ਮੇਰੇ ਕਹਿਣ ਦੇ ਬਾਵਜੂਦ ਵੀ ਮੈਨੂੰ ਮਨਾ ਕਰ ਗਿਆ, ਮੈਂ ਦੂਰ ਨਹੀਂ ਜਾਣਾ, ਮੈਂ ਬਸ ਇੱਥੇ ਆਇਆ ਗੋਲ ਗੱਪੇ ਖਾ ਕੇ ਆ ਗਿਆ ਬਸ, ਮੈਨੂੰ ਐਂ ਜੀ ਕਰਕੇ। ਅਤੇ ਅਸੀਂ ਪੌਦ ਲਾਈ ਜਾਂਦੇ ਸੀ ਖੇਤ, ਕਹਿੰਦਾ ਤੁਸੀਂ ਸੀਰੀ ਨਾਲ ਉੱਥੇ ਆ ਜਾਓ, ਆਪਾਂ ਪੌਦ ਨੂੰ ਪਾਣੀ ਵੀ ਲਾਵਾਂਗੇ। ਅਤੇ ਮੈਂ ਵੀ ਉੱਥੇ ਆ ਗਿਆ ਸੀ ਗੋਲ ਗੱਪੇ ਖਾ ਕੇ, ਉੱਥੇ ਆ ਗਏ ਬਸ, ਇੰਨੀ ਗੱਲ ਹੋਈ ਹੈ ਬਸ। ਮੇਰਾ ਮਨ ਫਿਰ ਵੀ ਨਹੀਂ ਖੜਿਆ, ਜਦੋਂ ਉਹ ਨਿਕਲ ਗਿਆ ਮੈਂ ਫਿਰ ਲੱਗਿਆ ਤਾਂ ਇਹਨੇ ਖੜੇ ਨੇ ਗੇਅਰ ਲਾਤਾ ਗੱਡੀ ਦਾ। ਅੱਛਾ, ਪਿੱਛੇ ਅਸੀਂ ਦੂਜੀ ਗੱਡੀ ਕੱਢ ਲਈ ਨਾਲ ਹੀ। ਅੱਛਾ, ਨਾਲ ਹੀ ਤੁਸੀਂ ਚਲੇ ਗਏ? ਬਸ ਥੋੜ੍ਹੇ 1-2 ਮਿੰਟਾਂ ਦੇ ਫਰਕ। ਠੀਕ ਹੈ, ਤੁਹਾਡਾ ਸਿਕਿਉਰਿਟੀ ਗਾਰਡ ਤੁਹਾਡੇ ਨਾਲ ਸੀ? ਹਾਂ। ਠੀਕ ਹੈ, ਉਹ ਤੁਹਾਡੀਆਂ ਅੱਖਾਂ ਦੇ ਮਤਲਬ ਆਈ ਲੈਵਲ 'ਚ ਸੀਗੀ ਗੱਡੀ, ਤੁਸੀਂ ਦੇਖ ਸਕਦੇ ਸੀਗੇ? ਨਹੀਂ ਨਹੀਂ ਬਿਲਕੁਲ, ਫਿਰ ਗੈਪ ਸੀਗਾ ਕਾਫੀ, ਪਿੱਛੇ ਪਿੱਛੇ ਜਾ ਰਿਹਾ ਸੀ ਮੈਂ। ਅੱਛਾ, ਥੋੜ੍ਹਾ ਗੈਪ ਸੀ ਪਰ ਪਿੱਛੇ ਉਹ ਫਿਰ ਜਿਹੜੀ ਸਾਡੀ ਉਹ ਵੀ ਆਇਆ ਹੋ ਗਈ ਵੀ ਮੇਰੀ ਗੱਡੀ ਨਾ ਉਹ ਜਿਹੜੀ ਗੱਡੀ 'ਚ ਮੈਂ ਪਹਿਲਾਂ ਬੈਠਾ ਉਹ ਪੈਂਚਰ ਹੋ ਗਈ ਸੀ। ਅੱਛਾ, ਫਿਰ ਨਾਲ ਹੀ ਦੂਜਾ ਮੁੰਡਾ ਤਾਂ ਦੋਸਤ ਹੈ ਆਪਣਾ ਇਹਦਾ ਸ਼ੁਭਦੀਪ ਦਾ ਸਾਡੇ ਪਿੰਡੋਂ ਹੀ, ਉਹ ਆ ਗਿਆ ਸੀ, ਉਹਦੇ ਨਾਲ ਹੀ ਬਹਿ ਕੇ ਮਗਰੇ ਹੋ ਗਏ। ਉੱਥੇ ਆਪਾਂ ਅੰਕਲ ਫਿਰ ਆਈਏ, ਹੈ ਨਾ, ਜ਼ਿੰਦਗੀ ਹੈ ਜਿਹੜੀ ਬਹੁਤ ਬਦਲ ਜਾਂਦੀ ਹੈ ਉਸ ਚੀਜ਼ ਤੋਂ ਬਾਅਦ। ਅਸੀਂ ਤੁਹਾਡੀ ਸਿਹਤ ਵੀ ਦੇਖਦੇ ਹਾਂ, ਸਾਰੇ ਲੋਕ ਹੀ ਦੇਖਦੇ ਨੇ ਕਿ ਪਹਿਲਾਂ ਤੁਸੀਂ ਕੀ ਹੁੰਦੇ ਸੀਗੇ, ਹੁਣ ਤੁਹਾਡੀ ਸਿਹਤ ਦੇ ਵਿੱਚ ਬਹੁਤ ਬਦਲਾਅ ਹੈ, ਉਸ ਤੋਂ ਬਾਅਦ ਕਿੰਨੀ ਵਾਰੀ ਹਸਪਤਾਲ ਵੀ ਜਾਣਾ ਪਿਆ ਹੈ, ਤੇ ਜ਼ਿੰਦਗੀ ਤੇ ਕਿੰਨਾ ਕੁ ਅਸਰ ਪਿਆ ਹੈ, ਉਹ ਦੁੱਖ ਬਹੁਤ ਵੱਡਾ ਹੁੰਦਾ ਹੈ, ਅਸੀਂ ਸਿਰਫ ਮਹਿਸੂਸ ਕਰ ਸਕਦੇ ਹਾਂ। ਅਸਰ ਹੈ ਜਿਹੜਾ ਸਭ ਤੋਂ ਵੱਧ ਤੁਹਾਡੇ ਤੇ ਹੈ, ਆਂਟੀ ਤੇ ਹੈ, ਕਿਵੇਂ ਅਸਰ ਤਾਂ ਹੁਣ ਬੇਟਾ ਮਤਲਬ ਇੱਥੋਂ ਤੱਕ ਹੈ ਵੀ ਜੇ ਆਪਾਂ ਗੱਲ ਨੂੰ ਮੰਨੀਏ ਵੀ ਅਸਰ ਪਿਆ ਹੈ, ਅਸਰ ਪਿਆ ਤਾਂ ਆਪਾਂ ਕਹਿ ਨਹੀਂ ਸਕਦੇ, ਕਿਉਂਕਿ ਅਸਰ ਤਾਂ ਹੁੰਦਾ ਵੀ ਜੇ ਕੋਈ 100% ਹੈ ਉਹਦੇ ਵਿੱਚ 5-10% 20% ਚੇਂਜ ਆ ਗਈ, ਆਪਾਂ ਨੂੰ ਕਹਿੰਦੇ ਵੀ ਅਸਰ ਪੈ ਗਿਆ, ਹੈ ਨਾ। ਇੱਥੇ ਤਾਂ ਵਿਹੜੇ ਉਲਟਾ ਵੱਜ ਗਿਆ, ਇੱਕਦਮ ਡੂੰਘੀ, ਆਪਾਂ ਜਿੱਦਾਂ ਕਿਸੇ ਖਾਈ 'ਚ ਗਿਰ ਜਾਂਦੇ ਹਾਂ ਨਾ, ਜਮਾਂ ਵੀ ਕੋਈ ਉੱਪਰ ਨਿਕਲਣ ਦੀ ਉਹ ਪੁਜੀਸ਼ਨ ਹੋ ਗਈ ਸਾਡੀ। ਮਤਲਬ ਮੈਂ ਜੇ 29 ਮਈ ਤੱਕ ਆਪਣੇ ਆਪ ਨੂੰ ਦੇਖਾਂ ਬਲਕੌਰ ਸਿੰਘ ਨੂੰ ਅਤੇ ਅੱਜ ਦੇ ਬਲਕੌਰ ਸਿੰਘ ਨੂੰ ਦੇਖਾਂ ਤਾਂ ਜ਼ਮੀਨ ਅਸਮਾਨ ਦਾ ਫਰਕ। ਉੱਥੇ ਮੈਂ ਇੱਕ ਮਸਤ ਮਲੰਗ
ਬੋਝ ਕਰਨ ਵਾਲਾ ਸੌਖਾ ਬਜ਼ੁਰਗ ਦੇ ਤੌਰ ਤੇ ਮੈਂ ਆਪਦੀ ਜ਼ਿੰਦਗੀ ਜਿਉਂ ਰਿਹਾ ਸੀ ਵੀ ਕੋਈ ਜ਼ਿੰਮੇਵਾਰੀ ਨਹੀਂ ਹੈਗਾ ਬੱਬਰ ਸ਼ੇਰ ਮਗਰ ਕੋਈ ਪੈਸੇ ਦੀ ਕਮੀ ਨਹੀਂ ਕੋਈ ਸ਼ੋਹਰਤ ਦੀ ਕਮੀ ਨਹੀਂ ਗੱਡੀ ਬਦਲ ਲਈ ਟਰੈਕਟਰ ਚਲਾ ਲਿਆ ਉਹ ਕਰਕੇ ਨਾ ਉਸ ਤੋਂ ਬਾਅਦ ਗਵਾਉਣ ਤੋਂ ਹੀਰਾ ਗਵਾਉਣ ਤੋਂ ਬਾਅਦ ਇੱਕ ਹਾਰਿਆ ਹੋਇਆ ਜੁਆਰੀ ਨਹੀਂ ਹੱਥ ਪੱਲੇ ਪਲੀ ਜਾਂਦਾ ਹੁੰਦਾ ਨਾ ਕੁਛ ਕਰ ਸਕਦਾ ਨਾ ਕੋਈ ਵੀ ਕਰੀਏ ਤਾਂ ਕਰੀਏ ਕੀ ਕਿਤੇ ਉਹ 'ਤੇ ਗੁੱਸਾ ਆਉਂਦਾ ਕਦੇ ਉਹ ਗੱਲ ਕਹਿੰਦਾ ਉਹਦੀ ਗੱਲ ਚੰਗੀ ਲੱਗਦੀ ਹੈ ਬਦਲ ਥਾਲੀ ਵਾਲੇ ਪਾਣੀ ਵਾਂਗੂ ਜਿਹੜਾ ਮਨ ਡੋਲਦਾ ਚਾਰ ਜ਼ਿੰਦਗੀ ਨੂੰ ਸ਼ੁਰੂ ਕਰੀਏ ਤਾਂ ਕਿਹੜੇ ਪਾਸੋਂ ਕਰੀਏ ਪਰ ਇਹ ਵੀ ਹੈ ਫਿਰ ਆਪਾਂ ਦਸਮੇਸ਼ ਪਿਤਾ ਦੇ ਔਲਾਦਾਂ ਬਿਲਕੁਲ ਨਾ ਫਿਰ ਉਹੀ ਚੀਜ਼ ਆਖਿਰਕਾਰ ਹੌਸਲਾ ਵੇਖ ਕੇ ਫਿਰ ਲੱਗਦਾ ਵੀ ਜਦੋਂ ਉਹਨੇ ਸੱਤ ਦੇ ਕੇ ਵੀ ਚੱਲਿਆ ਤਾਂ ਤੂੰ ਵੀ ਉਹ ਤੋਂ ਲੈ ਆਸ਼ੀਰਵਾਦ ਤੁਹਾਡੇ ਸਿਰ 'ਤੇ ਵੀ ਹੱਥ ਰੱਖੂਗਾ ਮਹਾਰਾਜ ਤਾਂ ਬੱਚੀ ਖੁੱਚੀ ਜ਼ਿੰਦਗੀ ਨੂੰ ਤਲਾਸ਼ਣ ਦੀ ਕੋਸ਼ਿਸ਼ ਕਰ ਰਹੇ ਹਾਂ ਜਦੋਂ ਤੁਸੀਂ ਕਿਹਾ ਕਿ ਪਹਿਲਾਂ ਤੁਸੀਂ ਬਹੁਤ ਮਤਲਬ ਮਸਤ ਹੁੰਦੇ ਸੀਗੇ ਤੁਸੀਂ ਕਦੇ ਗੱਡੀ ਬਦਲ ਲਈ ਟਰੈਕਟਰ 'ਤੇ ਜਾਣਾ ਇੱਕ ਆਪਣੇ ਪੁੱਤਰ ਦੇ ਨਾਲ ਰਹਿਣਾ ਇੱਕ ਬੰਦਾ ਤੁਸੀਂ ਵੀ ਇੱਕ ਜਵਾਨ ਮਹਿਸੂਸ ਕਰਦੇ ਹੋਵੋਗੇ ਕਿ ਹਾਂ ਜਦੋਂ ਪੁੱਤ ਹਾਣ ਦਾ ਹੋ ਜੇ ਤਾਂ ਪਿਓ ਬਹੁਤ ਵੱਖਰੇ ਸਰੂਰ ਦੇ ਵਿੱਚ ਹੁੰਦਾ ਆ ਬਿਲਕੁਲ ਮੈਂ ਪੰਜ ਸਾਲ ਬੇਟਾ ਉਹਦੇ ਨਾਲ ਬਤੌਰ ਗਨਮੈਨ ਹੀ ਰਿਹਾ ਮੈਂ ਆਪਣੇ ਆਪ ਨੂੰ ਉਹਦਾ ਫਾਦਰ ਬਣ ਕੇ ਉਹਦੇ ਨਾਲ ਨਹੀਂ ਚੱਲਿਆ ਕਿਉਂਕਿ ਸਾਨੂੰ ਲੋਕਾਂ ਨੇ ਚੁਣੌਤੀਆਂ ਇੰਨੀਆਂ ਪੇਸ਼ ਕੀਤੀਆਂ ਜਗ੍ਹਾ ਜਗ੍ਹਾ 'ਤੇ ਲੱਤਾਂ ਖਿੱਚਣ ਵਾਲੇ ਜਗ੍ਹਾ ਜਗ੍ਹਾ 'ਤੇ ਧੋਖਾ ਦੇਣ ਵਾਲੇ ਲੋਕ ਪਹਿਲਾਂ ਇੰਡਸਟਰੀ ਦੇ ਸੀ ਉਸ ਤੋਂ ਬਾਅਦ ਪੋਲੀਟਿਕਸ ਦੇ ਵੀ ਹੋ ਗਏ ਅਤੇ ਜਦੋਂ ਸਧਾਰਨ ਘਰ ਦੇ ਵਿੱਚ ਉਹ ਬੰਦਾ ਹੁੰਦਾ ਜਿਹਦੀ ਬੈਕ ਨਹੀਂ ਨਾ ਹੁੰਦੀ ਉਹਨੂੰ ਤੰਗ ਕਰਨ ਵਾਲੇ ਲੋਕ ਵੀ ਬਹੁਤ ਹੁੰਦੇ ਨੇ ਉਹਨੂੰ ਹੇਟ ਕਰਦੇ ਵੀ ਯਾਰ ਪੰਜ ਚਾਰ ਕਿੱਲਿਆਂ ਵਾਲਾ ਅੱਜ ਤਾਂ ਕਰੋੜਾਂ ਦੀਆਂ ਗੱਲਾਂ ਕਰਦਾ ਤਾਂ ਇੱਦਾਂ ਕਰਦਾ ਨਾ ਕੁਛ ਮਤਲਬ ਕਈ ਵਾਰੀ ਨਾ ਅਸੀਂ ਆਪਣੇ ਦੁੱਖਾਂ ਕਰਕੇ ਦੁਖੀ ਨਹੀਂ ਹੁੰਦੇ ਅਸੀਂ ਦੂਜੇ ਦੇ ਸੁੱਖਾਂ ਕਰਕੇ ਜ਼ਿਆਦਾ ਦੁਖੀ ਹੁੰਦੇ ਹਾਂ ਉਹ ਕੁਛ ਇਸ ਤਰ੍ਹਾਂ ਦੀ ਕੈਟਾਗਰੀ ਸਾਡੇ ਪਿੱਛੇ ਵੀ ਸੀਗੀ ਪਰ ਤੁਸੀਂ ਕਦੇ ਇਹ ਤਾਂ ਨਹੀਂ ਸੋਚਿਆ ਹੋਣਾ ਵੀ ਇੰਨਾ ਵੱਡਾ ਇਹ ਚੀਜ਼ ਹੋ ਜਾਣੀ ਹੈ ਇਹ ਤਾਂ ਬੰਦਾ ਸੋਚਦਾ ਨਹੀਂ ਹੁੰਦਾ ਨਾ ਕਿ ਹਾਂ ਇਹ ਇੱਥੋਂ ਤੱਕ ਜੇ ਮੈਨੂੰ ਮੈਂ ਤਾਂ ਕਾਸ਼ ਇਸੇ ਕਰਕੇ ਕਹੀ ਨਾ ਪਰਮਾਤਮਾ ਨੇ ਮੈਨੂੰ ਹੀਰਾ ਦਿੱਤਾ ਸੀ ਮੈਂ ਤਾਂ ਕੱਚ ਸਮਝ ਕੇ ਚੱਕੀ ਫਿਰਦਾ ਰਿਹਾ ਮੈਂ ਤਾਂ ਉਹਨੂੰ ਜਦੋਂ ਖੋਣ ਤੋਂ ਬਾਅਦ ਮੈਨੂੰ ਪਤਾ ਲੱਗਿਆ ਵੀ ਇਹ ਤਾਂ ਹੀਰਾ ਸੀ ਮੈਨੂੰ ਤਾਂ ਪੁੱਤ ਦੇ ਸੰਸਕਾਰ ਤੇ ਆਈ ਹੋਈ ਸੰਗਤ ਨੇ ਦੱਸਿਆ ਵੀ ਤੇਰਾ ਪੁੱਤ ਕੀ ਸੀ ਝੂਠ ਨਹੀਂ ਬੋਲਦਾ ਮੈਨੂੰ ਨਹੀਂ ਪਤਾ ਸੀ ਮੈਂ ਉਹਨੂੰ ਸਮਝਦਾ ਸੀ ਇੱਕ ਸਧਾਰਨ ਲੜਕਾ ਮੇਰੇ ਚਾਚੇ ਤਾਏ ਮੇਰੇ ਭਤੀਜੇ ਉਹ ਖੇਤੀ ਕਰਕੇ ਚਾਰ ਪੈਸੇ ਕਮਾ ਲੈਂਦਾ ਮੇਰਾ ਗਾ ਕੇ ਕਮਾ ਲੈਂਦਾ ਚਾਰ ਪੈਸੇ ਔਰ ਮੈਨੂੰ ਇਹ ਲੱਗਿਆ ਵੀ ਚੱਲ ਇਹਦਾ ਫੀਡ ਵੱਖਰਾ ਮੈਂ ਇਹਨੂੰ ਚਲੋ ਪੜ੍ਹਾ ਗਿਆ ਗ੍ਰੈਜੂਏਟ ਕਰਾ ਤੀ ਬੀ ਟੈਕ ਕਰ ਗਿਆ ਹੈ ਨਾ ਵੀ ਚੱਲ ਇਹ ਥੋੜ੍ਹਾ ਜਿਹਾ ਉਸ ਹਿਸਾਬ ਨਾਲ ਇਹਦਾ ਫਰਕ ਹੈ ਪਰ ਮੈਨੂੰ ਇਹ ਨਹੀਂ ਸੀ ਲੱਗਦਾ ਹੁੰਦਾ ਵੀ ਅਸੀਂ ਇੰਨੇ ਵੱਡੇ ਸੈਲੀਬ੍ਰਿਟੀ ਹਾਂ ਸਾਨੂੰ ਥੋੜ੍ਹੀ ਜਿਹੀ ਗੈਪ ਬਣਾ ਲੈਣਾ ਚਾਹੀਦਾ ਅਸੀਂ ਆਪਦੀ ਲਾਈਫ ਨੂੰ ਉਵੇਂ ਜਿਵੇਂ ਰੱਖਿਆ ਤਾਂ ਜੋ ਸਾਡਾ ਭਾਈਚਾਰਾ ਸ਼ੁਭਦੀਪ ਸੋਚਦਾ ਸੀ ਉਹ ਐਂ ਨਾ ਕਹਿਣ ਵੀ ਯਾਰ ਇਹ ਮਹਿੰਗੇ ਬੂਟ ਪਾ ਕੇ ਤੁਸੀਂ ਕਦੇ ਵੀ ਮੇਰੇ ਬੱਚੇ ਨੂੰ ਵੇਖ ਲਓ ਚੱਪਲਾਂ ਦੇ ਵਿੱਚ ਦਿਖਾਈ ਦਿੰਦਾ ਹੁੰਦਾ ਘਰੇ ਕਦੇ ਵੀ ਉਹਨੇ ਕਦੇ ਬੂਟ ਜਾਂ ਕੋਈ ਮਹਿੰਗੇ ਸ਼ੂਜ਼ ਪਾ ਕੇ ਜਾਂ ਕੋਈ ਸਵੇਰੇ ਸੈਰ ਕਰਦਾ ਫਿਰਦਾ ਹੋਵੇ ਜਾਂ ਕੋਈ ਜਿੱਦਾਂ ਆਪਣੇ ਆਮ ਹੀ ਹੁੰਦੇ ਬੱਚੇ ਕਿ ਅਸੀਂ ਨਾ ਲੈਣਗੇ ਫਿਰ ਕੋਈ ਸੁਕਾਉਣ ਵਾਸਤੇ ਵੀ ਬਾਈਕ ਹੋ ਕਰਕੇ ਹੈ ਨਾ ਪਰ ਉਹ ਨਹੀਂ ਹਮੇਸ਼ਾ ਜੇ ਬਾਹਰ ਨਿਕਲਿਆ ਜਾਂ ਤਾਂ ਟਰੈਕਟਰ 'ਤੇ ਜਾਂ ਆਪਦੀ ਕਾਰ 'ਤੇ ਹੈ ਜਾਂ ਤੁਰ ਕੇ ਉਹਨੇ ਕਦੇ ਵੀ ਫੋਕਾ ਸਟੰਟ ਬਾਜੀ ਤੋਂ ਹਮੇਸ਼ਾ ਹੀ ਦੂਰ ਰਹਿੰਦਾ ਸੀ ਸਾਦਗੀ ਮਨ ਦੇ ਵਿੱਚ ਉਹ ਚੀਜ਼ ਸੀ ਵੀ ਲੋਕੀ ਨਾ ਕਹਿਣ ਸਾਦਾਪਨ ਪਹਿਲਾਂ ਤੁਸੀਂ ਦੱਸੋ ਜੇ ਮੈਨੂੰ ਇੰਨਾ ਪਤਾ ਹੁੰਦਾ ਵੀ ਮੇਰਾ ਪੁੱਤ ਇੰਨਾ ਕੀਮਤੀ ਹੈ ਜਾਂ ਉਹ ਇੰਨਾ ਵੱਡਾ ਸੈਲੀਬ੍ਰਿਟੀ ਹੈ ਔਰ ਨਾ ਤਾਂ ਮੇਰੇ ਪੁੱਤ ਨੇ ਕਦੇ ਸ਼ੋਅ ਕੀਤੀ ਇਹ ਚੀਜ਼ ਔਰ ਨਾ ਮੈਂ ਕਦੇ ਉਹਨੂੰ ਪੁੱਛਿਆ ਮੈਂ ਵੀ ਨਹੀਂ ਕਦੇ ਮੇਰੇ ਬੇਟੇ ਨੂੰ ਪੁੱਛਿਆ ਵੀ ਤੇਰੀ ਕਿੰਨੀ ਆਮਦਨ ਹੈ ਤੂੰ ਸ਼ੋਅ ਦੇ ਕਿੰਨੇ ਪੈਸੇ ਲੈਂਦਾ ਹਾਂ ਜਿੰਨੀ ਲੋੜ ਹੈ ਮੈਂ ਕੋਈ ਘਰੇ ਕੋਈ ਸੌਦਾ ਕਰ ਲਿਆ ਜਾਂ ਕੋਈ ਮਕਾਨ ਮੈਂ ਜਿੰਨੇ ਮੰਗੇ ਮੈਨੂੰ ਦੇ ਤੇ ਮੈਂ ਬਹੁਤਾ ਵੀ ਉਹਦੇ ਵਿੱਚ ਨਹੀਂ ਪੈਂਦਾ ਸਾਡੇ ਦੋਨਾਂ ਦਾ ਹੀ ਫੱਕਰ ਸੁਭਾਅ ਸੀ ਇਸ ਮਾਮਲੇ ਤੋਂ ਉਹਨੇ ਆਪਣੇ ਕੋਲ ਕਦੇ ਫੋਟੋ ਨਹੀਂ ਰੱਖਿਆ ਉਹਨੂੰ ਜੇ 5,000 ਚਾਹੀਦਾ 10,000 ਬਾਪੂ ਦੇ ਉਹਨੇ ਮੇਥੋਂ ਪੜ ਕੇ ਲੈਣੇ ਮਤਲਬ ਸਾਡਾ ਜ਼ਮੀਨ ਆਪਾਂ ਕਹਿ ਦਈਏ ਵੀ ਇੱਕ ਲੇਖਾ ਜੋਖਾ ਬਹੁਤ ਸਧਾਰਨ ਤੇ ਹੁਣ ਤੁਹਾਨੂੰ ਮਤਲਬ ਕਿਸੇ ਚੀਜ਼ ਤੋਂ ਅਫਸੋਸ ਹੁੰਦਾ ਜਦੋਂ ਕੋਈ ਇਨਸਾਨ ਚਲਾ ਜਾਂਦਾ ਹੈ ਤਾਂ ਸਾਡੇ ਮਨ ਦੇ ਵਿੱਚ ਬਹੁਤ ਸੋਚਾਂ ਆਉਂਦੀਆਂ ਵੀ ਕਾਸ਼ ਮੈਂ ਇਹ ਕਰ ਲੈਂਦਾ ਕਾਸ਼ ਮੈਂ ਉਹ ਕਰ ਲੈਂਦਾ ਮੈਂ ਉਹਨੂੰ ਜਾਣ ਲਾ ਦਿੰਦਾ ਉਸ ਦਿਨ ਮੈਂ ਰੋਕ ਲੈਂਦਾ ਤਾਂ ਸ਼ਾਇਦ ਬਚ ਜਾਂਦਾ ਇੱਦਾਂ ਦੇ ਖਿਆਲ ਵੀ ਆਉਂਦੇ ਨੇ ਤੁਸੀਂ ਕਿਹਾ ਕਿ ਕੱਚ ਮੈਂ ਸਮਝਿਆ ਪਰ ਹੀਰਾ ਸੀ ਹੈ ਨਾ ਇੱਕ ਥੋੜ੍ਹਾ ਜਿਹਾ ਅਫਸੋਸ ਹੁੰਦਾ ਮੈਨੂੰ ਆਪਣੇ ਆਪ 'ਤੇ ਮੈਂ ਮੇਰੇ ਪੁੱਤ ਨਾਲ ਵਾਅਦਾ ਕਰਿਆ ਹੋਇਆ ਸੀਗਾ ਜਿੱਦੇ ਅਸੀਂ ਕਨੇਡਾ ਤੋਂ ਆ ਕੇ ਇੰਡੀਆ ਨੂੰ ਚੱਲੇ ਹਾਂ ਉਹਨੂੰ ਕਹਿਤਾ ਸੀ ਉਹ ਸਾਡਾ ਪੈਰ ਪੈਰ 'ਤੇ ਦੁਸ਼ਮਣ ਹੈ ਮੇਰਾ ਮੇਰੇ ਪੁੱਤ ਨਾਲ ਇਹ ਵਾਅਦਾ ਕੀਤਾ ਹੋਇਆ ਸੀ ਪੁੱਤ ਮੇਰਿਆ ਗਾਵਾਂਗੇ ਤਾਂ ਆਪਾਂ ਹੈਗੇ ਆਪਾਂ ਨੂੰ ਸਟੇਜ ਵਾਹਿਗੁਰੂ ਨੇ ਦਿੱਤੀ ਹੈ ਪਰੰਤੂ ਜਿੱਦੇ ਤੇਰੇ 'ਤੇ ਕੋਈ ਹਮਲਾ ਹੋਇਆ ਮਰਨ ਵਾਲਾ ਪਹਿਲਾ ਬੰਦਾ ਮੈਂ ਹੋਊਂਗਾ ਸ਼ਾਇਦ ਕਿਤੇ ਨਾ ਕਿਤੇ ਮੈਨੂੰ ਇਹ ਲੱਗਦਾ ਵੀ ਮੈਂ ਉਸ ਚੀਜ਼ ਤੋਂ ਪਛੜ ਗਿਆ ਅਤੇ ਮੇਰਾ ਪੁੱਤ ਇਕੱਲਾ ਜੂਝ ਗਿਆ ਉਸ ਹਾਲਾਤ ਦੇ ਨਾਲ ਮੇਰਾ ਉਹਦੇ ਨਾਲ ਵਾਅਦਾ ਕੀਤਾ ਹੋਇਆ ਸੀ ਪਹਿਲੀ ਗੋਲੀ ਮੇਰੇ ਵੱਜੂਗੀ ਤੂੰ ਅਤੇ ਟੈਨਸ਼ਨ ਨਹੀਂ ਲੈਣੀ ਖੁੱਲ੍ਹ ਕੇ ਚੱਲ ਤੂੰ ਸ਼ਾਇਦ ਇਹੀ ਵਜ੍ਹਾ ਸੀ ਉਹ ਹਰੇਕ ਸਟੇਜ ਦੇ ਉੱਤੇ ਵੀ ਇਹ ਗੱਲ ਕਹਿੰਦਾ ਰਿਹਾ ਵੀ ਬਾਪੂ ਵਰਗਾ ਯਾਰ ਨਹੀਂ
मेरे ना दुनिया बहुत घूम ली है ना, मैं उन्होंने इन्ने औखे हालातों के हौसला दिता सी भी यार मारन वाले चार हाथ नहीं, पर फिर भी जिहड़ियां कतीड़ां आईयां सी चार ना उन्हां दी लत्तां कंबदियां सी, कल्ले जट नूं हथ पाउंदियां होइआं वी। मैं एक फौजी सी, असीं हमेशा ही फौज की तरह रहिंदे सी, अगर काश साढ़े चों एक बंदा हुंदा नाल उहदे तां इहदा रिजल्ट बदल दिंदे सी लड़ाई का, परंतु थोड़ा कला करके तो उत्थे जाके मैनूं किते ना किते अपने आप से भी गुस्सा आउंदा है। दो काम सी, मैं जां तां खुद लड़दा उहदी लड़ाई जां मैं घट्टो घट्ट एन एस जी कमांडो सानू आराम नाल असीं यार उहनूं अफोर्ड कर सकदे सी, परंतु मैं उहदी लोड़ महसूस क्यों ना समझी, ये चीज़ा मैं बहुत तंग करदियां ने हुण भी। कोई मित्र प्यारे भी कहिंदे बापू जी तुसीं क्यों जाण दित्ता, क्योंकि मैं जाण ही जाण नहीं सी, साडी लाइफ बड़ी सधारण सी। अच्छा जे तो मैं कहना मैं कित शो से चलें जा मैं कित रिश्तेदारी चलें जा कि दूर चले, फिर तो मैं मतलब ही नहीं घरों कल तुरंत लोकल जिम्मे कह दी आ बस इतने गया है ना, वह चीजा सू कि भुलेखा नहीं सोचता इंसान। ਆਖਰੀ ਵਾਰੀ ਤੁਹਾਡੀ ਉਹੀ ਗੱਲ ਹੋਈ ਸੀ ਬਸ ਜਾਂਦੇ ਟਾਈਮ, ਬਸ ਉਹੀ ਗੱਲ ਹੋਈ ਲਾਸਟ, ਮੈਂ ਲਾਸਟ ਮਿੰਟ ਤੇ ਮੈਂ ਆਪਦੇ ਕੋਲੋਂ ਤੋੜਿਆ ਉਹਨੂੰ, ਸਾਡੇ 2-4 ਮਿੰਟ ਦੇ ਸਾਡਾ ਗੈਪ ਪਿਆ ਉਸ ਦੇ ਵਿੱਚ। ਤੁਸੀਂ ਦੱਸਿਆ ਕਿ ਅਫਸੋਸ ਹੁੰਦਾ ਹੈ ਕਈ ਵਾਰੀ, ਬੇਚੈਨੀ ਵੀ ਹੁੰਦੀ ਹੈ ਜਦੋਂ ਆਪਣਾ ਕੋਈ ਬਹੁਤ ਹੀ ਪਿਆਰਾ ਚਲਾ ਜਾਂਦਾ ਹੈ, ਅਸੀਂ ਬਹੁਤ ਬੇਚੈਨ ਹੋ ਜਾਂਦੇ ਹਾਂ ਕਈ ਵਾਰੀ, ਸਾਨੂੰ ਲੱਗਦਾ ਹੈ ਕਿ ਕਾਸ਼ ਉਹ ਇੱਥੇ ਹੋਵੇ, ਕਾਸ਼ ਮੇਰੇ ਨਾਲ ਗੱਲ ਕਰੇ, ਉਹਦੀ ਆਵਾਜ਼ ਸੁਣੇ, ਤੁਸੀਂ ਉਹਨੂੰ ਜੱਫੀ ਪਾਓ ਆਪਣੇ ਪੁੱਤ ਨੂੰ, ਬਹੁਤ ਬੇਚੈਨੀ ਤੁਹਾਨੂੰ ਵੀ ਹੁੰਦੀ ਹੋਊਗੀ, ਉਦੋਂ ਕੌਣ ਹੌਸਲਾ ਦਿੰਦਾ ਹੈ? ਆਂਟੀ ਵੀ ਮੈਨੂੰ ਲੱਗਦਾ ਹੈ ਕਿ ਇੱਕ ਦੂਜੇ ਨੂੰ ਫਿਰ ਤੁਸੀਂ ਆਪ ਹੌਸਲਾ ਦਿੰਦੇ ਹੋ, ਵਿਦਾ ਹੋਣਾ ਸੀਗਾ ਤਕਲੀਫ ਤਾਂ ਓਨੀ ਆਉਣੀ ਸੀ, ਅੱਜ ਵੀ ਆ ਰਹੀ ਹੈ। ਹੁਣ ਜਿਹੜਾ ਮਸਲਾ ਹੈ ਸਾਰੇ ਉਹ ਇੱਕ ਜੱਫੀ ਦਾ ਹੀ ਹੈ, ਗਲਵੱਕੜੀ ਦਾ ਹੀ ਹੈ, ਪਿਆਰ ਨਾਲ ਜਦੋਂ ਆ ਕੇ ਲਾ ਲੈਣ ਸਾਰਾ ਥਕੇਵਾ ਲੈ ਜਾਂਦਾ ਸੀ ਨਾ। एक बड़ा हौसला सी, मां ने पुत च एनर्जी तो इन्नी ज्यादा सी, उहदे च कोई चीज असंभव शब्द तो उहदे डिक्शनरी च है नहीं सी। अच्छा, बहुत पॉजिटिव सी, बहुत पॉजिटिव रहिंदा सी, बहुत पॉजिटिव रहिंदा सी, पर उहदी मां दा भी हिस्सा सी। हले मैं कदे ना कदे थोड़ा जिहा उहनूं कहदा वी आ ऐ नहीं, ऐ होजू ऐ होजू। उहदी मां भी मतलब रब दे उत्ते बहुत विश्वास कर रखदी सी, उहनूं मतलब इन्ना ज्यादा पाठ करदे ने आप। आखिरी दिन की मैं घटना दसा, मतलब तो सादापन इन्ना, डॉक्टर ने हुण मेरे तो सामने सिर मारता, परंतु फिर भी एक लत्त दे उत्ते खड़ी सी, नहीं अपना वाहिगुरू धोखा नहीं हुंदा, कुछ नहीं हुंदा, इहनूं मैनूं भरोसा है रब ते। वो उदों तक भी उहदा वाहिगुरू ते इन्ना ज़्यादा विश्वास सी भी नहीं मेरा पुत्त हुण भी ठीक हो जूगा। जदों उन्होंने दूजे नाल ट्रीटमेंट शुरू करता जी, ग्लूकोज वगैरह परे पट्टी है ना, और कई बार मतलब मन भावुक भी होंगे है ना, उ मोर्चरी जी इन्हें डोनेट की महीना पहला इलेक्शन के चीज़ा, उ हॉस्पिटल जिन्हों 40 लाख रुपया इन्हें सानू लोगों ने सलाह दी भी तुम कमलो 4 वोटा पै जाएगी किसी वार्ड से ला दो, किसी की गली नाली बना दो, तो 40 लाख रुपया हस्पताल से लाता, तो उधर थोड़ा विरोधी उम्मीदवार डॉक्टर है, डॉक्टर डॉक्टर वोटा पै जाएंगे, सोडे पल्ले की है ये कहता यार वोटा चीज नहीं सी, हॉस्पिटल है इतने है ही कुछ नहीं, कुछ ना कुछ तो होना चाहिए। हाँ जी, लेकिन जो डॉक्टर ने सिर मारिया जाके मैं उस हस्पताल जिदे लिए तेरे सुपने गुंदे हुए से पुता एडे एडे, अज यार तू कला ही पे फटे ते डॉक्टर असमर्था जाहर कर गया है। एवं मैं कहना मैं डॉक्टर की भी अज थे माध्यम के नाल गल, मतलब डॉक्टर इन्ने भजे, एक दो लेडी डॉक्टर भी मतलब जिन्होंने जदों जिमें पता लगे सिद्धू तो फैर गो भी हॉस्पिटल में दौड़े लो बाहोदा ही, मैं उन्होंने नाम नहीं जानता बच्चिया के, एक दो मुंडे भी ने नवे नवे, तो सारे सिद्धू बचा चाहते सी, परंतु देर हो चुकी सी, जलमा ने फैर ही इन्ने ज्यादा किए भी कल्ले बहुते जने ने घेरा करके साढ़े गल साहब चाह। बिल्कुल, बहुत हर कोई उस टाइम यही चाहता सी भी शायद सानू ਸਾਨੂੰ ਮੌਤ ਦੀ ਖਬਰ ਨਾ ਮਿਲੀ। ਅਸੀਂ ਵੀ ਸਾਨੂੰ ਪੱਤਰਕਾਰ ਨੇ ਜਦੋਂ ਖਬਰ ਦਿੱਤੀ ਕਿ ਸਿੱਧੂ 'ਤੇ ਅਟੈਕ ਹੋ ਗਿਆ ਤਾਂ ਮੈਂ ਖੁਦ ਉਦੋਂ ਉਹ ਖਬਰ ਸੁਣੀ ਸੀ ਤਾਂ ਮੈਂ ਕਿਹਾ ਸੀ ਕਿ ਸਾਨੂੰ ਹੋਰ ਕੋਈ ਖਬਰ ਨਹੀਂ ਚਾਹੀਦੀ, ਸਾਨੂੰ ਇਸ ਤੋਂ ਬਾਅਦ ਚੰਗੀ ਖਬਰ ਹੀ ਚਾਹੀਦੀ ਹੈ, ਪਰ ਉਹ ਨਹੀਂ ਆ ਸਕੀ। ਸੋ ਉਸ ਤੋਂ ਬਾਅਦ ਅੰਕਲ ਪ੍ਰੋਬਲਮਸ ਆਈਆਂ ਹੋਣਗੀਆਂ, ਹੁਣ ਜਿਹੜੀ ਅੰਦਰ ਦਾ ਦੁੱਖ ਹੈ ਨਾ, ਪਹਾੜ ਜਿੱਡਾ ਦੁੱਖ, ਉਹ ਤਾਂ ਉਹਦੇ ਬਾਰੇ ਆਪਾਂ ਜਾਣਦੇ ਹਾਂ, ਸ਼ਾਇਦ ਮਹਿਸੂਸ ਕਰ ਸਕਦੇ ਹਾਂ, ਪਰ ਇੱਕ ਸਮਾਜਿਕ ਤੌਰ 'ਤੇ ਕੁਛ ਸਮੱਸਿਆਵਾਂ ਆਉਂਦੀਆਂ ਨੇ। ਸਿੱਧੂ ਦਾ ਇੰਨਾ ਵੱਡਾ ਕਾਰੋਬਾਰ ਸੀ, ਉਹਦਾ ਆਪਣਾ ਸਟੂਡੀਓ ਸੀ,
चैनल सी तां तुहानू तुसी सारे कासे दे विच इनवॉल्व सीगे, उस तों बाद तुहानू इस खेतर दे विच वी प्रॉब्लम्स आईयां, ओह सारे कुछ नू समेटण दे विच जां तुसी उहदे विच पहलां ही इनवॉल्व सी तुहानू पता सी। कोई तां तुहानू पता ही है वी हर एक फील्ड दे विच बंदे चंगे वी हुंदे आ बंदे माड़े वी हुंदे आ। उहदे कुछ फील्ड तक तां मैं इनवॉल्वमेंट सी मेरी शोआं तक। अच्छा, शो बुक करन दा नहीं आपां कोई पता हुंदा वी उह किन्ने पैसे लैंदा, थोड़े लैंदा कि बाले लैंदा, उह नहीं मैं कदे करिया सी। परंतु जदों शो बुक हो जांदा उहदी पेमेंट लैणी जमा कराउणी की उह मेरा कम हुंदा सी। उहने तां बस कहना शो बुक कर लिया और उह डेट ते जाणा ही उहदा मैं कम सी, बाकी सारा कुछ मैं नाल हुंदा, मैं जा सारे पैसे टैके एडवांस वी आ जाणा जां कोई जिद्दां वी कोई सिस्टम इहदा चलदा उह चलदा सीगा। हाँ, कुछ ऑनलाइन ने जिदा कई गाणियां ते कॉपीराइट तों लैके स्ट्राइकां नूं लैके कुछ ਕਹਿੰਦਾ ਜੀ ਤਾਂ ਮੈਨੂੰ ਪਹਿਲਾਂ ਸਿੱਧੂ ਦਾ ਦਿੱਤਾ ਹੋਇਆ ਸੀ, ਕਾਫੀ ਡਿਸਪਿਊਟ ਹੋਏ ਨੇ ਉਦੋਂ ਬਾਅਦ। ਹਾਂਜੀ ਹਾਂਜੀ। ਤੇ ਦੋਸਤ ਲਗਭਗ ਹਰ ਇੱਕ ਬੰਦਾ ਜੇ ਕੋਈ ਜੁੜਿਆ ਸੀ ਤਾਂ ਮੈਂ ਜੋ ਮੈਂ ਮਹਿਸੂਸ ਕੀਤੀ ਉਹਦੇ ਜਾਣ ਤੋਂ ਬਾਅਦ ਉਹ ਆਪਣੇ ਫਾਇਦੇ ਲਈ ਸੀ। ਜਿਵੇਂ ਜਿਵੇਂ ਫਾਇਦਾ ਪੂਰਾ ਹੁੰਦਾ ਦਿਸਿਆ ਜਾਂ ਫਾਇਦਾ ਨਹੀਂ ਹੁੰਦਾ ਦਿਸਿਆ ਰਾਈਟ ਟਰਨ ਕਰਕੇ ਸਾਰੇ ਤਾਂ ਬਹੁਤੇ ਦੋਸਤ ਜੋ ਮੈਨੂੰ ਬਾਪੂ ਜੀ ਕਹਿ ਕੇ ਜਾਂ ਡੈਡੀ ਜੀ ਕਹਿ ਕੇ ਵੀ ਸਤਿਕਾਰ ਦਿੰਦੇ ਸੀ, ਮੈਂ ਉਹ ਵੀ ਆਪਣੀ ਜਗ੍ਹਾ 'ਤੇ ਖਰੇ ਉਤਰੇ ਨਹੀਂ ਦੇਖੇ, ਉਹ ਵੀ ਕਿਤੇ ਨਾ ਕਿਤੇ ਭੱਜਣ ਉਤਰ ਜੀ ਉਹਨਾਂ ਨੇ ਦਿੱਤੀ ਹੈ। ਤਾਂ ਇਸ ਵੇਲੇ ਮੈਂ ਲਗਭਗ ਮੀਆਂ ਬੀਵੀ ਕਹਿ ਸਕਦੇ ਹੋ। ਅੱਛਾ, ਦੋਨੇ ਆ ਨਾਲ, ਉਹ ਬੱਚੀ ਦਾ ਸਾਥ ਹੈ ਜਿੰਨਾ ਕਰ ਸਕਦੀ ਹੈ ਵਿਚਾਰੀ ਕੰਟਰੀਬਿਊਸ਼ਨ ਕਰਦੀ ਹੈ ਨਾਲ ਸਾਡੇ, ਉਹ ਤੇ ਵਧੀਆ ਠੀਕ ਚੱਲੀ ਜਾਂਦਾ ਹੈ। ਠੀਕ ਹੈ, ਤੁਸੀਂ ਉਦੋਂ ਭੋਗ ਤੇ ਕਿਹਾ ਸੀ ਕਿ 10 ਸਾਲ ਹਜੇ ਤੁਸੀਂ ਸਿੱਧੂ ਨੂੰ ਗਾਣਿਆਂ ਰਾਹੀਂ ਜਿਉਂਦਾ ਰੱਖੋਗੇ, ਸੋ 10 ਸਾਲਾਂ ਤੱਕ ਉਹ ਮਟੀਰੀਅਲ ਇੰਨਾ ਜ਼ਿਆਦਾ ਮਤਲਬ ਤਿਆਰ ਕਰਕੇ ਗਿਆ ਸੀ ਸਿੱਧੂ? ਹਾਂ ਬੇਟਾ, ਉਹ ਤਾਂ ਮੈਟਰ ਬਹੁਤ ਬੜਾ ਪਿਆ ਆਪਣੇ ਕੋਲੇ। ਅੱਛਾ, ਅਨਰਿਲੀਜ਼ਡ ਗਾਣੇ ਪਏ ਨੇ ਤੇ ਕਾਫੀ ਗਾਣੇ ਤਾਂ ਤਿਆਰ ਵੀ ਪਏ ਨੇ, ਕੰਪਲੀਟ ਇੱਕ ਵੀਡੀਓ ਵੀ ਤਿਆਰ ਪਏ ਨੇ, ਉਹ ਅਸੀਂ ਬਸ ਹੁਣ ਇਹਦਾ ਵੀ ਪਹਿਲਾਂ ਹੋਲੋਗ੍ਰਾਮ 'ਤੇ ਧਿਆਨ ਦੇ ਦਿੱਤਾ ਸੀਗਾ। ਠੀਕ ਹੈ, ਹੋਲੋਗ੍ਰਾਮ ਤੋਂ ਬਾਅਦ ਫਿਰ ਨਵੇਂ ਸਾਲ ਤੋਂ ਫਿਰ ਜਿਵੇਂ ਤੁਹਾਨੂੰ ਦੱਸਿਆ ਵੀ 5 ਜਨਵਰੀ ਐਂਡ 11 ਜੂਨ ਇਹ ਪੱਕੀਆਂ ਡੇਟਾਂ ਕਰ ਦਿਆਂਗੇ ਆਪਾਂ, ਅਤੇ 2 ਗਾਣੇ ਆਏ ਸਾਲ ਛੱਡੀ ਚੱਲਾਂਗੇ, ਤਾਂ ਫਿਰ ਸਾਰਾ ਸਾਲ ਸੁਣ ਤਾਂ ਦੇਖੋਗੇ ਤੁਸੀਂ ਜਾ ਕੇ। ਬਾਕੀ ਜਿਹੜਾ ਉਹਦਾ ਨਵਾਂ ਚੈਨਲ ਆ ਉਹ 'ਤੇ ਵੀ ਆਪਾਂ ਨਵੇਂ ਲੜਕਿਆਂ ਨੂੰ ਜਿਹੜੇ ਟੈਲੈਂਟ ਹੈ 1-2 ਤਾਂ ਸਿੱਧੂ ਦੇ ਸਿਲੈਕਟ ਕੀਤੇ ਹੋਏ ਨੇ। ਹਾਂਜੀ ਹਾਂਜੀ, ਤਾਂ ਬਹੁਤ ਛੇਤੀ ਆਪਾਂ ਉਹਨਾਂ ਦੇ ਗਾਣੇ ਵੀ ਕਰਾਂਗੇ, ਉਹਨਾਂ ਨੂੰ ਮੌਕਾ ਦੇਣਾ। ਹਾਂ, ਨਾਟਕ ਉਹਨਾਂ ਦਾ ਚੈਨਲ ਦਾ ਸਾਡਾ ਮਕਸਦ ਵੀ ਇਹੀ ਸੀਗਾ ਵੀ ਅਸੀਂ ਜਿਹੜਾ ਨਿਊ ਟੈਲੈਂਟ ਹੈ ਜਿਹੜਾ ਉਹ ਤਲਾਸ਼ਾਂਗੇ, ਵੀ ਜਿੱਥੇ ਕਿਤੇ ਵੀ ਸਾਨੂੰ ਆਵਾਜ਼ ਦਮਦਾਰ ਲੱਗੂਗੀ ਉਹਨੂੰ ਰਿਕਾਰਡ ਕਰਾਂਗੇ। ਇਹ ਮਤਲਬ ਸਿੱਧੂ ਦਾ ਡ੍ਰੀਮ ਸੀਗਾ ਜਾਂ ਤੁਸੀਂ ਬਾਅਦ ਚੋਂ ਸੋਚਿਆ ਇਹ? ਨਹੀਂ, ਸਿੱਧੂ ਦਾ ਡ੍ਰੀਮ ਸੀ ਕਿਉਂਕਿ ਉਹਦੇ ਕੋਲੇ ਬੜੇ ਲੋਕ ਇਹੋ ਜਿਹੇ ਹੁੰਦੇ, ਕਿਉਂਕਿ ਲੋਕਾਂ ਨੇ ਨਾ ਇਸ ਲਾਈਨ ਨੂੰ ਮਹਿੰਗੀ ਬੜਾ ਬਣਾਤਾ, 20-20 ਲੱਖ ਰੁਪਏ ਦੇ ਵੀਡੀਓ ਅਤੇ ਸ਼ੂਟਿੰਗ ਦਾ ਖਰਚਾ ਬਹੁਤ ਜ਼ਿਆਦਾ ਲੈਂਦੇ ਆ ਲੋਕ, ਵੀਡੀਓਗ੍ਰਾਫੀ ਵਗੈਰਾ ਦਾ ਅਤੇ ਗਾਣਿਆਂ ਦਾ ਅਤੇ ਹੋਰ ਦਾ। ਸ਼ੁਭਦੀਪ ਦਾ ਇਹ ਸੁਪਨਾ ਸੀ, ਉਹਨੇ ਹਰੇਕ ਚੀਜ਼ ਨੂੰ, ਤੁਸੀਂ ਦੇਖੋ ਜਿਹੜਾ ਪਹਿਲਾ ਗਾਣਾ ਆਇਆ ਸੀ ਜਿੱਥੇ ਬੰਦਾ ਮਾਰ ਕੇ, ਕੁੱਲ 25,000 ਦਾ ਗਾਣਾ ਤਿਆਰ ਸੀ ਇੰਡੀਆ ਦਾ 25,000। ਫਿਰ ਤੁਸੀਂ ਦੇਖਿਆ ਹੋਊਗਾ ਡੀਅਰ ਮਾਮਾ, ਜਿਹਦੇ 'ਚ ਮੈਂ ਤੁਹਾਨੂੰ ਦੱਸਿਆ ਵੀ ਮੈਂ ਔਰ ਸ਼ੁਭ ਦੇ ਮਾਤਾ ਜੀ ਆ ਜਾਂ ਸਾਡੇ ਗੁਆਂਢੀਆਂ ਦਾ ਬੱਚਾ ਇੱਕ ਛੋਟਾ ਉਹਨੇ ਜਾਂ ਸ਼ੁਭਦੀਪ ਆਪ ਸੀਗਾ, ਉਹਦੀ ਵੀਡੀਓ 'ਤੇ ਸਾਰੇ ਹੀ ਮੇਰਾ ਖਿਆਲ ਬਹੁਤ ਥੋੜ੍ਹਾ ਬਹੁਤ ਇਕੱਲਾ ਕੈਮਰੇ ਦਾ ਕਿਰਾਇਆ ਕਰ ਲਓ ਜਿੰਨਾ ਕੁ ਅਸੀਂ ਆਪਾਂ ਵੀਡੀਓ ਵਾਲਾ ਮੁੰਡਾ ਬੁਲਾਇਆ ਉਹਨੇ ਕੀਤਾ ਅਤੇ ਉਹ ਸਾਰਾ ਮਤਲਬ ਇੱਕ ਟ੍ਰੈਂਡ ਸੈੱਟ ਕਰਨਾ ਸੀ ਕਿ ਘਰ ਦੇ ਖਰਚੇ 'ਚ ਵੀ ਹੋ ਸਕਦਾ, ਘਰ ਦੇ ਬਰਾਂਡੇ, ਘਰ ਦੇ ਵਿਹੜੇ, ਕੋਈ ਸ਼ੂਟਿੰਗ ਪਿੰਡ 'ਚ ਹੀ ਆਪਦੀਆਂ ਗਲੀਆਂ 'ਚ ਹੀ ਸ਼ੂਟਿੰਗ ਕਰਕੇ ਗਾਣਾ ਛੱਡਿਆ ਸੀ ਅਤੇ ਬਹੁਤ ਸੁਪਰ ਡੁਪਰ ਹਿੱਟ ਗਿਆ ਗਾਣਾ, ਉਹ ਅੱਜ ਤੱਕ ਵੀ ਚੱਲ ਰਿਹਾ ਸਾਰਾ ਉਹ। ਇਹਦੇ ਵਿੱਚ ਵੀ ਤੁਸੀਂ ਕੋਈ ਪੈਮਾਨਾ ਰੱਖਿਆ? ਮਤਲਬ ਸਿੱਧੂ ਨੇ ਇਹ ਇੱਕ ਟ੍ਰੈਂਡ ਸਥਾਪਿਤ ਕਰਤਾ ਸੀ ਵੀ ਯਾਰ ਇਹ ਕੋਈ ਹਵਾ ਨਹੀਂ ਹੈ ਵੀ ਕੋਈ ਤੁਸੀਂ ਬਹੁਤੀਆਂ ਮਹਿੰਗੀਆਂ ਟੀ ਸ਼ਰਟਾਂ ਪਾ ਕੇ ਮੈਂ ਗੁੱਚੀ ਦੇ ਬੂਟ ਪਾ ਕੇ ਹੀ ਗਾਇਆ ਜਾ ਸਕਦਾ, ਤੇ ਉਹ ਤਾਂ ਟਰੈਕ ਸੂਟ ਜ਼ਿਆਦਾਤਰ ਵੀਡੀਓ ਦੀਆਂ ਟਰੈਕ ਸੂਟ ਨਾਲ ਹੈ ਸਾਰੀਆਂ। ਦੁਬਈ ਦਾ ਸ਼ੋਅ ਨਿੱਕਰ ਟੀ ਸ਼ਰਟ 'ਚ ਹੀ ਲਾਇਆ ਸੀ ਸਿੱਧੂ ਨੇ, ਦੇਖਿਆ ਉਹਦਾ ਕੋਈ ਡਿਸਪਲਿਨ ਨਹੀਂ ਹੁੰਦਾ ਸੀ। ਮੈਂ ਤੁਹਾਨੂੰ ਪਹਿਲਾਂ ਕਿਹਾ ਨਾ ਤੈਨੂੰ ਕਲਾਕਾਰ ਕਹਿੰਦਾ ਕੌਣ ਹੈ ਯਾਰ, ਕਦੇ ਤੂੰ ਬਾਜਾ ਵਜਾਉਂਦਾ ਨਹੀਂ ਵੇਖਿਆ, ਕਦੇ ਤੁਸੀਂ ਕਦੇ ਰਿਹਰਸਲ ਕਰਦਾ ਨਹੀਂ ਵੇਖਿਆ, ਕਦੋਂ ਕਰਦੇ ਨੇ ਤਿਆਰੀ ਇਹ, ਮੈਂ ਤਾਂ ਆਪ ਹੈਰਾਨ ਸੀ। ਪਰ ਉਹ ਜਦੋਂ ਸਟੇਜ 'ਤੇ ਲੱਗ ਗਿਆ ਫਿਰ ਮਾਲਕ ਦੀ ਮਿਹਰ ਹੀ ਨਹੀਂ, ਫਿਰ ਲਾਉਣਾ ਪੈਂਦਾ ਭਾਈ, 1.5 ਘੰਟਾ ਹੋ ਗਿਆ, ਹਟ ਜਾ ਹੁਣ ਬਹੁਤ ਨਹੀਂ, ਇੱਕ ਹੋਰ ਲਾਊਂਗਾ ਇਹੀ ਕਰੀ ਜਾਂਦਾ ਬਸ ਜਾ ਕੇ ਦਿੱਲੀ ਤੋਂ ਜਦੋਂ ਭਾਈ ਦੇ, ਹਮੇਸ਼ਾ ਐਕਸਟਰਾ ਟਾਈਮ ਲਾ ਕੇ ਆਉਂਦਾ, ਕਦੇ ਸ਼ੋਰਟ 1.5 ਘੰਟੇ ਦਾ
ਤਾਂ ਉਹਨੇ ਪੌਣੇ ਦੋ ਘੰਟੇ ਲਾਉਣੇ ਲਾਉਣੇ। ਤੁਸੀਂ ਵੀ ਕਦੇ ਕੋਈ ਗਾਣਾ ਲਿਖਿਆ ਸੀ ਜਾਂ ਕਿਸੇ ਗਾਣੇ ਦੇ ਵਿੱਚ ਤੁਸੀਂ ਕੋਈ ਸਪੋਰਟ ਕੀਤੀ ਸੀ ਜਾਂ ਤੁਸੀਂ ਕਦੇ ਕੋਈ ਆਈਡੀਆ ਦਿੱਤਾ ਸੀ ਵੀ ਇੱਥੇ ਗਾਣਾ ਲਿਖਣਾ ਚਾਹੀਦਾ ਹੈ ਇਸ ਟੌਪਿਕ ਤੇ? ਨਹੀਂ ਬੇਟਾ, ਮੇਰਾ ਕੋਈ ਐਕਸਪੀਰੀਅੰਸ ਨਹੀਂ ਇਸ ਤਰ੍ਹਾਂ ਦਾ। ਮੈਂ ਉਹ ਸੁਣ ਲੈਂਦਾ ਹੁੰਦਾ ਤੇ ਮੈਨੂੰ ਜਿਵੇਂ ਸ਼ੋਧੀ ਗੁਰੂ ਮੈਂ ਨੁਕਸ਼ ਕੱਢਦਾ ਹੁੰਦਾ ਉਹਦੇ ਚੋਂ ਕੁਛ ਨਾ ਕੁਛ, ਕਈ ਗਾਣਿਆਂ 'ਚ ਮੇਰੇ ਹੁਣ ਮੈਂ ਭੁੱਲਿਆ, ਮੈਨੂੰ ਦੱਸੋ ਵੀ ਤੁਹਾਨੂੰ ਬੜਾ ਪਤਾ। ਮੇਰਾ ਹੈਰਾਨ ਹੋਇਆ ਇੱਕ ਦਿਨ, ਮੈਂ ਕਿਹਾ ਅਜਿਹਾ ਲਾਈਨ ਕੱਟ ਕੇ ਐਂ ਕਰਦਾ ਵੀ ਜ਼ਿਆਦਾ ਵਧੀਆ ਨਹੀਂ ਹੋ, ਤਾਂ ਕਰ ਲੈਂਦਾ ਸੀ। ਅੱਛਾ, ਸੁਣਾਉਂਦਾ ਸੀ ਮੈਨੂੰ ਲਾਜ਼ਮੀ। ਇਮਾਨਦਾਰ ਆਲੋਚਕ ਸੀਗੇ ਤੁਸੀਂ? ਹਾਂ, ਮਾਂ ਪਿਓ ਤੋਂ ਵੱਡਾ ਕੋਈ ਹੋ ਨਹੀਂ। ਸ਼ਾਮ ਨੂੰ ਆਇਆ ਜਿਵੇਂ ਹੁਣ ਬੈੱਡ 'ਤੇ ਪਏ, ਤੁਹਾਨੂੰ ਦੱਸਿਆ ਵੀ ਜਦੋਂ ਆ ਕੇ ਪੈ ਗਿਆ ਨਾ, ਅੱਜ ਆ ਨਵਾਂ ਲਿਖਿਆ। ਮੈਂ ਤਾਂ ਜੇ ਹੱਸਣ ਲੱਗਿਆ ਨਾ ਵੀ, ਮੈਂ ਕਿਹਾ ਵੀ ਆਹ ਤਾਂ ਪਰਚਾ ਹੋਊ। ਮੈਂ ਪਹਿਲੀ ਉਹਨੂੰ ਜਾਣ ਕੇ ਛੇੜ ਲੱਗਿਆ ਨਾ ਵੀ ਆਹ ਨਾ ਕਰੀ ਹਲੇ, ਆਹ ਕਰ ਲਾ, ਇਹ ਤਾਂ ਵਿਵਾਦ ਹੋਊ। ਅਤੇ ਉਹ ਲਿਖਦਾ ਸੀ, ਮਤਲਬ ਉਹ ਅਸਲ 'ਚ ਨਾ ਟੁਪਾਕ ਨੂੰ ਫੋਲੋ ਕਰਦਾ ਸੀ, ਜਿਹੜੀ ਇਹ ਵੱਡੀ ਗੱਲ। ਉਹ ਜਿਹੜੇ ਕਾਲੇ, ਕਦੋਂ ਤੋਂ ਇਹ ਸੋਚ ਦੇ ਵਿੱਚ ਸੀ ਟੁਪੈਕ? ਟੂਪੈਕ ਬਹੀਵੀਆਂ ਉਸ ਤੋਂ ਪਹਿਲਾਂ ਪੜ੍ਹਦਾ ਹੋਇਆ ਕਰਦਾ ਹੁੰਦਾ, ਜਿਹੜੀਆਂ ਸਾਰੀਆਂ ਸਕੂਲ ਜਿਹੜੀਆਂ ਕਾਪੀਆਂ ਜਿੰਨੀਆਂ ਹੁੰਦੀਆਂ ਉਹਦੇ ਬਹੀਵੀਆਂ ਸਾਹਿਬ ਦੀ ਫੋਟੋ ਹੁੰਦੀ ਹਰੇਕ ਦੇ ਉੱਤੇ। ਇਹ ਸੀ ਇੱਕ ਸਾਡਾ, ਇੱਕ ਮੇਰੇ ਦੋਸਤ ਦਾ ਬੇਟਾ ਹੁੰਦਾ ਇੱਥੇ ਮੌੜਾਂ ਤੋਂ, ਇਹ ਦੋਨੇ ਬਹੀਵੀਆਂ ਦੇ ਐਡੇ ਵੱਡੇ ਚੇਲੇ ਸੀ। ਪਰ ਉਸ ਤੋਂ ਬਾਅਦ ਜਦੋਂ ਬਹੀਵੀਆਂ ਨੇ ਕੰਮ ਕੀਤਾ, ਸੌਂਗ ਕੀਤੇ, ਹੈ ਨਾ, ਇੱਕ ਡਰੀਮ ਪੂਰਾ ਹੋਣ ਵਾਲੀ ਗੱਲ ਸੀ ਵੀ ਜਿਹੜੇ ਬੰਦੇ ਨੂੰ ਆਪਾਂ ਆਪਣਾ ਡਰੀਮ ਮੰਨਦੇ ਹੋਈਏ ਤਾਂ ਉਹਦੇ ਨਾਲ ਹੀ ਕੰਮ ਕਰਨ ਦਾ ਮੌਕਾ ਮਿਲਿਆ ਹੋਵੇ। ਤੇ ਉਸ ਤੋਂ ਬਾਅਦ ਤਾਂ ਪਰਮਾਤਮਾ ਨੇ ਬੇਸ਼ੱਕ ਉਹਨੇ ਨਹੀਂ ਵੇਖਿਆ, ਹੈ ਨਾ, ਡਰੇਕ ਤੱਕ ਵੀ ਉਹਦੇ ਸੁਪਨੇ ਪੂਰੇ ਹੋਏ। ਬਿਲਕੁਲ ਬਿਲਕੁਲ, ਇਸ ਪੱਖੋਂ ਬਹੁਤ ਨਹੀਂ ਸੀ ਕਿਸਮਤ ਦਾ। ਤੁਸੀਂ ਕਹਿੰਦੇ ਹੋ ਕਿ ਕਈ ਵਾਰੀ ਕੁਛ ਤੁਸੀਂ ਉਹਨੂੰ ਸਮਝਾਉਂਦੇ ਸੀ ਵੀ ਇੱਥੇ ਕੰਟਰੋਵਰਸੀ ਹੋ ਸਕਦੀ ਹੈ, ਸੋ ਉਦੋਂ ਕੀ ਰਿਐਕਸ਼ਨ ਹੁੰਦਾ ਸੀ ਸਿੱਧੂ ਦਾ? ਕੰਟਰੋਵਰਸੀ ਨੂੰ ਪਸੰਦ ਕਰਦਾ ਸੀ? ਮੈਂ ਇੱਕ ਬਾਪ ਹੋਣ ਦੇ ਨਾਤੇ ਲਾ ਲਓ ਜਾਂ ਮੇਰੀ ਏਜ ਦੇ ਅਕੋਰਡਿੰਗ ਲਾ ਲਓ, ਹੈ ਨਾ, ਮੈਨੂੰ ਥੋੜ੍ਹਾ ਜਿਹਾ ਡਰ ਲੱਗਦਾ ਹੁੰਦਾ। ਪਰੰਤੂ ਉਹ ਬੰਦਾ ਨਹੀਂ ਡਰਦਾ ਸੀ, ਉਹ ਤਾਂ ਲਿਖਦਾ ਹੀ ਇਸ ਕਰਕੇ ਹੁੰਦਾ ਸੀ। ਹੁਣ ਉਹਨਾਂ ਜਿਵੇਂ ਪਹਿਲਾ ਗਾਣਾ ਸੀ ਉਹਨਾਂ ਦਿੱਤਾ, ਨਿੰਜੇ ਨੂੰ ਗਾਣਾ ਦਿੱਤਾ ਸੀਗਾ ਪਹਿਲਾ, ਦੇੜਨੀਆਂ ਹਿੱਕਾਂ, ਉਹ ਲਾਇਸੈਂਸ ਨਹੀਂ ਉਹ ਲੈਂਦੇ। ਉਹਦੇ ਵਿੱਚ ਉਹਨੇ ਊਧਮ ਸਿੰਘ ਦਾ ਪਹਿਰਾ ਪਾਇਆ ਸੀ ਤਾਂ ਉਹ ਕੱਟਤਾ। ਹਾਂ, ਮੈਂ ਉਸ ਕੰਪਨੀ ਨੂੰ ਪੁੱਛਣਾ ਚਾਹੁੰਦਾ ਵੀ ਕਿਸੇ ਨੂੰ ਊਧਮ ਸਿੰਘ ਦੀ ਕਾਰਗੁਜ਼ਾਰੀ ਦਾ ਇਤਰਾਜ਼ ਹੋ ਸਕਦਾ? ਸਾਡੇ ਮੁਲਕ ਦੇ ਰਹਿਣ ਵਾਲੇ ਬੰਦੇ ਨੂੰ ਸਗੋਂ ਸਾਡਾ ਤਾਂ ਸੀਨਾ ਚੌੜਾ ਹੁੰਦਾ ਵੀ ਬੰਦਾ ਲੰਡਨ ਦੇ ਵਿੱਚ ਜਾ ਕੇ ਯਾਰ ਇਤਿਹਾਸ ਰਿਹਾ, ਜਾ ਕੇ ਜਾਗ ਅਣਖਾਂ ਦਾ ਊਧਮ ਨੇ ਲਾਇਆ ਸੀ ਜਾ ਕੇ ਲੰਡਨ ਦੇ ਵਿੱਚ ਗੋਰੇ ਢਾਇਆ ਸੀ, ਕੁਛ ਏਦਾਂ ਦੀ ਉਹਨੇ ਉਹਦੇ 'ਚ ਵਾਰਨਿੰਗ ਲਿਖੀ ਸੀ। ਅੱਛਾ, ਉਹ ਕੱਟ ਦਿੱਤਾ ਸੀ, ਉਹ ਪਹਿਰਾ ਕੱਟ ਕੇ ਰਿਲੀਜ਼ ਕੀਤਾ। ਤੁਸੀਂ ਜਦਕਿ ਉਹ ਸਾਰੇ ਗਾਣੇ ਦੀ ਜਾਨ ਉਹ ਪਹਿਰਾ ਸੀ, ਅਸੀਂ ਤਾਂ ਸਭ ਤੋਂ ਵੱਧ ਜਿਹੜਾ ਉਹਨੇ ਊਧਮ ਸਿੰਘ ਤੇ ਸਰਦਾਰ ਸਾਹਿਬ ਤੇ ਲਿਖਿਆ, ਸਾਨੂੰ ਤਾਂ ਉਹੀ ਚੰਗਾ ਲੱਗਦਾ ਸੀ ਸਰ। ਊਧਮ ਸਿੰਘ ਦੀ ਕੁਰਬਾਨੀ ਕੋਈ ਛੋਟੀ ਆ ਕੋਈ? ਬਿਲਕੁਲ, ਬਹੁਤ ਵੱਡੀ। ਤੇ ਉਹ ਯੋਧੇ ਦਾ ਨਾਂ ਕੱਟਤਾ ਵਿੱਚੋਂ, ਉਹ ਤਾਂ ਵੀ ਅਸੀਂ ਐਂ ਲੱਗਿਆ ਵੀ ਫਿਰ ਇਹਨੂੰ ਲੱਗਿਆ ਵੀ ਯਾਰ ਮੈਂ ਗਾਣਾ ਨਾ ਫਿਰ ਆਪ ਹੀ ਕਰਨਾ, ਫਿਰ ਜਿਹੜਾ ਜਿਹੜੀ ਚੀਜ਼ ਲਿਖਣੀ ਹੈ, ਜਿਵੇਂ ਹੁਣ ਤੁਸੀਂ ਲਾ ਲਓ ਵੀ ਆਪਾਂ SYL ਦੇ ਉੱਤੇ ਮੈਨੂੰ ਲੱਗਦੇ ਸੀ ਕਈ ਖਰਚੇ ਜੇ, ਪਰ ਇਹਨੇ ਕੋਈ ਚੇਂਜ ਨਹੀਂ ਕੀਤਾ, ਸਭ ਗਾਇਆ ਹੋਵੇ, ਜਿਵੇਂ ਕਿਸੇ ਨੂੰ ਚੰਗਾ ਲੱਗੇ, ਕਿਸੇ ਨੂੰ ਗੋਡੇ ਲੱਗੇ, ਗਿੱਟੇ ਲੱਗੇ, ਇਹਨੇ ਜਿਹੜੀ ਚੀਜ਼ ਗਾਉਣੀ ਹੈ ਗਾ ਦੇਣੀ ਹੈ। ਸੋ ਏਮ ਕੀ ਸੀਗਾ ਸਿੱਧੂ ਦਾ ਜੀ, ਵੀ ਗਾਇਕੀ ਦੇ ਖੇਤਰ ਦੇ ਵਿੱਚ ਇੱਕ ਏਮ ਹੁੰਦਾ ਕਿ ਇੱਥੋਂ ਤੱਕ ਪਹੁੰਚਣਾ, ਹੁਣ ਭਾਵੇਂ ਮੌਤ ਤੋਂ ਬਾਅਦ, ਜਾਣ ਤੋਂ ਬਾਅਦ ਬਹੁਤ ਉੱਚੇ ਲੈਵਲ ਤੱਕ ਪਹੁੰਚਿਆ ਸਿੱਧੂ ਮੂਸੇਵਾਲਾ, ਤੇ ਉਸ ਤੋਂ ਇਲਾਵਾ ਕੀ ਤੁਸੀਂ ਹਮੇਸ਼ਾ ਕਹਿੰਦੇ ਕਿ ਪੰਜਾਬ ਲਈ ਕੁਛ ਕਰਨਾ ਚਾਹੁੰਦਾ ਸੀ, ਹੈ ਨਾ, ਅਸਲੀ ਏਮ ਕੀ ਸੀਗਾ? ਪੰਜਾਬ, ਪੰਜਾਬੀਅਤ, ਗਾਣਿਆਂ ਦੇ ਵਿੱਚ ਵੀ ਪੰਜਾਬੀਅਤ ਝਲਕਦੀ ਸੀ, ਇੱਥੋਂ ਵੀ ਕੁਛ ਕਰਨਾ ਚਾਹੁੰਦਾ ਸੀ? ਮੈਂ ਬੇਟਾ ਨੂੰ ਜਿੰਨਾ ਮੈਂ ਮਹਿਸੂਸ ਕੀਤਾ ਨਾ ਆਖਰੀ ਹਫ਼ਤੇ ਦੇ ਵਿੱਚ, ਸਵੇਰ ਕੀ ਅਸੀਂ ਬਾਹਰਲੇ ਕਮਰੇ 'ਚ ਹੀ ਬੈਠੇ ਹਾਂ, ਉਹ ਮੈਨੂੰ ਕਹਿੰਦਾ ਵੀ ਤੁਸੀਂ ਮੈਨੂੰ ਪਾਪਾ ਕੀ ਬਣਾਉਣਾ ਚਾਹੁੰਦੇ ਸੀ? ਮੈਂ ਕਿਹਾ ਵੀ ਮੇਰੀ ਦੌੜ ਤਾਂ ਸੀਗੀ ਵੀ ਤੂੰ SDO ਲੱਗ ਜਾਵੇਂ। ਅੱਛਾ, ਬਸ ਮੈਂ ਤਾਂ ਇੱਥੇ ਖੜਾ ਸੀ, ਔਰ SDO ਵੀ ਜੱਟ ਦਾ ਪੁੱਤ ਲੱਗਣਾ ਕੋਈ ਏਡੀ ਸੌਖੀ ਗੱਲ ਨਹੀਂ। ਤੇ ਕਹਿੰਦਾ ਫਿਰ ਹੁਣ ਕਿੰਨੇ SDO ਲਾਈਨ 'ਚ ਖੜੇ ਕਰਦੇ ਹਾਂ? ਵੀ ਕਹਿਣ ਤੋਂ ਭਾਅ ਮੇਰੀ ਇਨਕਮ ਇੰਨੇ SDO ਦੀ ਤਨਖਾਹ ਦੇ ਬਰਾਬਰ ਹੈ। ਮੈਂ ਕਿਹਾ ਵੀ ਹੁਣ ਤਾਂ ਕੋਈ ਮੁਕਾਬਲਾ ਨਹੀਂ। ਫਿਰ ਕਹਿੰਦਾ ਹੁਣ ਐਂ ਕਰਿਓ, ਤੁਸੀਂ SDO ਲੱਗਣਾ ਚਾਹੁੰਦੇ ਸੀ, ਲਵਾਉਣਾ ਚਾਹੁੰਦੇ ਸੀ ਮੈਨੂੰ, ਹਾਂ ਮੈਂ ਕਿਹਾ ਤੁਹਾਨੂੰ ਇੱਕ SDO ਦੀ ਤਨਖਾਹ ਹੀ ਦਿਆ ਕਰੂੰ ਇਸ ਤੋਂ ਬਾਅਦ, ਕਹਿੰਦਾ ਬਾਕੀ ਪੈਸਾ ਮੈਂ ਆਪਦੇ ਹਲਕੇ 'ਤੇ ਲਾਉਣਾ ਹੁਣ ਇੱਦੋਂ ਮਗਰੋਂ। ਹਾਂ, ਇਹ ਗੱਲ ਉਹਨੇ ਮੇਰੇ ਕਲੀਅਰਲੀ ਇਹ ਗੱਲ ਕਹੀ। ਅਤੇ ਉਹ ਜਦੋਂ ਉਹਨੂੰ ਲੋਕਾਂ ਨੇ ਟਰੋਲ ਕੀਤਾ, ਉਹਦਾ ਆਸ਼ੇ ਨਾਲ 59 ਨੂੰ ਖਿੱਚਿਆ, ਇਸ ਗੱਲ ਤੋਂ ਦੁਖੀ ਵੀ ਹੋਇਆ ਸੀ ਕਿਤੇ ਨਾ ਕਿਤੇ, ਵੀਰ ਮੈਂ ਗਲਤ ਕੀ ਕਰਤਾ? ਮੈਂ ਇੱਕ ਸੰਵਿਧਾਨ ਦੇ ਤਹਿਤ, ਇੱਕ ਪ੍ਰਕਿਰਿਆ ਦੇ ਤਹਿਤ ਸੱਚੀ ਸੁੱਚੀ ਇਲੈਕਸ਼ਨ ਲੜੀ ਹੈ। ਚਲੋ ਲੋਕਾਂ ਨੂੰ ਨਹੀਂ ਚੰਗਾ ਲੱਗਿਆ, ਉਹਨਾਂ ਨੇ ਮੈਨੂੰ ਰਿਜੈਕਟ ਕਰਤਾ, ਮੈਂ ਨਿਆਣਾ ਸੀ, ਵਿਸ਼ਵਾਸ ਨਹੀਂ ਕੀਤਾ ਮੇਰੇ 'ਤੇ ਵੀ ਜਵਾਕ ਜਾ ਕੀ ਕਰੂਗਾ ਯਾਰ, ਕੱਲ੍ਹ ਨੂੰ ਕਿਤੇ ਮੈਨੂੰ ਉਹ ਕਰਦੇ, ਤਾਂ ਫਿਰ ਮੇਰਾ ਟਰੋਲ ਕਾਹਦੇ ਲਈ ਕਰਦੇ ਹੋ ਯਾਰ? ਮੈਂ ਕੁਛ ਗਲਤ ਤਾਂ ਕੀਤਾ ਨਹੀਂ ਹੈ, ਕਿਤੇ ਜਾ ਕੇ 4 ਪੈਸੇ ਦੇ ਕੇ ਆਇਆ, ਮੈਂ ਕਿਤੇ ਠੱਗੀ ਮਾਰ ਕੇ ਤਾਂ ਆਇਆ ਨਹੀਂ। ਜੇ ਵੋਟਾਂ ਮੰਗਣ ਗਿਆ ਜਾਂ ਕਿਤੇ 4 ਪੈਸੇ ਆਪਦੇ ਕੋਲੋਂ ਖਰਚ ਹੀ ਕਰੇ ਨੇ, ਮੈਂ ਕਮਾਇਆ ਤਾਂ ਕੁਛ ਨਹੀਂ।
पर मेरी एक एफर्ट सी इलाके दे वास्ते, चलो जे तुसी नहीं है तो आपां गाहां देखांगे। फिर मैनू ये गल कहिंदे भी आपां ये तो बाद इलैक्शन लड़नी नहीं है, लोगों ने मेरे ते विश्वास नहीं किया, मैं पहला विश्वास बनाऊंगा आपका, पहला मैं काम करूंगा। हुण मेरा टूर है तो साडा लगभग जिहड़ा आ 4 तरीक तो शुभदीप की मौत तो 4 दिन बाद शुरू होना सीगा टूर, मेरे ख्याल सारा ही 1 करोड़ प्लस सीगा जिन्ने शो भी होने से। अच्छा। कहना हूँ आप बस एक फैसला करना, आप एक देश छड़ दिया करना जो मेरा टूर विदेश का बनया करना, वो पैसा लिया के आप हल्के लाना है तो जो मैं लंघा कितों की लोग मैं चला भी जावा दुनिया तो देखा करना आह हस्पताल सिद्धू का बनया हुआ, आह चीज़ सिद्धू की बनी हुई, वो एक मतलब एक एजुकेशन यूनिवर्सिटी एक बहुत बढ़िया स्थापित करनी चाहता से, एक हॉस्पिटल जो सुपर स्पेशलिटी जो हरेक सहूलत मिले दो मेडिसिन तक भी आप कोई ना कोई एहजा कोई हीला बनावांगे जिहड़ा लोगों तक सीधी सहूलत इस गल दी जावे, ते जिहड़ा PV31 दा पछड़े हुए दा टैग है आप ला देंगे एक दिन। ਇਹ ਗੱਲਾਂ ਉਹ ਆਮ ਉਹਦੇ ਮਨ ਦਾ ਸੁਪਨਾ ਸੀ ਇਹ ਸ਼ਾਇਦ, ਭਾਵੇਂ ਹੁਣ ਲੋਕ ਕਹੀ ਜਾਣ ਜੀ ਹਮਦਰਦੀ ਬਟੋਰਨ ਦੇ ਬਾਰੇ ਕਹੀ ਜਾਂਦੇ ਫਲਾਨਾ ਕਹੀ ਜਾਂਦੇ, ਪਰੰਤੂ ਮੈਂ ਇਹਨਾਂ ਗੱਲਾਂ ਨੂੰ ਤੁਸੀਂ ਗਵਾਹ ਸੌਂ ਖਾ ਕੇ ਕਹਿ ਸਕਦਾ ਵੀ ਇਹ ਗੱਲਾਂ ਉਹਦਾ ਸੁਪਨਾ ਸੀਗਾ, ਉਹ ਕਰਨੀਆਂ ਚਾਹੁੰਦਾ ਸੀ ਪੈਸਾ, ਉਹ ਕਹਿੰਦਾ ਸੀ ਮੈਂ ਘਰੇ ਕੀ ਕਰਨਾ, ਦੇਖੋ ਤੁਹਾਨੂੰ ਮਕਾਨ ਬਣਾ ਕੇ ਦਿੱਤਾ 2-3 ਕਰੋੜ ਰੁਪਏ ਦਾ, ਜ਼ਮੀਨ 50 ਕਿੱਲੇ ਤੁਹਾਡੇ ਕੋਲ ਹੈਗੀ ਆ, 50 ਹੋਰ ਲੈ ਲਓ, ਇਹ ਗੱਲ ਉਹਨੇ ਕਰਨੀ ਹੈ। ਉਸ ਤੋਂ ਬਾਅਦ ਮੈਨੂੰ ਨਾ ਬੁਲਾਇਓ, ਕਹਿੰਦਾ ਵੀ ਮੈਂ ਆਪਦੇ ਕੰਮ ਕਰਨੇ ਆ, ਤੇ ਉਹ ਸੁਪਨਾ ਜਿਹੜਾ ਸੀਗਾ ਸਿੱਧੂ ਦਾ ਉਹ ਹੁਣ ਤੁਸੀਂ ਆਪਣੇ ਅੰਦਰ ਬਸਾਇਆ? ਕੋਸ਼ਿਸ਼ ਕਰ ਪਾ ਲਾਂਗਾ, ਕਿਉਂਕਿ ਸਿੱਧੂ ਵਾਲੇ ਜਿਹੜੇ ਸੋਰਸ ਨੇ ਠੀਕ ਹੈ, ਆਪਾਂ ਇਹ ਵੀ ਨਹੀਂ ਕਹਿੰਦੇ ਵੀ ਆਪਣੇ ਹੈ ਨਹੀਂ ਕੁਛ, ਸਭ ਕੁਛ ਹੈ, ਵਾਹਿਗੁਰੂ ਦਾ ਦਿੱਤਾ ਹੋਇਆ, ਉਹ ਕਿਹੜਾ ਨਾਲ ਲੈ ਕੇ ਗਿਆ ਕੁਛ, ਪਰ ਫਿਰ ਵੀ ਫਰਕ ਤਾਂ ਪਿਆ ਉਹਦੇ ਜਾਣ ਨਾਲ, ਪੂਰਾ ਹੀ ਪੈ ਗਿਆ, ਕਿਉਂਕਿ ਜੋ ਚੀਜ਼ ਉਹਦਾ ਇੱਕ ਤੂਫਾਨ ਸੀ, ਉਹਦਾ ਜਿਹੜੇ ਪਾਸੋਂ ਤੁਰ ਪਿਆ ਉਹਨੇ ਫੱਟੇ ਚੱਕ ਦੇਣੇ ਸੀ ਉੱਧਰ ਨੂੰ, ਪਰ ਉਹਦੇ ਨਾਲ ਇੱਕ ਤਾਂ ਸਾਡਾ ਜਿਹੜਾ ਮਾਨਸਿਕ ਤੌਰ 'ਤੇ ਅਸੀਂ ਹਾਲੇ ਤੱਕ ਸਾਡੇ 'ਚ ਢਿੱਲ ਮੱਸ ਦੇ ਜ਼ਰੀਏ ਮਤਲਬ ਅਸੀਂ 1 ਸਾਲ ਹੋ ਗਿਆ ਜੂਝੀ ਜਾਂਦੇ ਹਾਂ, ਕੋਸ਼ਿਸ਼ ਕਰਦੇ ਹਾਂ ਫਿਰ ਫਿਜੀਕਲ ਹਾਲਤ ਨੂੰ ਵੇਖ ਕੇ ਫਿਰ ਥੋੜ੍ਹਾ ਚੁੱਪ ਕਰ ਜਾਂਦੇ, ਹੋਰ 6 ਮਹੀਨੇ ਖੜ੍ਹਾ ਹਾਲੇ ਦੇਖਦੇ ਹਾਂ ਕੋਈ ਨਾ ਕੋਈ ਕਰਦੇ ਹਾਂ, ਕਰਾਂਗੇ ਕੁਛ ਆਪਾਂ, ਪਰਮਾਤਮਾ ਹਿੰਮਤ ਦੇਵੇ ਤੰਦਰੁਸਤੀ ਦੇਵੇ। 29 ਮਈ ਤੋਂ ਪਹਿਲਾਂ ਦੀ ਜੇ ਗੱਲ ਕਰ ਲਈਏ ਤੁਹਾਡੀ, ਤੁਹਾਨੂੰ ਉਦੋਂ ਕੋਈ ਪ੍ਰੋਬਲਮ ਸੀਗੀ ਸਿਹਤ ਪੱਖੋਂ? ਮੇਰਾ ਕਦੇ ਸਿਰ ਵੀ ਨਹੀਂ ਦੁਖਿਆ ਸੀ ਪੁੱਤ, ਕਦੇ ਮੈਂ ਤਾਂ ਸ਼ੁਭਦੀਪ ਨਾਲ ਸਾਰਾ ਦਿਨ ਘੁਲੀ ਜਾਂਦਾ ਸੀ, ਜਦੋਂ ਮੈਂ 15 ਮਿੰਟ ਆਇਆ ਨਾਲ ਘੁਲਦਾ ਜ਼ੋਰ ਲਵਾਈ ਜਾਂਦਾ ਨਾ, ਮੈਂ ਹੌਂਕ ਜਾਂਦਾ ਸੀ ਉਹ ਤੇ, ਪਰ ਜਾ ਚਲੋ ਇਹ ਲੈ ਲਓ ਵੀ ਪਿਓ ਨੂੰ ਨਹੀਂ ਹਰਾਉਣਾ ਚਾਹੁੰਦਾ ਹੁਣ ਹੁਣ, ਪਰ ਮੈਂ ਉਹਨੂੰ ਢਾ ਲੈਂਦਾ, ਪਰ ਕਹਿਣ ਪਰ ਉਹ ਜਿਹੜੀ ਹਿੰਮਤ ਸੀ ਨਾ ਉਹ ਬੱਚੇ ਨਾਲ ਹੀ ਸੀ, ਉਹ ਤਾਂ ਮੇਰਾ ਬੱਬਰ ਸ਼ੇਰ ਮਤਲਬ ਮੈਂ ਬਿਆਨ ਨਹੀਂ ਕਰ ਸਕਦਾ। ਰੋਟੀ ਪਾਣੀ ਦਾ ਧਿਆਨ ਨਹੀਂ ਰਿਹਾ, ਮੇਰਾ ਨਰਵਸ ਸਿਸਟਮ ਸਾਰਾ ਅੰਦਰੋਂ ਪਿਚਕ ਗਿਆ ਜਮਾਂ ਬਿਲਕੁਲ, ਤਾਂ ਟੈਸਟ ਕਰਵਾਏ ਤਾਂ ਬਲੋਕੇਜ ਦੀ ਪ੍ਰੋਬਲਮ ਆ ਗਈ, ਫਿਰ ਕਰਵਾ 2 ਸਟੰਟ ਪਾਏ, ਫਿਰ ਉਸ ਤੋਂ ਬਾਅਦ 3 ਮਹੀਨਿਆਂ ਬਾਅਦ ਦੁਬਾਰਾ ਫਿਰ ਆ ਗਈ, ਫਿਰ 5 ਪੈ ਗਏ, ਹੁਣ ਪਰਮਾਤਮਾ ਦੀ ਕਿਰਪਾ ਨਾਲ ਹਾਲੇ ਤੱਕ ਠੀਕ ਆ, ਕੱਲ ਦਾ ਪਤਾ ਨਹੀਂ। ਧਿਆਨ ਰੱਖਿਆ ਕਰੋ ਆਪਣਾ। ਕੋਸ਼ਿਸ਼ ਕਰਦਾ, ਵਜਨ 15 ਕਿਲੋ ਘੱਟ ਗਿਆ ਮੇਰਾ ਪਹਿਲਾਂ। ਅੱਛਾ, ਕਿੰਨੀ ਉਮਰ ਕਿੰਨੀ ਹੋ ਗਈ ਤੁਹਾਡੀ? ਮੇਰੀ 57 ਹੋ ਗਈ, 57.5 ਹੋ ਗਈ, ਜਨਵਰੀ 5 ਜਨਵਰੀ ਨੂੰ ਮੈਂ 58 ਸਾਲ ਦਾ ਹੋ ਗਿਆ। ਤੇ ਅੰਕਲ ਜਿਵੇਂ ਆਪਾਂ ਕਹਿੰਦੇ ਹੁੰਦੇ ਆਪਣਾ ਧਰਮ ਵੀ ਆਪਾਂ ਨੂੰ ਸਿਖਾਉਂਦਾ ਹੈ ਕਿ ਜਿਹੜੀ ਜਨਮ ਹੈ ਮੌਤ ਹੈ ਉਹ ਸਾਰਾ ਰੱਬ ਦੀ ਰਜ਼ਾ ਦੇ ਵਿੱਚ ਹੁੰਦਾ ਹੈ, ਸੋ ਉਹ ਚੀਜ਼ਾਂ ਤੁਹਾਨੂੰ ਵੀ ਹੌਸਲਾ ਦਿੰਦੀਆਂ ਨੇ ਕਿ ਇਹ ਇੱਕ ਭਾਣਾ ਸੀ, ਇੱਕ ਰਜ਼ਾ ਸੀ, ਤੁਹਾਡੇ ਮਨ ਨੇ ਉਸ ਰਜ਼ਾ ਨੂੰ ਮੰਨ ਲਿਆ? ਦੇਖੋ, ਮੌਤ ਨੂੰ ਮੈਂ ਭਾਣੇ ਮੁਤਾਬਕ ਕਹਿ ਸਕਦਾ ਵੀ, ਕਿਉਂਕਿ ਜਦੋਂ ਕੋਈ ਹੋ ਜਾਂਦਾ ਹੈ ਤਾਂ ਅਸੀਂ ਭਾਣੇ ਮੰਨਦੇ ਹਾਂ, ਸਾਡੀ ਵਿਰਾਸਤ ਹੈ ਨਾ, ਕੌਮ ਦਾ ਦਸਤੂਰ ਹੈ, ਪਰੰਤੂ ਅਗਰ ਰੱਬ ਦੀ ਰਜ਼ਾ ਦੇ ਮੁਤਾਬਕ ਹੋਈ ਹੋਵੇ, ਕੋਈ ਐਕਸੀਡੈਂਟ ਹੋ ਜਾਂਦਾ, ਕੋਈ ਅਚਨਚੇਤ ਬਿਮਾਰੀ ਲੱਗ ਜਾਂਦੀ ਹੈ ਇੱਦਾਂ ਦੀ ਜਿਹਨੂੰ ਆਪਾਂ ਬਚਾ ਨਾ ਪਾਉਂਦੇ ਸੀ, ਆਪਣੀ ਵਾਹ ਵਾਸਤਾ ਲਾਉਂਦੇ, ਸ਼ਾਇਦ ਮੈਂ ਇਹਨੂੰ ਟੋਟਲੀ ਰੱਬ ਦੀ ਪ੍ਰਕਿਰਿਆ ਮੰਨ ਲੈਂਦਾ, ਪਰੰਤੂ ਹੁਣ ਗੁੰਡਿਆਂ ਦੀ ਪ੍ਰਕਿਰਿਆ ਹੈ, ਹੁਣ ਚੰਦ ਲੋਕਾਂ ਨੇ ਉਸ ਉਹਦੀ ਸ਼ੋਹਰਤ ਤੋਂ ਸੜਦੇ ਹੋਇਆਂ ਨੇ ਉਹਨੂੰ ਬਰਦਾਸ਼ਤ ਨਹੀਂ ਕਰ ਸਕੇ, ਔਰ ਸਾਡਾ
घटिया सिस्टम जिन्हों मैं हमेशा ही जब तक जिंदा रहूंगा यदि आलोचना करता रहूंगा। इन्होंने बेड़ा गर्क करता इस गल का कि योजे हीर संभाल नहीं सके ना भी संभालते सानू कह दें तो आ खतरा है असं अपने आप कोई शायद कोई ना कोई सानू तो एडे भोले पंछी पता ही नहीं लग्या भी साडा कोई दुश्मन है जे सानू दुश्मन बारे जानकारी दे देंगे जबकि इन्होंने को क्लीयर कट दिल्ली स्पैशल सैल की चिट्ठी है सरकार नू आई भी भाई पंजाब दीआं दो हस्तियां नू बहुत हाई थ्रैट परसैप्शन है इन्होंने सिक्योरिटी वधाउणी सी साडी सिक्योरिटी घटाती घटा भी देंदे भावें सारी हटा लेंदे परंतु अनाउंस ना करदे अनाउंस भी करती तो फिर किवें कहीए साडे नाल तां इह दुश्मन बन के निबड़ गए ठीक है लोगों ने भा का बदलाव होगा मेरा तो इन्होंने जड़ा पटती है सरकार ने मेरा जिंदगी भर मैं तो जिन्हें चर जीऊंगा इन्होंने भुल नहीं सकता बलजिंदर रिपन मुंडा दूसरा जो बलजिंदर है दिमाग से लोड सी मैं दो बार एग्री अपने डॉक्टर गोयल तो दवाई दवा के लिया अच्छा। कोई होनी है प्रॉब्लम परिवारक होनी है या कुछ भी है हाँ दी, हाँ दी। मैं एक दिन सवेरे उठा मुंडा कंध ते चढ़िया बैठा था आ पिछली ते उपर अच्छा। सवेरे उठा जल्दी ते हले हनेरा जा पै पाड़ती सी मैं कि तू तह किधर चढ़िया ते वह मैनू हैरानी ने वेखन लग गया जिदा कोई अपना मैंटल बंदा नहीं वेखदा हुंदा जो करके दो कर मैं कहा तू थले हूँ ओह जी हालत के मैं असाल्ट किमें फड़ा सकता आप सैने हो फिर मैं थले उतारिया फिर आ डॉक्टर गोयल है फाटकों के कोल ये तो सारी उदी ईजी जिन्ने टैसट होंगे ने साइको दे सारे अपने दिमाग का डॉक्टर ने गोयल साहब फाटकों के नाल ही पुलदे थले नर्सिंग होम उन्होंने पूछे गल तो मैं दवाई चल रही थी उस बंदे की और उन्होंने प्रोपर रेस्ट दी रह गया एक गनमैन वह सारी रात तो नाल सी हूँ गनमैन 24 घंटे मैं एक थोड़ा नप सकता वह भी बाकी दूर नहीं जाना सी कहना यार मैं आ गया दो मिनट तू घंटा कसाऊ ला वो फिर न्याणा जवा के 24 घंटे तरी ना उन्होंने असी दब सकते किसी बंद सू असी कद भी किसी गनमैन गनमैन वाला बतीरा नहीं किया साडा शुरू तो असूल है असी जिहड़े हुण भी रहिंदे एक फैमिली मैंबर वांगू साडे नाल 24 घंटे रहिंदे आ इको जगह ते असी रोटी खानी है कोई साडा डाइनिंग अलग नहीं कोई साडा किचन अलग नहीं उत्थे ओह सामने शैड है उत्थे सारे उही डाइनिंग है उत्थे बह के ओह रोटी खांदे उत्थे बह के मैं खाना साडा तां इक लंगर चलदा इक जगह तों ਸੋਂਗਲ ਇੱਕ ਤੁਸੀਂ ਗੈਂਗਸਟਰਾਂ ਦੇ ਬਾਰੇ ਕਿਉਂਕਿ ਸਾਰਾ ਕੁਝ ਪਹਿਲਾਂ ਤਾਂ ਪੁਲਿਸ ਨੇ ਕਿਹਾ ਕਿ ਇਹ ਇੱਕ ਗੈਂਗ ਵਾਰ ਸੀ ਹਨਾ ਉਸ ਤੋਂ ਬਾਅਦ ਹੌਲੀ ਹੌਲੀ ਤੁਸੀਂ ਵਿਰੋਧ ਕੀਤਾ ਤੇ ਫਿਰ ਪੁਲਿਸ ਆਪਣੇ ਉਹ ਬਿਆਨਾਂ ਤੋਂ ਕਿਤਨਾ ਕਿਤੇ ਪਿੱਛੇ ਹਟੀ ਤੇ ਗੈਂਗਸਟਰਾਂ ਦੇ ਬਾਰੇ ਤੁਸੀਂ ਹਮੇਸ਼ਾ ਐਤਵਾਰ ਨੂੰ ਜੋ ਲੈਕਚਰ ਦਿੰਦੇ ਹੋ ਅਸੀਂ ਵੀ ਸੁਣਦੇ ਹੁੰਦੇ ਹਾਂ ਕਿ ਗੈਂਗਸਟਰਾਂ ਨੂੰ ਬਹੁਤ ਹੀ VIP ਟ੍ਰੀਟਮੈਂਟ ਦਿੱਤਾ ਜਾਂਦਾ ਹੈ ਅੱਖਾਂ ਨਾਲ ਦੇਖਦੇ ਵੀ ਹੈ ਲੋਕ ਗੈਂਗਸਟਰਾਂ ਨੂੰ ਇਹ ਪਾਲਦਾ ਹੈ ਸਿਸਟਮ ਪਰ दूसरे पासे सरकार ये कहती है कि असी तो 28-29 बंदे फड़ रखे ने कानून अपना काम कर रहा है असी सजावां देवांगे बहुत ही तेजी नाल असी इस केस दे विच लगे हुए हां थानू संतुष्टि क्यों नहीं हो रही उसे गल दे तो बेटा रौला सारा जो सरकार कहती उहदे नाल असी सहमत नहीं ठीक है उन्होंने शूटर फड़ ले असी भी कहने ठीक है असी जिहड़े मास्टरमाइंड है बल कोई मर्डर हुंदा है मर्डर दा कोई मंतव तां हुंदा है ना कोई को किसी एवं थोड़ा मार दिता होंगे किसी जे मेरा थोड़े ना कोई डिस्प्यूट होगा मैं फिर ही कोई बुरा विचार मेरे मन च आऊगा एवं वो मगर 15-20 गुंडे तुम 3 मड्यूल बना के भेजे हुए हैं गड्डी असले ना भरी फिरते हो साल बदी तो पिछा कर रहे हो तो मंतव तो होंगे ना कोई ना कोई मैं भगवंत मान साहब एक गल कहना भी तुम सानू कतल का मंतव दस दो मोटिव की सी थोड़ा कतल का करन रली हुई है इन्हां दे ज्यादातर लीडर ज्यादातर जो थोड़े थोड़े पुलिस अफसर बिचों खास करके मैं CI नाल संबंधित अफसर की गल करदा
ਉਹ ਗੈਂਗਸਟਰਾਂ ਦੇ ਨਾਲ ਰਲੇ ਹੋਏ ਨੇ। ਤੁਸੀਂ ਬਹੁਤ ਵੱਡਾ ਇਲਜ਼ਾਮ ਲਾ ਰਹੇ ਹੋ। ਬਹੁਤ ਮੈਂ ਕਹਿੰਦਾ ਸੱਚ ਹੈ। ਆ ਮੋੜਾ ਦੀ ਘਟਨਾ ਤੁਸੀਂ ਦੇਖੋ, ਆ ਸਾਰੀ 15 ਦਿਨ ਪਹਿਲਾਂ ਹੀ ਗੱਲ ਹੋਈ ਹੈ। ਡੀਐਸਪੀ ਸਮਝੌਤੇ ਦੇ ਪੈਸੇ ਮੰਗ ਰਿਹਾ ਮੁੰਡੇ ਤੋਂ, ਇੰਟਰਵਿਊ ਸੁਣੋ ਉਹਦੀ ਕੱਢ ਕੇ ਤੁਸੀਂ, ਬੇਸ਼ੱਕ ਉਹਦੀ ਇੰਟਰਵਿਊ ਕਰਕੇ ਵੀ ਹੋਏ, ਮੈਂ ਤੁਹਾਨੂੰ ਅਪੀਲ ਕਰਦਾ ਇਸ ਗੱਲ ਦੀ ਜੀ। ਔਰ ਪੱਕੇ ਚ ਪੈਸੇ ਦਿੱਤੇ ਹੋਏ ਨੇ। ਡੀਐਸਪੀ ਬਦਲ ਕੇ ਹੁਣ ਨਵਾਂ ਲਾਇਆ, ਠੀਕ ਹੈ। ਹੁਣ ਵਾਲੇ ਜਿਹੜੇ ਡਿਪਟੀ ਸਾਹਿਬ ਨੇ ਵਧੀਆ ਸਪੋਰਟਿਵ ਹੈ ਉਹਨਾਂ ਦੇ, ਚੰਗੀ ਗੱਲ ਹੈ, ਪਰਮਾਤਮਾ ਉਹਨੂੰ ਤਾਕਤ ਦੇਵੇ। ਚੰਗੇ ਅਫਸਰ ਵੀ ਹੈਗੇ ਨੇ ਬੜੇ, ਪਰੰਤੂ ਮਹਿਕਮੇ ਚੋਂ ਮਾੜੇ ਬੰਦਿਆਂ ਦੀ ਸ਼ਨਾਖਤ ਕਰਨੀ ਬਹੁਤ ਜ਼ਿਆਦਾ ਜ਼ਰੂਰੀ ਹੈ, ਜਿਹੜੇ ਗੈਂਗਸਟਰਾਂ ਦੇ ਨਾਂ ਰਲੇ ਹੋਏ ਨੇ। ਮੈਂ ਕਿਸੇ ਨੂੰ ਕਹਾਂ, ਮੈਨੂੰ ਤਾਂ ਆਪ ਖੁਦ ਨੇ ਇਸ ਅੱਗ ਨੇ ਸਾੜਿਆ। ਮੇਰਾ ਸੱਚ ਜਿਹਨੂੰ ਮੈਂ ਰੱਬ ਦਾ ਰੂਪ ਦੇਈ ਬੈਠਾ ਸੀਗਾ ਵੀ ਮੇਰਾ ਤਾਂ ਦੁੱਧੋ ਪਾਣੀ ਸਾਰਾ ਛਾਣ ਕੇ ਦੇ ਦੂਗਾ, ਉਹਨੇ ਦੀਪਕ ਟੀਨੂ ਨੂੰ ਆਪਦੀ ਹਰਾਸਤ ਤੋਂ ਪਹੁੰਚਾਤਾ। ਉਹਨੇ ਏਟੀਐਮ ਫੜੇ ਹੋਏ ਸੀ ਉਹਦੇ, 1.25 ਲੱਖ ਰੁਪਏ ਦੀ ਲਾਂਟੇ ਮੌਲ ਦੇ ਵਿੱਚ ਉਹਨੇ ਸ਼ੋਪਿੰਗ ਕੀਤੀ, ਇੱਕ ਇੱਕ ਰਾਤ ਦੀ ਡਿਸਕੋ ਕੈਥਰ ਡਾਂਸ ਦੇ ਵਿੱਚ ਉਹਨੇ ਠੁਮਕੇ ਲਗਾਏ, ਜਦਕਿ ਆਪਦੀ ਘਰੇ ਮੁਟਿਆਰ ਕੁੜੀ ਹੈ ਉਸ ਬੰਦੇ ਦੇ। ਤੇ ਲੋਕ ਸ਼ਰਮ ਆਉਂਦੇ ਨੇ, ਪੈਸੇ ਦੇ ਉਹਦੇ ਚ ਹੰਨੇ ਹੋਏ ਹੋਏ ਨੇ। ਕੀ ਲੱਗਦਾ ਤੁਹਾਨੂੰ ਕਿਉਂ ਹੋ ਰਿਹਾ ਹੈ ਸਿਸਟਮ ਦੇ ਵਿੱਚ ਇਹ ਜਿਹੜਾ ਨੈਕਸਸ ਹੈ, ਕਿਉਂ ਬਣਿਆ ਹੋਇਆ? ਸਰਕਾਰ ਨੂੰ ਫਾਇਦਾ ਕੀ ਹੈ? ਬੇਟਾ ਜਿਹੜੇ ਸਿੱਧੂ ਵਰਗੇ ਨੌਜਵਾਨ ਨੇ ਉਹਨਾਂ ਨੂੰ ਖਤਮ ਕਰਾਉਣ ਦੇ ਵਿੱਚ ਸਰਕਾਰ ਨੂੰ ਕੀ ਮਿਲੂ ਤੇ ਇਹਨਾਂ ਨੂੰ ਸ਼ਹਿ ਦੇਣ ਚ ਕੀ ਮਿਲੂ? ਪੁੱਤਰ ਦੇਖੋ, ਤੁਸੀਂ ਹੁਣ NIE ਦੀ ਜਾਂਚ ਕਲੀਅਰ ਹੋ ਗਈ, ਉਹਦਾ ਪੋਰਟਲ ਖੋਲੋ ਤੇ ਦੇਖੋ ਤੁਸੀਂ ਜਦੋਂ ਮਰਜ਼ੀ। ਉਹਨੇ ਕਲੀਅਰ ਕੱਟ 22 ਨੇਮ ਦਾ ਲਾਰੈਂਸ ਦੀ ਆਮਦਨ ਦੱਸਤੀ, 5 ਕਰੋੜ ਪਲੱਸ ਪੈਸੇ ਕਮਾ ਰਿਹਾ, ਜੇਲ੍ਹ 'ਚ ਬੈਠਾ ਕਮਾ ਰਿਹਾ, ਜੇਲ੍ਹ 'ਚ ਬਹਿ ਕੇ ਵੀਡੀਓ ਬਣਾ ਦਿੰਦਾ ਜਾਂ ਬਹਿ ਕੇ ਬਣਾਉਂਦਾ ਜਾਂ ਕਿਤੇ ਬਾਹਰ ਬਣਾਉਂਦਾ, ਜੋ ਜਾਂਚ ਦਾ ਵਿਸ਼ਾ ਹਾਲੇ ਤੱਕ। ਪਰ ਸਰਕਾਰ ਹਾਲੇ ਤੱਕ ਇਹ ਨਹੀਂ ਦੱਸ ਸਕੀ ਵੀ ਵੀਡੀਓ ਬਣੀ ਕਿੱਥੇ ਹੈ। ਸਿੱਟ ਬਿਠਾਤੀ, ਸਿੱਟ ਬਿਠਾਉਣ ਦਾ ਸਰਕਾਰ ਦੀ ਹੱਕ ਬਣਦਾ ਸੀ, ਉਹ ਕੋਰਟ ਨੂੰ ਬੁੱਧੂ ਬਣਾਉਣ ਦੀ ਖਾਤਰ ਇਹਨਾਂ ਨੇ ਸਤਿਕਾਰ ਨਹੀਂ ਕਰਦੇ ਕੋਰਟ ਨੂੰ, ਸਗੋਂ ਉਹਦਾ ਹੁਕਮਦੁੱਲੀ ਕਰਦੇ ਆ। ਇਹ ਗੱਲ ਇਹਨਾਂ ਦੇ ਪੜ੍ਹੇ ਲਿਖੇ MLA ਵੀ ਗੱਲ ਨੂੰ ਮੰਨਦੇ ਆ, ਜਾਂ ਕ੍ਰਾਈਮ ਦੇ ਜਿਹੜੇ ਮਾਹਰ ਨੇ ਉਹ ਵੀ ਮੰਨਦੇ ਨੇ ਵੀ ਪਹਿਲਾਂ FIR ਰਜਿਸਟਰ ਹੋਣੀ ਚਾਹੀਦੀ ਸੀ, ਫਿਰ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਸੀ। ਇਹਨਾਂ ਨੇ FIR ਰਜਿਸਟਰ ਕਰਨੀ ਨਹੀਂ ਹੈ ਔਰ ਸਿੱਟ ਬਿਠਾਤੀ ਹੈ। ਜਿਹੜਾ ਮੈਂ ਤੁਹਾਨੂੰ ਜੇ ਗੱਪੀ ਮੁੱਖ ਮੰਤਰੀ ਕਹਾਂ ਤਾਂ ਮੈਨੂੰ ਕੋਈ ਇਤਰਾਜ਼ ਨਹੀਂ ਇਸ ਗੱਲ ਦੇ ਵਿੱਚ, ਸਾਰੇ ਝੂਠ ਅਤੇ ਮੁੜ ਕੇ ਸਿੱਟ ਦੀ ਕੋਈ ਰਿਪੋਰਟ ਨਹੀਂ ਆਉਣੀ। ਕਿਉਂ ਨਹੀਂ ਕਲੀਅਰ ਕਰਦਾ ਇਹਨੇ? ਅਦਾਲਤ, ਸਾਡਾ ਅਦਾਲਤ ਦਾ ਰਸਤਾ ਵੀ ਬੰਦ ਕਰਤਾ। ਅਦਾਲਤ ਦੇ ਵਿੱਚ ਜਾਂਦੇ ਹਾਂ ਤਾਂ ਉਹ ਕਹਿੰਦੇ ਜੀ ਸਰਕਾਰ ਨੇ ਸਿੱਟ ਬਿਠਾਤੀ, ਸਿੱਟ ਦੀ ਰਿਪੋਰਟ ਆਉਣੀ ਨਹੀਂ। ਇਹ ਕੋਈ ਇਹ ਕੋਈ ਪ੍ਰਸ਼ਾਸਕੀ ਢੰਗ ਨਹੀਂ ਹੈ ਕੋਈ। ਇਸ ਤਰ੍ਹਾਂ ਦੀ ਸਰਕਾਰ ਉਮੀਦ ਕੀਤੀ ਰਹੀ ਸੀ ਜਿੱਦੇ ਅਸੀਂ ਇਹਨਾਂ ਨੂੰ ਬਣਾਇਆ ਸੀ। ਕਿਉਂ ਲੱਗਦਾ ਅੰਕਲ ਤੁਹਾਨੂੰ ਇਹ ਕਿਉਂ ਹੁੰਦਾ? ਕੀ ਪ੍ਰੈਸ਼ਰ ਹੈ ਕੋਈ? ਕਿਉਂ ਹੋ ਰਿਹਾ ਇਹ ਸਾਰਾ ਕੁਝ ਸਿਸਟਮ ਦੇ ਵਿੱਚ? ਲੋਕਾਂ ਨੂੰ ਇਨਸਾਫ ਕਿਉਂ ਨਹੀਂ? ਬੇਟਾ ਇਹਨਾਂ ਦੀ ਮਿਲੀ ਭੁਗਤ ਆਊਗੀ, ਇਹਦਾ ਤਾਂ ਨਾਂ ਨਾ ਬੋਲੇ ਵਿੱਚ ਕਿਤੇ, ਇਹ ਖੁੱਲ੍ਹਣ ਨਹੀਂ ਦੇਣਾ ਚਾਹੁੰਦੇ। ਲਾਰੈਂਸ ਨੂੰ ਕਿੱਦਾਂ ਦੋਸ਼ੀਆਂ ਵਾਂਗੂ ਪੁੱਛਗਿੱਛ ਕੀਤੀ ਇਹਨਾਂ ਨੇ ਉਹ ਤੋਂ? ਮੈਨੂੰ ਇਹਨਾਂ ਦਾ ਇੱਕ MLA ਮਿਲੇ ਨੇ ਸਾਹਿਬ, ਉਹ ਕਹਿੰਦੇ ਵੀ ਜਦੋਂ ਲਾਰੈਂਸ ਪੇਸ਼ੀ 'ਤੇ ਆਇਆ ਉਹਦੇ ਇੱਥੇ ਲਿਖਿਆ ਹੋਇਆ ਸੀ VVIP ਟ੍ਰੀਟਮੈਂਟ, ਜਿਹੜਾ ਉਹਨਾਂ ਨੂੰ ਜਿਹੜਾ ਪੁਲਿਸ ਵਾਲਿਆਂ ਦੇ VIP ਡਿਊਟੀ ਦੇ ਸਟਿੱਕਰ ਲੱਗੇ ਹੋਏ ਸੀ ਜੇਬਾਂ ਦੇ ਉੱਤੇ। ਦੱਸੋ ਇੱਕ ਦੋਸ਼ੀ ਪੇਸ਼ੀ ਭੁਗਤਣ ਆਉਂਦਾ, ਉਹਨੂੰ VIP ਟ੍ਰੀਟਮੈਂਟ ਦਿੱਤਾ ਜਾਊਗਾ? ਤਾਂ ਅਸੀਂ ਕੀ ਸੁਨੇਹਾ ਦੇਣਾ ਚਾਹੁੰਦੇ ਬਾਕੀ ਸਮਾਜ ਨੂੰ? ਤੇ ਜਦੋਂ ਤੁਸੀਂ ਇਹ ਤਸਵੀਰਾਂ ਦੇਖਦੇ ਹੋ ਜਿਨ੍ਹਾਂ ਤੇ ਇਲਜ਼ਾਮ ਲੱਗਦੇ ਨੇ, ਜਿਹੜੇ ਖੁੱਲ੍ਹ ਕੇ ਸ਼ਰੇਆਮ ਕਹਿ ਵੀ ਚੁੱਕੇ ਨੇ ਕਿ ਅਸੀਂ ਕੀਤਾ ਇਹ, ਅਸੀਂ 29 ਮਈ ਨੂੰ ਇਹ ਸਾਰਾ ਕੁਛ ਕੀਤਾ ਸੀ, ਜਦੋਂ ਤੁਸੀਂ TV ਤੇ ਦੇਖਦੇ ਹੋ ਕੀ ਮਹਿਸੂਸ ਕਰਦੇ ਹੋ? ਹਤਾਸ਼ ਹੈ ਬੇਟਾ, ਮਨ ਦੁਖੀ ਕਰ ਲਈਦਾ ਉਹਦਾ, ਔਰ ਇੱਥੋਂ ਦੇ ਆਪਦਾ ਮੱਥਾ ਫੜ ਕੇ ਬਹਿ ਜਾਂਦੇ ਆ। ਦੁੱਖ ਹੁੰਦਾ ਮਨ ਨੂੰ ਬਹੁਤ ਜ਼ਿਆਦਾ ਕਿ ਅਸੀਂ ਇਹੋ ਜਿਹੇ ਬੱਚਿਆਂ ਨੂੰ ਖੋ ਕੇ, ਜਿਹੜੇ ਜਿੱਥੇ ਉਹਨਾਂ ਨੇ ਦੇਸ਼ ਕੌਮ ਦਾ ਨਾਂ ਉੱਚਾ ਕੀਤਾ, ਉੱਥੇ ਇਹ ਸਰਕਾਰ ਦਾ ਖਜ਼ਾਨਾ ਵੀ ਉਹਨਾਂ ਨੇ 2-2 ਕਰੋੜ ਰੁਪਇਆ ਟੈਕਸ ਆਪਦੀ ਕਮਾਈ ਦੇ ਵਿੱਚੋਂ ਇਮਾਨਦਾਰੀਆਂ ਟੈਕਸ ਪੇ ਕੀਤਾ। ਮੇਰੇ ਪੁੱਤ ਦਾ ਅੱਜ ਤੱਕ ਇੱਕ ਖਾਤਾ ਹੈ ਬੈਂਕ ਦਾ, ਉਹਦਾ ਕਿਤੇ ਸਵਿਸ ਦੇ ਵਿੱਚ ਖਾਤਾ ਖੁੱਲ੍ਹਿਆ ਹੋਵੇ, ਕਿਤੇ ਸਾਈਪਰਸ ਦੇ ਵਿੱਚ ਖੁੱਲ੍ਹਿਆ ਹੋਵੇ, ਜਾਂ ਕਿਤੇ ਹੋਰ ਜਾ ਕੇ ਡੁਬਈ ਦੇ ਵਿੱਚ, ਜਿਵੇਂ ਬਹੁਤੇ ਕਲਾਕਾਰ ਟੈਕਸ ਬਚਾਉਣ ਦੀ ਖਾਤਰ ਕਰਨ, ਮੇਰੇ ਜਵਾਕ ਨੇ ਕਿਤੇ ਖਾਤਾ ਨਹੀਂ ਖੁੱਲ੍ਹਾਇਆ ਆਪਦੇ ਦੇਸ਼ ਤੋਂ ਬਿਨਾਂ। ਬਾਹਲੀ ਗੱਲ ਤਾਂ ਹੋਰ ਦੱਸੋ, ਕੋਠੀ ਦੇ ਵਿੱਚ ਜਿੰਨਾ ਸਮਾਨ ਲਿਆ ਸਾਰਾ ਮਾਨਸਾ ਤੋਂ ਖਰੀਦਿਆ ਹੋਇਆ।
ਅੱਛਾ ਇੱਕ ਤੁਸੀਂ ਇੰਡਸਟਰੀ ਦੇ ਨਾਲ ਵੀ ਕਨੈਕਸ਼ਨ ਜਿਹੜਾ ਹੈਗਾ ਉਹਦੇ ਇਲਜ਼ਾਮ ਤੁਸੀਂ ਲਾਉਨੇ ਹੋ ਤੁਸੀਂ ਕਈ ਵਾਰੀ ਕਿਹਾ ਕਿ ਪੁਲਿਸ ਨੂੰ ਤੁਸੀਂ ਤਿੰਨ ਚਾਰ ਨਾਮ ਦੇ ਚੁੱਕੇ ਹੋ ਤੁਹਾਡੇ ਕੋਲ ਕੋਈ ਕਲੂ ਹੈ ਕੋਈ ਸਬੂਤ ਹੈ ਤੁਸੀਂ ਇਲਜ਼ਾਮ ਵੀ ਲਾਉਨੇ ਹੋ ਕਿ ਪੁਲਿਸ ਨਹੀਂ ਪੁੱਛਗਿੱਛ ਕਰ ਰਹੀ ਪੁਲਿਸ ਨਹੀਂ ਇਨਵੈਸਟੀਗੇਸ਼ਨ ਕਰ ਰਹੀ ਇੰਡਸਟਰੀ ਦੇ ਵਿੱਚੋਂ ਕੁਝ ਬੰਦੇ ਹੈਗੇ ਨੇ ਜਿਨ੍ਹਾਂ ਦਾ ਹੱਥ ਸੀਗਾ ਤੁਹਾਡੇ ਕੋਲ ਕੋਈ ਕਲੂ ਹੈਗਾ ਉਸ ਚੀਜ਼ ਦਾ ਬਿਲਕੁਲ ਜੀ ਪੁਲਿਸ ਨੂੰ ਦੱਸ ਸਕਿਆ ਹੁਣ ਅਸੀਂ ਹਜੇ ਮਤਲਬ ਇਸ ਚੀਜ਼ ਨੂੰ ਜਨਤਕ ਨਹੀਂ ਕਰ ਸਕਦੇ ਪਰੰਤੂ ਪੁਲਿਸ ਨਾਲ ਸੰਪਰਕ ਕਰਕੇ ਬਕਾਇਦਾ ਅਸੀਂ ਸਾਡੇ SSP ਸਾਹਿਬਾਂ ਨੂੰ ਤਕਰੀਬਨ ਮੈਂ ਹਰੇਕ ਹਫ਼ਤੇ ਮਿਲਦਾ ਔਰ ਉਹ ਲੱਗੇ ਵੀ ਹੋਏ ਨੇ ਅਸੀਂ ਉਮੀਦ ਕਰਦੇ ਹਾਂ ਵੀ ਆਉਣ ਵਾਲੇ 10-20 ਦਿਨਾਂ ਦੇ ਵਿੱਚ ਕੋਈ ਇਹ ਗੱਲ ਸਿਰੇ ਲੱਗ ਜਾਊਗੀ ਉਮੀਦ ਕਰਦੇ ਹਾਂ ਜਿਹੜੀ ਆ 6 ਸਤੰਬਰ ਨੂੰ ਹੋਣੀ ਹੈ ਪੇਸ਼ੀ ਹੋਣੀ ਹੈ ਹੇਅਰਿੰਗ ਹੈਗੀ ਹੈ ਪਰੰਤੂ ਜਦੋਂ ਫਿਰ ਵੀ ਉੱਥੇ ਕੁਛ ਖਾਲੀ ਹੱਥ ਜਾ ਕੇ ਮੁੜ ਕੇ ਆਉਂਦੇ ਆ ਬਸ ਉਹੀ ਹਤਾਸ਼ਾ ਕੀ ਲੱਗਦਾ ਤੁਹਾਨੂੰ ਕਿੰਨਾ ਚਿਰ ਇਹ ਉਡੀਕ ਹੈ ਜਿਹੜੀ ਲੰਬੀ ਹੋ ਸਕਦੀ ਹੈ ਜੋ ਜਿਵੇਂ ਚੱਲ ਰਿਹਾ ਕੇਸ ਜਿਸ ਸਪੀਡ ਨਾਲ ਚੱਲ ਰਿਹਾ ਲੱਗਦਾ ਤਾਂ ਬੇਟਾ ਅਦਾਲਤਾਂ ਤੇ ਰੱਬ ਦੋ ਚੀਜ਼ਾਂ ਤੇ ਭਰੋਸਾ ਸਾਡਾ ਇਹ ਤਾਂ ਕਦੇ ਨਾ ਕਦੇ ਸਜ਼ਾ ਦੇਣਗੇ ਠੀਕ ਹੈ ਜਿੰਨਾ ਚਿਰ ਇਹ ਸਰਕਾਰਾਂ ਵਾਲੇ ਲੋਕ ਇਹਦੇ ਢਿੱਲ ਵਰਤਦੇ ਆ ਉਹਦੇ ਲਈ ਜਿਹੜੀਆਂ ਗੁਜਰਾਤ ਦੀਆਂ ਪੇਸ਼ੀਆਂ ਜ਼ਿਆਦਾ ਜ਼ਰੂਰੀ ਹੋਏ ਨਹੀਂ ਸਾਡੀਆਂ ਥੋੜ੍ਹੀਆਂ ਜਿਹੀਆਂ ਘੱਟ ਅਹਿਮੀਅਤ ਦਿੰਦੇ ਉਸ ਗੱਲ ਨੂੰ ਤਾਂ ਉਹ ਗੁਜਰਾਤ ਦੇ ਵਿੱਚ ਹੁਣ ਪੇਸ਼ੀ ਪਤਾ ਕਾਹਦੀ ਹੋਈ ਉਹਦੀ 194 ਕਰੋੜ ਡਰੱਗਸ ਉਹ ਵਿਅਕਤੀ ਜਿਹੜਾ ਪਿਸਤੌਲਾਂ ਦੇ ਨਾਲ ਤਾਂ ਸਾਡੀ ਜਵਾਨੀ ਨੂੰ ਮਾਰਦਾ ਹੀ ਮਾਰਦਾ ਤੇ ਨਸ਼ਿਆਂ ਦੇ ਨਾਲ ਮਾਰਨ ਦੀ ਵੀ ਤਿਆਰੀ ਕਰੀ ਬੈਠਾ ਕਰੀ ਕੀ ਬੈਠਾ ਕਰ ਰਿਹਾ ਤੇ ਸਾਡੀਆਂ ਸਰਕਾਰਾਂ ਕਹਿੰਦੀਆਂ ਜੀ ਉਹ ਇੰਟਰਵਿਊ ਦਿੰਦਾ ਹੈ ਵੀ ਮੈਂ ਗਊਸ਼ਾਲਾ ਖੋਲੂੰਗਾ ਕੀ ਸਾਡੇ ਮੁਲਕ ਦੇ ਵਿੱਚ ਇਨਸਾਨ ਤੋਂ ਜ਼ਿਆਦਾ ਗਊਸ਼ਾਲਾ ਦੀ ਅਹਿਮੀਅਤ ਹੈਗੀ ਮੈਂ ਗਊਸ਼ਾਲਾ ਦਾ ਵਿਰੋਧ ਨਹੀਂ ਕਰਦਾ ਜਮ ਜਮ ਕੇ ਖੋਲੋ ਪਰੰਤੂ ਉਹ ਤੋਂ ਪਹਿਲਾਂ ਜੋ ਰੱਬ ਦੇ ਸਾਜੀ ਦੁਨੀਆ ਜਿਹੜੀ ਇਹਦੇ ਨਾਲ ਨਫ਼ਰਤ ਕਿਉਂ ਆ ਤੁਹਾਡੀ ਗੋਲਡੀ ਬਰਾੜ ਜਿਹੜਾ ਬਿਲਕੁਲ ਉਹ ਵੀ ਚੈਨਲਾਂ ਦੇ ਉੱਤੇ ਕਹਿ ਚੁੱਕਿਆ ਸ਼ਰੇਆਮ ਕਹਿ ਚੁੱਕਿਆ ਕਿ ਉਹਨੇ ਕਿਉਂ ਤੇ ਕਿਵੇਂ ਕੀ ਕੀਤਾ ਤੁਹਾਨੂੰ ਕੋਈ ਆਸ ਹੈਗੀ ਹੈ ਵੀ ਉਹਦੇ ਤੱਕ ਪੁਲਿਸ ਪਹੁੰਚ ਸਕੂਗੀ ਕਦੇ ਉਹਨੂੰ ਗ੍ਰਿਫਤਾਰ ਕਰਕੇ ਇੱਧਰ ਲਿਆਂਦਾ ਜਾ ਸਕੂਗਾ ਜਿਹੜਾ ਸ਼ਰੇਆਮ ਕਬੂਲਨਾਮਾ ਕਰ ਚੁੱਕਿਆ ਕਿ ਮੈਂ ਕੀਤਾ ਆ ਦੇਖੋ ਜੀ ਕਬੂਲਨਾਮਾ ਵੀ ਕਰਤਾ ਜ਼ਿੰਮੇਵਾਰੀਆਂ ਵੀ ਲੈ ਲਈਆਂ ਕਹਿ ਵੀ ਦਿੱਤਾ ਹੁਣ ਮੁਕਰਨ ਦੀ ਤਿਆਰੀ ਹੈ 6 ਮਹੀਨਿਆਂ ਬਾਅਦ ਜਦੋਂ ਕੋਈ ਉਥਲ ਪੁਥਲ ਹੁੰਦੀ ਹੈ ਜਾਂ ਕੋਈ ਅਸੀਂ ਹਰਕਤ ਕਰਦੇ ਹਾਂ ਉਸ ਤੋਂ ਬਾਅਦ ਕਹਿ ਦਿੰਦੇ ਹਾਂ ਜੀ ਅਸੀਂ ਕਰ ਰਹੇ ਹਾਂ ਅਸੀਂ ਕਰ ਰਹੇ ਹਾਂ ਜੀ ਸਟੇਟ ਕਹਿ ਦਿੰਦੀ ਜੀ ਸੈਂਟਰ ਦੀ ਮਦਦ ਨਾਲ ਹੋਊਗਾ ਉਹ ਕਹਿ ਦਿੰਦੇ ਜੀ ਅਸੀਂ ਕਰ ਰਹੇ ਹਾਂ ਅਸੀਂ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਹੋਇਆ ਪਰ ਗੋਲਡੀ ਬਾਰੇ ਤਾਂ ਹਾਲੇ ਅਸੀਂ ਬਹੁਤੇ ਆਸਵੰਦ ਹੈ ਨਹੀਂ ਵੀ ਕੁਛ ਹੋ ਸਕਦਾ ਪਰ ਜੇ ਸਰਕਾਰਾਂ ਚਾਹੁਣ ਤਾਂ ਹੋ ਵੀ ਕੀ ਨਹੀਂ ਸਕਦਾ ਜਿੱਦਾਂ ਇਹਨਾਂ ਨੇ ਬਾਕੀ ਲਿਆਂਦੇ ਹੀ ਨਹੀਂ ਆ ਦੋ ਤਿੰਨ ਉਹ ਬਰਾੜ ਲਿਆਂਦਾ ਇਹ ਬਿਸ਼ਨੋਈ ਨੂੰ ਲੈ ਕੇ ਆਏ ਨੇ ਜਾਂ ਇੱਕ ਨੂੰ ਪਹੁੰਚਣ ਤੋਂ ਪਹਿਲਾਂ ਜਿਹੜਾ ਬੋਕਸਰ ਆ ਕਿ ਉਹ ਪਿੱਛੇ ਜਾ ਕੇ ਦਬੋਚ ਜੇ ਸਰਕਾਰ ਦੀ ਏਜੰਡੇ ਤੇ ਹੋਵੇ ਤਾਂ ਕੋਈ ਵੱਡੀ ਗੱਲ ਵੀ ਨਹੀਂ ਤੇ ਅੰਕਲ ਇੰਡਸਟਰੀ ਦੇ ਵਿੱਚ ਤੁਸੀਂ ਰਹੇ ਹੋ ਸਿੱਧੂ ਨਾਲ ਤੁਸੀਂ ਰਹੇ ਹੈਗੇ ਹੋ ਵਿਚ ਰਹੇ ਹੋ ਕਿੰਨਾ ਜਿਹੜਾ ਗੈਂਗਸਟਰਾਂ ਦਾ ਕਨੈਕਸ਼ਨ ਹੈ ਇੰਡਸਟਰੀ ਦੇ ਕੁਝ ਬੰਦਿਆਂ ਦੇ ਨਾਲ ਕਿੰਨਾ ਕਿ ਡੀਪ ਹੈ ਕਨੈਕਸ਼ਨ ਤੁਸੀਂ ਕੁਝ ਜਾਣਦੇ ਹੋ ਇਸ ਬਾਰੇ ਕਿਉਂਕਿ ਉਹ ਖੁਦ ਵੀ ਗੈਂਗਸਟਰ ਵੀ ਆਪਣੀਆਂ ਇੰਟਰਵਿਊਜ਼ ਦੇ ਵਿੱਚ ਸ਼ਰੇਆਮ ਇਹ ਗੱਲਾਂ ਕਹਿ ਚੁੱਕੇ ਨੇ ਗਾਇਕਾਂ ਦੇ ਨਾਲ ਸ਼ਰੇਆਮ ਕਨੈਕਸ਼ਨ ਹੁੰਦਾ ਸਿੱਧੂ ਦਾ ਤੁਸੀਂ ਬਿਲਕੁਲ ਡਿਨਾਈ ਕੀਤਾ ਹੈਗਾ ਔਰ ਨਾ ਹੀ ਕੋਈ ਇਹਦਾ ਪ੍ਰੂਫ ਮਿਲਿਆ ਪਰ ਤੁਸੀਂ ਇੰਡਸਟਰੀ ਦੇ ਵਿੱਚ ਰਹੇ ਹੋ ਤਾਂ ਹੁੰਦਾ ਹੈ ਗਾਇਕਾਂ ਦੇ ਨਾਲ ਗੈਂਗਸਟਰਾਂ ਦਾ ਜਿਹੜਾ ਕਨੈਕਸ਼ਨ ਹੈਗਾ ਆ ਤੇ ਕਿਉਂ ਹੈ ਇਹਨਾਂ ਦੇ ਬੇਟਾ ਨਾ ਜ਼ਿਆਦਾਤਰ ਜੇ ਤੁਸੀਂ ਦੇਖੋਗੇ ਜਿੱਥੇ ਪੈਸਾ ਹੈਗਾ ਉੱਥੇ ਮਾੜੇ ਲੋਕ ਪਹੁੰਚ ਹੀ ਜਾਂਦੇ ਆ ਔਰ ਕਲਾਕਾਰ ਜਿਹੜਾ ਹੁੰਦਾ ਇੱਕ ਸਭ ਤੋਂ ਸੌਫਟ ਟਾਰਗੇਟ ਹੁੰਦਾ ਹੈ ਇਹ ਤੇ ਇਹ ਵਿੰਗੇ ਟੇਢੇ ਤਰੀਕੇ ਦੇ ਨਾਲ ਪ੍ਰੈਸ਼ਰ ਬਣਾਉਣ 'ਚ ਕਾਮਯਾਬ ਹੋ ਜਾਂਦੇ ਨੇ ਤਾਂ ਹੁਣ ਕਲਾਕਾਰਾਂ ਦੀ ਤਾਂ ਗੱਲ ਛੱਡੋ ਹੁਣ ਤਾਂ ਜਦੋਂ ਉਹ ਮੁੰਡਾ ਇੰਟਰਵਿਊ 'ਚ ਕਹਿ ਰਿਹਾ ਵੀ ਅੱਧੀ ਮੌੜ ਮੰਡੀ ਤੋਂ ਪੈਸਾ ਲੈ ਗਏ ਜੀ ਦਿੰਦੇ ਆ ਲੋਕ ਮੈਂ ਹਫ਼ਤਾ ਦਿੰਦੇ ਆ ਮਹੀਨਾ ਦਿੰਦੇ ਆ ਲੋਕ ਜਦੋਂ ਆਮ ਜਨਤਾ ਡਰੀ ਬੈਠੀ ਤਾਂ ਕਲਾਕਾਰ ਨੇ ਤਾਂ 24 ਘੰਟੇ ਸਟੇਜਾਂ 'ਤੇ ਸ਼ੋਅ ਕਰਨੇ ਆ ਸ਼ੂਟਿੰਗਾਂ ਕਰਨੀਆਂ ਨੇ ਬਾਹਰ ਜਾ ਕੇ ਜਿੱਥੇ ਉਹਨੇ ਇਕੱਲੇ ਨੇ ਖੜਾ ਹੋਣਾ ਉਹਨੂੰ ਆਸਾਨੀ ਨਾਲ ਨਿਸ਼ਾਨਾ ਬਣਾਇਆ ਜਾ ਸਕਦਾ ਉਹਦਾ ਡਰਦਾ ਕਲਾਕਾਰ ਵੀ ਦੇਈ ਜਾਂਦੇ ਆ ਜ਼ਿੰਦਗੀ ਕਿਹਨੂੰ ਨਹੀਂ ਪਿਆਰੀ ਇਹ ਸਾਰੇ ਸਿੱਧੂ ਵਰਗੇ ਤਾਂ ਹੈ ਨਹੀਂ ਵੀ ਜਿਹੜੇ ਅੜ ਕੇ ਖੜ ਜਾਣਗੇ ਵੀ ਮੈਂ ਤਾਂ ਦਿੰਦਾ ਨਹੀਂ ਜਾਂ ਕਰ ਲਓ ਜਿਹੜਾ ਕੋਈ ਕਰਨਾ ਸਾਰੇ ਸਟੈਂਡ ਨਹੀਂ ਲੈਂਦੇ ਬਿਲਕੁਲ ਤੁਹਾਡੀ ਜ਼ਿੰਦਗੀ ਦਾ ਅੰਕਲ ਹੁਣ ਕੀ ਮਕਸਦ ਹੈ ਜਿਵੇਂ ਪੁੱਛਾਂ ਕਿ ਹੁਣ ਤੁਸੀਂ ਆਪਣੀ ਲਾਈਫ ਦੇ ਬਾਰੇ ਜਿਵੇਂ ਤੁਸੀਂ ਕਹਿੰਦੇ ਹੋ ਕਿ ਅਸੀਂ ਦੇਖਦੇ ਹਾਂ ਕੁਛ ਵੀ ਸਾਨੂੰ ਦਿਖਦਾ ਨਹੀਂ ਕਿ ਅਸੀਂ ਜ਼ਿੰਦਗੀ ਕਿੱਥੋਂ ਸ਼ੁਰੂ ਕਰਨੀ ਹੈ ਅਸੀਂ ਕਿੱਥੇ ਜਾਣਾ ਹੈ
ਤੇ ਹੁਣ ਤੁਹਾਡੇ ਮਨ ਦੇ ਵਿੱਚ ਕੀ ਹੈ ਕਿ ਤੁਸੀਂ ਕੀ ਕਰਨਾ ਹੈ ਲਾਈਫ ਦੇ ਵਿੱਚ, ਕੀ ਮਕਸਦ ਹੈ ਤੁਹਾਡਾ? ਪਹਿਲਾਂ ਕੁਝ ਹੋਰ ਹੁੰਦਾ ਸੀ, ਹੁਣ ਤਾਂ ਆਪਦੀ ਹੋਂਦ ਨੂੰ ਬਰਕਰਾਰ ਰੱਖਣ ਦੀ ਫਿਕਰ ਹੈ ਬੇਟਾ। ਹਾਸ਼ੀਏ ਤੇ ਚਲੇ ਗਏ ਬਿਲਕੁਲ। ਪਹਿਲਾਂ ਲਾਈਫ ਦਾ ਰੁੱਖ ਹਮਲਾਵਰ ਸੀ, ਜ਼ਿੰਦਗੀ ਨੂੰ ਜਿਉਣ ਦਾ ਕੋਸ਼ਿਸ਼ ਕਰ ਰਹੇ ਸੀ, ਹੁਣ ਦਿਨ ਕੱਟਣ ਦੀ ਕੋਸ਼ਿਸ਼ ਕਰ ਰਹੇ, ਟਾਈਮ ਪਾਸ ਕਰਨ ਦੀ ਕੋਸ਼ਿਸ਼ ਕਰ ਰਹੇ, ਕਿਸੇ ਤਰੀਕੇ ਹੋ ਜਾਂਦੇ। ਬਹੁਤ ਫਰਕ ਪੈਂਦਾ, ਸਾਰਾ ਹੀ ਐਟੀਟਿਊਡ ਹੀ ਬਦਲ ਗਿਆ ਸਾਰਾ, ਜ਼ਿੰਦਗੀ ਬਾਰੇ ਸੋਚਣ ਦਾ ਨਜ਼ਰੀਆ ਬਦਲ ਗਿਆ ਸਾਰਾ। ਹੁਣ ਤਾਂ ਡਿਫੈਂਸਿਵ ਹੋਏ ਹੋਏ ਹੈ, ਕਿਸੇ ਤਰੀਕੇ ਟਾਈਮ ਟੱਪ ਜੇ, ਬਚਾ ਰੱਖ ਲਈਏ, ਆਹ ਨਾ ਗੁੱਸੇ ਹੋ ਜੇ, ਉਹ ਨਾ ਮਗਰ ਪੈ ਜੇ, ਖਬਰਾਂ ਕੀ ਤੱਕ ਲੋੜ ਪੈਂਦੀ। ਇੱਕ ਮਾਨਸਿਕ ਤੌਰ 'ਤੇ ਇਨਸਾਨ ਦੇ ਵਿੱਚ ਬਹੁਤ ਬਦਲਾਅ ਆਉਂਦਾ ਹੈ ਜਦੋਂ ਕੋਈ ਬਹੁਤ ਵੱਡੀ ਮੌਤ ਹੋ ਜਾਂਦੀ ਹੈ ਸਾਡੀ ਜ਼ਿੰਦਗੀ ਦੇ ਵਿੱਚ। ਉਦੋਂ ਅਸੀਂ ਦੁਨੀਆ ਨੂੰ ਲੈ ਕੇ, ਮਟੀਰੀਅਲ ਨੂੰ ਲੈ ਕੇ ਕੁਛ ਹੋਰ ਤਰੀਕੇ ਨਾਲ ਸੋਚਣ ਲੱਗ ਜਾਂਦੇ ਹਾਂ। ਪਹਿਲਾਂ ਤੁਸੀਂ ਇੰਨੀ ਵੱਡੀ ਹਵੇਲੀ ਹੈ, ਕੋਠੀਆਂ, ਕਾਰਾਂ, ਪਤਾ ਨਹੀਂ ਕੀ ਕੁਛ, ਕਿੰਨੀ ਜਾਇਦਾਦ ਸਿੱਧੂ ਨੇ ਬਣਾਤੀ, ਇਹ ਪਹਿਲਾਂ ਕੁਛ ਵੱਖਰਾ ਚਾਅ ਹੁੰਦਾ ਹੋਊਗਾ, ਹੁਣ ਤੁਸੀਂ ਕੀ ਸੋਚਦੇ ਹੋ ਇਹਨਾਂ ਸਾਰੀਆਂ ਚੀਜ਼ਾਂ ਬਾਰੇ? ਉਹੀ ਗੱਲ ਮੈਂ ਪਹਿਲਾਂ ਵਾਲੇ ਸ਼ਬਦਾਂ 'ਚ ਦੋ 'ਚ ਸਾਰੀ ਗੱਲ ਸਮੇਟੀ ਹੈ ਵੀ ਹਮਲਾਵਰ ਅਤੇ ਡਿਫੈਂਸਿਵ 'ਚ ਕਾਫੀ ਫਰਕ ਹੁੰਦਾ ਹੈ। ਉਹਦੇ 'ਚ ਕੁਛ ਜਿਵੇਂ ਆਪਾਂ ਵੈਸੇ ਸਾਰੇ ਹੰਕਾਰ ਨੂੰ ਮਾੜਾ ਕਹਿ ਦਿੰਦੇ ਹਾਂ, ਪਰ ਮੇਰੇ ਖਿਆਲ ਹੰਕਾਰ ਤੋਂ ਬਿਨਾਂ ਜ਼ਿੰਦਗੀ ਜਿਉਂ ਵੀ ਨਹੀਂ ਜਾਂਦੀ। ਜੇ ਬੰਦੇ ਨਹੀਂ ਤਾਂ ਸਾਰੇ ਡਿਪਰੈਸ਼ਨ ਦਾ ਸ਼ਿਕਾਰ ਹੋ ਜਾਣ, ਕਿਉਂਕਿ ਲਾਲਚ ਬਸ ਬੰਦਾ ਤੁਰਿਆ ਫਿਰਦਾ, ਆਹ ਵੀ ਕਰ ਲਾਂ, ਆਹ ਵੀ ਕਰ ਲਾਂ, ਅਤੇ ਜਦੋਂ ਸਾਡਾ ਉਧਰੋਂ ਨਜ਼ਰੀਆ ਟੁੱਟ ਜਾਂਦਾ ਸਾਰਾ, ਮੰਨ ਲਓ ਜਿਹੜੀ ਉਹ ਗੱਲਬਾਤ ਨਹੀਂ ਬਣਦੀ, ਫਿਰ ਅਸੀਂ ਥੋੜ੍ਹਾ ਜਿਹਾ ਜਿਹਨੂੰ ਆਪਾਂ ਡਿਪਰੈਸ਼ਨ ਵੀ ਕਹਿ ਦਿੰਦੇ ਹਾਂ, ਉੱਧਰ ਨੂੰ ਬੰਦਾ ਆ ਜਾਂਦਾ ਹੈ ਵੀ ਚੱਲ ਕੀ ਕਰਾਂਗੇ, ਸਾਰ ਲਓ ਜੇ ਸਰਦਾ ਤਾਂ ਚਲੋ ਵਾਲੀ ਨੀਤੀ 'ਤੇ ਆ ਜਾਂਦੇ ਫਿਰ ਆਪਾਂ। ਬਿਲਕੁਲ। ਸੋ ਆਖਰੀ ਸਵਾਲ ਹੀ ਮੈਂ ਪੁੱਛੂਗੀ ਅੰਕਲ ਤੁਹਾਡੇ ਤੋਂ ਕਿ ਇੱਕ ਆਸ ਬਣ ਗਿਆ ਸੀ ਸਿੱਧੂ ਮੂਸੇਵਾਲਾ ਪੰਜਾਬ ਦੇ ਲਈ, ਬਹੁਤ ਵੱਡੀ ਆਸ ਸੀ, ਉਸ ਤੋਂ ਬਾਅਦ ਵੀ ਕਿੰਨੇ ਗਾਣੇ ਆਏ ਨੇ, ਅਤੇ ਉਹ ਆਸ ਤੁਸੀਂ ਪੂਰੀ ਕਰੋਗੇ ਪੰਜਾਬ ਦੀ? ਜਿਹੜਾ ਜੇ ਮੈਂ ਅੱਜ ਮਤਲਬ ਨਾ ਬੰਦੇ ਦੇ ਹਾਲਾਤ ਹੁੰਦੇ ਜ਼ਿੰਦਗੀ ਅਲੱਗ ਅਲੱਗ, ਸਮਾਂ ਹੁੰਦਾ ਹੈ, ਉਹ ਕਹਿੰਦੇ ਨੇ ਵੀ ਸਮਾਂ ਸਮਾਂ ਸਮਰੱਥ ਹੈ ਨਾ, ਅੱਜ ਦਾ ਜਿਹੜਾ ਸਮਾਂ ਮੇਰਾ ਉਹ ਜਸਟ ਮੇਰੇ ਲਈ ਸਭ ਤੋਂ ਵੱਡੀ ਪਹਿਲ ਹੈ। ਹਾਂ ਜਿਹੜਾ ਬਾਕੀ ਹੈ ਜਿਵੇਂ ਸ਼ੁਭਦੀਪ ਦੇ ਸੁਪਨੇ ਨੂੰ ਪੂਰਾ ਕਰਨ ਵਾਲੇ ਗੱਲ ਹੈ, ਪੋਲੀਟਿਕਸ ਦਾ, ਹਾਂ ਬਿਲਕੁਲ ਖੇਡਾਂਗੇ, ਸਾਰੇ ਦਾ ਖੇਡਾਂਗੇ, ਪਰੰਤੂ ਸਹੀ ਸਮਾਂ ਹੁੰਦਾ ਹੈ, ਹਾਲੇ ਜਿਹੜਾ ਸਹੀ ਸਮਾਂ ਉਹ ਜਸਟਿਸ ਦਾ ਹੈ। ਹਾਲੇ ਮੈਂ ਕਦੇ ਵੀ ਨਹੀਂ ਇਹ ਗੱਲ ਪਬਲਿਕ ਡੋਮੇਨ 'ਚੋਂ ਸੁਣਨੀ ਚਾਹੁੰਦਾ ਵੀ ਸਿੱਧੂ ਦਾ ਪਿਓ ਤਾਂ ਲੀਡਰੀ ਪਿੱਛੇ ਪੈ ਗਿਆ, ਪੁੱਤ ਦਾ ਇਨਸਾਫ ਛੱਡਤਾ, ਪਰ ਮੈਂ ਪੁੱਤ ਦੇ ਇਨਸਾਫ ਨੂੰ ਨੰਬਰ ਇੱਕ 'ਤੇ ਰੱਖਣੀ ਚਾਹੁੰਦਾ। ਉਸ ਤੋਂ ਬਾਅਦ ਜੋ ਬੇਟੇ ਦਾ ਰਾਹ ਪਾਇਆ ਹੋਇਆ ਬਕਾਇਦਾ ਬਿਲਕੁਲ ਦੱਸ ਕੇ ਖੁੱਲ੍ਹ ਕੇ ਚੱਲਾਂਗੇ ਜਮਾ। ਹੁਣ ਵੀ ਆਫਰਸ ਤਾਂ ਆਉਂਦੀਆਂ ਹੋਣਗੀਆਂ, ਬਿਲਕੁਲ ਪਹਿਲਾਂ ਵੀ ਆਉਂਦੀਆਂ ਸੀ, ਹੁਣ ਵੀ ਬਹੁਤ ਲੋਕ ਆਉਂਦੇ ਹੋਣਗੇ, ਆਵਾਂਗੇ, ਪਰ ਰਾਜਨੀਤੀ ਕਰਨੀ ਨਹੀਂ ਨਾ ਰਾਜਨੀਤੀ ਸਿੱਖਣੀ ਹੈ। ਜਿਹੋ ਜਿਹੇ ਹਾਂ, ਜਿਹੋ ਜਿਹਾ ਸਿੱਧੂ ਸੀ ਉਹੋ ਜਿਹੇ ਚੱਲਾਂਗੇ, ਉਹੋ ਜਿਹੇ ਰਹਿਣ ਦੀ ਕੋਸ਼ਿਸ਼ ਕਰਾਂਗੇ। ਅਸੀਂ ਬਹੁਤਾ ਰੰਗ ਫੜ ਕੇ ਰਾਜੀ ਨਹੀਂ ਹੈਗੇ ਵੀ ਬਾਹਲੇ ਵੱਡੇ ਲੀਡਰ ਤਾਂ ਐਂ ਕਰਦੇ ਹੁੰਦੇ, ਅਸੀਂ ਵੀ ਕਰਾਂਗੇ, ਅਸੀਂ ਨਕਲ ਨਹੀਂ ਕਰਨੀ ਕਿਸੇ ਦੀ। ਅਸੀਂ ਜਿਹੋ ਜਿਹੇ ਹਾਂ, ਜਿਹੋ ਜਿਹਾ ਸਾਨੂੰ ਲੋਕਾਂ ਨੇ ਪ੍ਰਵਾਨ ਕੀਤਾ ਹੈ, ਇਹ ਉਹੋ ਜਿਹੇ ਰਹਿਣ ਦੀ ਕੋਸ਼ਿਸ਼ ਕਰਾਂਗੇ। ਪਿੰਡ ਦੀ ਸਰਪੰਚੀ ਵੀ ਐਤਕੀ ਤੁਸੀਂ ਕੋਈ ਇੰਟਰਸਟਡ ਨਹੀਂ ਹੋ, ਤੁਹਾਡਾ ਇੱਕ ਟਵੀਟ ਆਇਆ ਸੀ ਜਿਸ ਦਿਨ ਪੰਚਾਇਤਾਂ ਭੰਗ ਕਰਤੀਆਂ ਸੀ, ਤਾਂ ਉਹ ਇਸ ਤਰ੍ਹਾਂ ਮਹਿਸੂਸ ਹੁੰਦਾ ਸੀ ਵੀ ਸ਼ਾਇਦ ਅਗਲੀ ਇਲੈਕਸ਼ਨ ਦੇ ਵਿੱਚ ਤੁਸੀਂ ਨਹੀਂ, ਤੁਹਾਡੀ ਰੁਚੀ ਨਹੀਂ ਹੈ, ਉਹਦੇ 'ਤੇ ਤੁਸੀਂ ਕੋਈ ਲਿਆ ਫੈਸਲਾ? ਆਖਰੀ ਸਾਹ ਤੱਕ ਪਿੰਡ ਦੀ ਸੇਵਾ ਕਰਨ ਦੀ ਇੱਛਾ ਹੈ, ਪਰੰਤੂ ਜੇ ਨਗਰ ਖੁਸ਼ ਹੋ ਕੇ ਕਹਿੰਦਾ ਤਾਂ, ਜੇ ਕਿਸੇ ਨੂੰ ਮੇਰੇ ਤੋਂ ਪ੍ਰੋਬਲਮ ਹੈ, ਜੇ 5-7 ਬੰਦੇ ਨੇ ਵੀ ਆ ਕੇ ਕਹਿੰਦਾ ਭਾਈ ਸਾਹਿਬ ਨਹੀਂ ਅਸੀਂ ਉੱਥੋਂ ਖੁਸ਼ ਨਹੀਂ, ਆਪਾਂ ਨਹੀਂ ਜਾਂਦੇ। ਮੈਂ ਉਹਨੂੰ ਖੁੱਲ੍ਹ ਕੇ ਕਹਿ ਕੇ ਮੈਂ ਧੰਨਵਾਦ ਕਰਕੇ ਆਇਆ ਜਿਸ ਦਿਨ ਇਹਨਾਂ ਦਾ ਫੈਸਲਾ ਆਇਆ 10 ਤਰੀਕ ਨੂੰ ਭੰਗ ਕੀਤੀਆਂ ਨੇ, ਭਾਈ ਕਿਹਾ ਸੁਣਿਆ ਮਾਫ਼ ਹੈ ਨਾ। ਕਈ ਵਾਰੀ ਜਦੋਂ ਆਪਾਂ ਕੋਈ ਫੈਸਲਾ ਕਰਦੇ ਹਾਂ ਕਿਸੇ ਦੇ ਹੱਕ 'ਚ ਵੀ ਪੈ ਜਾਂਦਾ, ਕਿਸੇ ਦੇ ਵਿਰੁੱਧ ਵੀ ਪੈ ਜਾਂਦਾ, ਤਾਂ ਮੈਂ ਆਪਣੇ ਕਹੇ ਹੋਏ ਲਫ਼ਜ਼ਾਂ ਦੀ ਤੁਹਾਡੇ ਤੋਂ ਮਾਫ਼ੀ ਮੰਗਦਾ, ਅਤੇ ਉਮੀਦ ਕਰਕੇ ਆਇਆ ਸੀ ਅਗਲੀ ਪੰਚਾਇਤ ਸਾਡੇ ਤੋਂ ਵੀ ਵਧੀਆ ਚੁਣ ਕੇ ਆਵੇ, ਪਰੰਤੂ ਜੇ ਨਗਰ ਡਿਊਟੀ ਲਾਉਂਦਾ ਤਾਂ ਲਾਜ਼ਮੀ ਕਰਾਂਗੇ, ਜੇ ਤਾਂ ਉਹਨਾਂ ਦਾ ਜੋ ਨਗਰ ਦਾ ਜੋ ਵੀ ਫੈਸਲਾ ਹੈ ਸਿਰ ਮੱਥੇ ਪ੍ਰਵਾਨ। ਜੀ, ਤਾਂ ਇੱਕ ਹੋਰ ਸਵਾਲ ਮੇਰੇ ਮਨ ਦੇ ਵਿੱਚ ਆਇਆ ਕਿ ਬਹੁਤ ਸਾਰੇ ਜਿਹੜੇ ਪ੍ਰਸ਼ੰਸਕ ਹੈਗੇ ਨੇ ਸਿੱਧੂ ਮੂਸੇਵਾਲੇ ਦੇ, ਤੁਹਾਡੇ ਨਾਲ ਮਿਲਣਾ ਚਾਹੁੰਦੇ ਨੇ, ਨਹੀਂ ਮਿਲ ਪਾਉਂਦੇ, ਫੋਨ 'ਤੇ ਵੀ ਗੱਲ ਕਰਨਾ ਚਾਹੁੰਦੇ ਹੋਣਗੇ ਲੱਖਾਂ ਕਰੋੜਾਂ, ਕੀ ਤੁਸੀਂ ਉਹਨਾਂ ਨੂੰ ਕਹਿਣਾ ਚਾਹੁੰਦੇ ਹੋ, ਅਤੇ ਆਂਟੀ ਜੀ ਦਾ ਵੀ ਹਾਲ ਦੱਸ ਦਿਓ,
काफी लोग फिक्रमंद रहिंदे ने कि उन्हां दी सेहत किदां है कि देखो सिद्धू नूं चाहण वालिआं दा प्यार करन वालिआं दा देण तां मैं दे ही नहीं सकदा जे मैं अज इत्थे तुहाडे सामणे बैठा तां उन्हां दी दित्ती हुई हिम्मत है नहीं तां मेरे वर्गा कदों दा इस एडे वड्डे सदमे दे विच दब गया हुंदा हुण तक जे मैं माड़ी मोटी बड़क मारदा भी हाँ तां मैं इन्हां भरावां दे इन्हां बच्चिआं दे सिर ते मारदा क्योंकि इन्ना प्यार दिता है मैनू चाहण वाले ने बच्चिया ने तेरे वर्गियां जिहड़ियां इत्थे बिलकदियां आउंदियां ने ते मैनू कदे अहसास ही नहीं होया भी मेरी इह बेटी नहीं है मैनू आदि ढिड्डो जम्मी वर्ग जवाकड़ी वर्गू मोह आउंदा उहनां दा ते जे उह रिश्ता इन्ना वधिया बनाया है पुत ने बनाया है तां उस नूं निभा के मैनू भी खुशी मिलदी है पर मैं हमेशा सिद्धू दे चाहण वालिआं लई अपने दरवाजे खुले रखूंगा हमेशा उन्होंने मिलता रहूंगा इत्थे आउणगे इत्थे भी मिलूंगा देश विदेश जाऊंगा उत्थे भी उन्हें दर्शन करूंगा यह सांझ है जिहड़ी असीं हमेशा बनाई रखांगे भावें कि साडा कोई इहदे च नुकसान भी हो जाए परंतु मैं अपने चाहण वालिआं तों दूरी कदे नहीं बनाऊंगा मेरी इच्छा है। आंटी किवें रहिंदे ने ठीक ठाक रहिंदे ने? आंटी बेटा ठीक ने बस थोड़ी बहुती 19-21 प्रॉब्लम आउंदियां रहिंदियां ने कि एज दे अकॉर्डिंग भी आ जांदियां ने परंतु ठीक है मेरे नालों मैं जे उन्हों फिजिकली देखा तो चढ़ती कलेज है क्योंकि उन्होंने कोई बीमारी नहीं है मालक की कृपा नाल कोई शूगर ब्लड प्रैशर कोई इदा की कुछ नहीं हैगी आही जिहड़ियां रूटीन दियां कदे गला खराब होगा कदे कोई माड़ा मोटा 19-21 हो जाती है तो मैं इसे चढ़ती कलेज है कोई दिक्कत नहीं। तो तुसीं कुछ कहना चाहते हो अंकल कोई भी किसी नूं भी मैसेज गैंगस्टरां नूं पुलिस नूं सरकार नूं? हाँ जी मैं सारिआं नूं मतलब जिहड़े अपने चाहुण वाले उन्हां नूं भी पता लग जांदा है ना जब भी आपां की सोचदे आ और सरकार नूं भी इह गल मतलब कहनी चाहुंदा भी जो जस्टिस दे बारे चाहे उह जिहड़ी इनवॉल्वमेंट है इंडस्ट्री दी होवे चाहे पॉलिटिक्स वालिआं दी होवे जिहदी भी मर्जी होवे साडे कोल काफ़ी इस गल दे कुछ प्रूफ भी ने जो असीं पुलिस नाल संपर्क कर रहे हैं तो उन्होंने ना जनतक करके छड्डांगे उन्हां बंदिआं तक लाजमी पहुँचांगे। हाँ देर सवेर हो सकती है पर यह नहीं है भी होवे तो सानू निराश होने की लोड़ नहीं लड़ाई है जिहड़ी वधिया तरीके दे नाल असीं जरूर लड़दे रहांगे। लोकां दी जिहड़ी सपोर्ट है वह उस तरह मतलब मजबूत होंदी जा रही है घटी तो नहीं हैगी इत्थे ऐतवार नूं? बिल्कुल नहीं जी मैं तो तुसीं देखो भी मेरे नाल घट्टो घट्ट 125,000 लोग मैनूं फॉलो करते हैं मैनूं दिन रात लोगों ने स्नेह आता भी अंकल जी तुसीं एक आवाज दिओ असीं तुहाडे जिथे कहोगे उत्थे खड़े होवांगे मतलब देश चो विदेश चो सारी जगह तो सपोर्ट की कोई कमी नहीं है ये तो सरकार वाले थोड़ा दिखाने की कोशिश करते हैं जी हूँ देखो कदे साड़ी समाज दी फोटोआं पाउण लग गए हूँ जी उत्थे कोई नहीं क्योंकि उत्थे भजाउण वाली भी पुलिस ही है परंतु सानूं इन्हां गल्लां ते कोई असर नहीं हैगा साड़ी बहुत इस हक जी सच की लड़ाई है इहनूं नेपरे चाढ़ांगे हर हाल। जिहड़े सिस्टम ने सिद्धू नूं खत्म कीता आ उह सिस्टम हाले भी तुहानूं परेशान करदा है किसे ना किसे तरीके नाल? उह सिस्टम तां चुप ही बैठा है जी उहदी चुप सानूं उस तों भी ज़्यादा खतरनाक लगदी है क्योंकि घट्टो घट्ट जे उह आपदी चीज़ बोल के स्पष्ट कर देण उसदे गल दा सानूं इहदा पता लग जाए भी उह बंदा सोचदा की उस गल दे बारे जिहड़ी चुपधारी होई है हुण तुसीं जिद्दां असीं हुण लॉरेंस दी वीडियो बारे गल करदे हां चुप क्यों हो दस दिओ जो है उह दस दिओ छुपाओगे किन्ना चिर ये गल है वो तो भी ज्यादा खतरनाक है सिस्टम तो अभी बुरी तरह निराश होए हुए हैं परंतु जे असी घरे टेक के नहीं बैठांगे इस गल असी अपने एफर्ट जारी रखांगे जिथों कितों भी जिवें भी सानू कोई एनर्जी मिलती है सपोर्ट मिलती है उन्होंने कलैक्ट करांगे और इन्हां दे खिलाफ लड़ांगे। कोई तरीका थोड़ा लगता है कि अपने जो नौजवान ने पंजाब के नौजवान ही ने एट द एंड तक जो गैंगस्टरवाद वाल धक्के जा रहे हैं कोई तरीका है कि इन्हों वापस लिया जा सके तुम कोई मैसेज इन्हों देना चाहते हो इन्होंने मुंडिया जो अपने ही सके? बेटा वापस लिया का तरीका एक ही है जिमें तुम कल हूँ वो मुंडा मोड़ वाला बोल रहा इस मेरी इंटरव्यू सुनी है वो कहना दिखाना वह कहना मैं 5,00,000 रुपया दे दौ मैं दुकान का शटर जिंदा ला के चाबियां उसको फड़ा दिता तो जे एक दुकानदार ज एक व्यापारी बंदा आपकी दुकानदारी नहीं कर सकता आपका धंधा नहीं कर सकता तो असं वापस लैके करावे कि उन्होंने तो फिर तो सगो यही कह रहे ना भी जो तुम इतने के दुकानदारी काम धंधा कर तो भी रोक रहे लोग साडा पुलिस सिस्टम उन्होंने साथ नहीं दिता गैंगस्टरवाद है उन्होंने तो फरौतियां मंगता है तो फिर लोग तो इतों फिर शिफ्ट हो गए जा भजनगे इतों जाके इतने कारोबार करके की लवेंगे कदों मार दे कोई बंदा वो 22 साल का जवाक है लखा का कारोबार करता है जे वो ये हाल है तो वो इंटरव्यू सुन के होर किन्ने नौजवान फैसला लैन गए यार इतों कोई फायदा नहीं दुकानदारी करी बाहर ही चलते
ये तो सगों पंजाब नूं वेला करवाउण वाली इन्हां दी पोजीशन लगदी है जिहड़े हिसाब नाल हालात बने हुए ने जी जी। बहुत बहुत धन्यवाद अंकल साडे नाल गलबात करन दे लई। आउंदे टाइम च मिलदे रहांगे। मरहूम शुभदीप सिंह सिद्धू मूसेवाला दे नाल जिस तरीके दे नाल इस सिस्टम ने उन्हां नूं खत्म कीता, ਉਹ ਸਿਸਟਮ ਖਤਮ ਕਰਨ ਦੀ ਲੋੜ ਹੈ ਤੇ ਉਹਦੇ ਲਈ ਪੰਜਾਬੀਆਂ ਨੂੰ ਇਕਜੁੱਟ ਹੋਣ ਦੀ ਲੋੜ ਹੈ, ਨਹੀਂ ਤਾਂ ਹੌਲੀ ਹੌਲੀ ਪੰਜਾਬ ਇਹ ਖਾਲੀ ਹੋ ਜਾਊਗਾ। ਇਹ ਇੱਕ ਵੱਡਾ ਕੇਸ ਹੈ ਜਿਹਦੇ ਵਿੱਚ ਸਾਰੇ ਇਕਜੁੱਟ ਹੋ ਕੇ ਇਸੇ ਤਰ੍ਹਾਂ ਇਨਸਾਫ ਮਿਲਣ ਤੱਕ ਡਟੇ ਰਹਿਣਗੇ ਤਾਂ ਸ਼ਾਇਦ ਪੰਜਾਬ ਕਿਤੇ ਨਾ ਕਿਤੇ ਬਚ ਸਕਦਾ ਹੈ। ਨਹੀਂ ਤਾਂ ਇੱਕ ਵੱਡੀ ਮਿਸਾਲ ਹੈ ਸਾਡੇ ਸਾਹਮਣੇ ਕਿ ਜੇ ਇੱਥੇ ਇਨਸਾਫ ਨਹੀਂ ਮਿਲੂਗਾ ਤਾਂ ਆਮ ਬੰਦੇ ਲਈ ਇਨਸਾਫ ਮਿਲਣਾ ਤਾਂ ਬਹੁਤ ਦੂਰ ਦੀ ਗੱਲ ਹੈ। ਵੀਡੀਓ ਜਰਨਲਿਸਟ ਹਰਵਿੰਦਰ ਸਿੰਘ ਦੇ ਨਾਲ ਹਰਸ਼ਰਨ ਕੌਰ ਦਾ ਖਾਲਸ ਟੀਵੀ ਲਈ ਮੂਸਾ ਪਿੰਡ ਤੋਂ ਖਾਸ ਰਿਪੋਰਟ।